Sikh24.com ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਅੱਜ ਦੀ ਜਿਹੜੀ ਗੱਲਬਾਤ ਕਰਨ ਲਈ ਤੁਹਾਡੇ ਨਾਲ ਜੁੜੇ ਹਾਂ, ਮੇਰੇ ਨਾਲ ਭਾਈ ਮੋਕਮ ਸਿੰਘ ਬੈਠੇ ਹੋਏ ਆ। ਸਭ ਤੋਂ ਪਹਿਲਾਂ ਫਤਿਹ ਸਾਂਝ ਪਾਈਏ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਮੋਕਮ ਸਿੰਘ ਹੁਣੀ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ ਗੇ, ਪਰ ਫਿਰ ਵੀ ਜਿਹੜੇ ਪਹਿਲੀ ਵਾਰ ਸਾਡੀ ਇਸ ਗੱਲਬਾਤ ਨੂੰ ਸੁਣ ਰਹੇ ਆ ਜਾਂ ਜਿਹੜੇ ਪਹਿਲੀ ਵਾਰ ਭਾਈ ਮੋਕਮ ਸਿੰਘ ਨੂੰ ਵੇਖਣ ਲੱਗੇ ਆ, ਮੈਂ ਉਹਨਾਂ ਬਾਰੇ ਦੱਸ ਦਿਆਂ ਕਿ ਭਾਈ ਮੋਕਮ ਸਿੰਘ ਹੁਣਾਂ ਦਾ ਸੰਬੰਧ ਵਿਦਿਆਰਥੀ ਤੌਰ 'ਤੇ ਦਮਦਮੀ ਟਕਸਾਲ ਦੇ ਨਾਲ ਜੁੜਿਆ ਹੋਇਆ। 1984 ਤੋਂ ਬਾਅਦ ਲਗਾਤਾਰ 20 ਸਾਲ ਦਮਦਮੀ ਟਕਸਾਲ ਦੇ ਉਹ ਮੁੱਖ ਬੁਲਾਰੇ ਰਹੇ। ਜਿਵੇਂ ਜਿਵੇਂ ਪੰਥ ਦੀ ਗੱਲ ਅੱਗੇ ਚੱਲਦੀ ਰਹੀ ਤਾਂ ਉਹ ਸ਼੍ਰੋਮਣੀ ਖਾਲਸਾ ਐਕਸ਼ਨ ਕਮੇਟੀ ਜਾਂ ਸੰਯੁਕਤ ਅਕਾਲੀ ਦਲ ਜਾਂ ਇੰਨੀ ਦੇਣੀ ਜਿਹੜਾ ਸੰਯੁਕਤ ਅਕਾਲੀ ਦਲ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲਾ ਉਹਦੇ ਵਿੱਚ ਸੇਵਾਵਾਂ ਨਿਭਾ ਰਿਹਾ। ਅੱਜ ਦੀ ਜਿਹੜੀ ਗੱਲਬਾਤ ਆ ਉਹ ਵੀ ਸਿੱਧੇ ਤੌਰ 'ਤੇ ਸਿਆਸਤ ਦੇ ਨਾਲ ਜੁੜੀ ਹੋਈ ਆ। ਕੁਝ ਸਿੱਖ ਜਿਹੜੇ ਨੇ ਸਿਆਸਤ ਦੇ ਉੱਤੇ ਬਹੁਤੀ ਦਿਲਚਸਪੀ ਜਾਂ ਯਕੀਨ ਨਹੀਂ ਰੱਖਦੇ, ਪਰ ਕਈ ਇਹੋ ਜਿਹੇ ਸਿੱਖ ਨੇ ਜਿਹੜੇ ਇਸ ਨੂੰ ਬੜੇ ਗੌਰ ਨਾਲ ਵਾਚਦੇ ਅਤੇ ਪਿਛੋਕੜ 'ਚ ਕੀ ਕੁਛ ਵਾਪਰਿਆ ਉਸ ਨੂੰ ਜਾਣਨਾ ਚਾਹੁੰਦੇ ਆ। ਅਜਿਹੀ ਦਿਲਚਸਪੀ ਦੇ ਨਾਲ ਹੀ ਅੱਜ ਦੀ ਇਹ ਗੱਲਬਾਤ ਸ਼ੁਰੂ ਹੋਣ ਲੱਗੀ ਆ। ਇਸ ਗੱਲਬਾਤ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਲੰਮੀ ਗੱਲਬਾਤ ਹੋਵੇ, ਹੋ ਸਕਦਾ ਇਸ ਗੱਲਬਾਤ ਦੇ ਕੁਝ ਹਿੱਸੇ ਵੀ ਹੋਣ। ਗੱਲਬਾਤ ਦਾ ਵਿਸ਼ਾ ਵਾ ਕਿ 1984 ਦੇ ਹਮਲੇ ਤੋਂ ਬਾਅਦ ਸਿੱਖਾਂ ਦੀ ਜੋ ਰਾਜਨੀਤੀ ਆ ਉਹ ਕੀ ਮੋੜ ਲੈਂਦੀ ਆ। ਬੇਸ਼ੱਕ ਉਸ ਵੇਲੇ ਤੋਂ ਬਾਅਦ ਜਾਂ ਉਸ ਦੌਰਾਨ ਵੀ ਹਥਿਆਰਬੰਦ ਘੋਲ ਚੱਲ ਚੁੱਕਾ ਸੀ, ਹਥਿਆਰਬੰਦ ਜੱਦੋਜਹਿਦ ਜਿਹੜੀ ਚੱਲ ਚੁੱਕੀ ਸੀ, ਇਸ ਦੇ ਨਾਲ ਨਾਲ ਪੰਜਾਬ ਦੀ ਧਰਤੀ ਦੇ ਉੱਤੇ ਸਿਆਸੀ ਸਰਗਰਮੀਆਂ ਕਿਹੋ ਜਿਹੀਆਂ ਸਨ ਅਤੇ ਜਿਹੜੀ ਉਸ ਵੇਲੇ ਦੀ ਸਿਆਸੀ ਉਥਲ ਪੁਥਲ ਹੋਈ, ਉਸ ਸਮੇਂ ਦੇ ਹਾਲਾਤ ਭਾਈ ਮੋਕਮ ਸਿੰਘ ਤੋਂ ਮੈਂ ਪਹਿਲੇ ਸਵਾਲ 'ਚ ਪੁੱਛਣਾ ਚਾਹੁੰਦਾ ਕਿ ਭਾਈ ਸਾਹਿਬ, ਜਦੋਂ 1984 ਦਾ ਹਮਲਾ ਹੋਇਆ ਅਤੇ ਪੰਜਾਬ ਦੇ ਵਿੱਚ ਜਿਹੜੀਆਂ ਸਿਆਸੀ ਧਿਰਾਂ, ਚਾਹੇ ਉਹ ਕਾਂਗਰਸ ਹੋਵੇ ਜਾਂ ਰਵਾਇਤੀ ਜਿਹੜੇ ਅਕਾਲੀ ਹੋਣ ਜਾਂ ਕੋਈ ਹੋਰ ਵੀ ਹੋਵੇ, ਅਤੇ ਉਸ ਵੇਲੇ ਦੀ ਹਮਲੇ ਤੋਂ ਬਾਅਦ ਤੁਰੰਤ ਦੀ ਸਿਆਸੀ ਜਿਹੜਾ ਦ੍ਰਿਸ਼ ਆ ਤੁਰੰਤ ਉਹ ਕਿਹੋ ਜਿਹਾ ਸੀ? ਬੇਨਤੀ ਹੈ ਕਿ 84 ਤੋਂ ਬਾਅਦ ਦਾ ਜਿਹੜਾ ਸਿਆਸੀ ਦ੍ਰਿਸ਼ ਸੀ, ਉਦੋਂ ਭਾਜਪਾ ਦਾ ਕੋਈ ਪੰਜਾਬ 'ਚ ਕੋਈ ਬਹੁਤਾ ਨਹੀਂ ਸੀ ਹੈਗਾ। ਉਹ ਉਹਨਾਂ ਦਾ ਉਦੋਂ ਖਿਲਾਰਾ ਵਧਿਆ ਜਦੋਂ ਬਾਦਲ ਦਲ ਨਾਲ ਉਹਨਾਂ ਦਾ ਅਸਲ 'ਚ ਸਮਝੌਤਾ ਹੋਇਆ 97 ਦੇ ਏੜ ਗੇੜ ਜਾ ਕੇ। ਉਦੋਂ ਪਹਿਲਾਂ ਕੋ ਛੋਟਾ ਜਿਹਾ ਕੋ ਜਨਤਾ ਪਾਰਟੀ, ਫਿਰ ਹੌਲੀ ਹੌਲੀ ਭਾਜਪਾ ਬਣ ਗਈ, ਪਰ ਉਹ ਕੋਈ ਪਬਲਿਕਲੀ ਨਹੀਂ ਸੀ ਹੈਗਾ। ਅਤੇ ਜਿਹੜੇ ਕਾਮਰੇਡ ਸੀ ਉਹ ਤਕਰੀਬਨ ਉਹ ਨਿਸਲ ਹੋਏ ਪਏ ਸਨ, ਹਾਂਜੀ, ਆਪਣੇ ਹਾਲਾਤਾਂ ਮੁਤਾਬਕ ਜਾਂ ਪੰਜਾਬ ਦੇ ਹਾਲਾਤ ਯਕਦਮ, ਮਤਲਬ ਕਿ ਇੱਕ ਕਾਂਗਰਸ ਵਾਲੇ ਪਾਸੇ ਨੂੰ ਅਤੇ ਇੱਕ ਸਿੱਖਾਂ ਵਾਲੇ ਪਾਸੇ ਨੂੰ ਵੇ ਵਗ ਗਈ। ਉਹ ਵੇ ਜਿਹੜੀ ਸਿੱਖਾਂ ਵਾਲੇ ਪਾਸੇ ਨੂੰ ਵਗੀ, ਜਿਹਨੂੰ ਅਸੀਂ ਅਕਾਲੀ ਮੈਂਡ ਕਹਿ ਲਈਏ ਜਾਂ ਸਿੱਖ ਪੋਲੀਟਿਕਸ ਕਹਿ ਲਈਏ, ਉਹਦੇ ਕਾਰਨ ਜਿਹੜੇ ਵਿਚਾਲੇ ਸੀ ਨਾ ਉਹ ਸਾਰੇ ਮਨਫੀ ਹੋ ਗਏ ਸਨ। ਫਿਰ ਵੀ ਮਤਲਬ ਕਿ ਕਾਂਗਰਸ ਕੋਲ ਦਿੱਲੀ ਸਰਕਾਰ ਦਾ ਅਤੇ ਪੰਜਾਬ ਦਾ ਅਤੇ ਪੁਲਿਸ ਦਾ ਅਤੇ ਇੱਕ ਹੋਰ ਸਿਸਟਮ ਦਾ ਬੜਾ ਵੱਡਾ ਖਿਲਾਰਾ ਸੀ। ਜਿਹੜੀ ਪੰਥਕ ਧਿਰ ਸੀ ਉਹਦੇ ਵਿੱਚ ਰਾਜਨੀਤਿਕ ਤੌਰ 'ਤੇ ਬਹੁਤ ਵੱਡਾ ਖਿਲਾਅ ਪੈ ਗਿਆ ਸੀ। ਕਾਰਨ ਉਸ ਖਿਲਾਅ ਦਾ ਇਹ ਸੀ ਕਿ ਇੱਕ ਤਾਂ ਰਵਾਇਤੀ ਅਕਾਲੀ ਸਨ, ਉਹ ਦਰਬਾਰ ਸਾਹਿਬ ਦੇ ਹਮਲੇ ਤੋਂ ਫੌਰੀ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ, ਉਹਨਾਂ ਦੇ ਮੇਨ ਲੀਡਰ ਜਿਹੜੇ ਸਨ, ਜਿਹਦੇ ਵਿੱਚ ਮਤਲਬ ਟੌੜਾ ਸਾਹਿਬ ਸੀ, ਲੌਂਗੋਵਾਲ, ਬਾਦਲ, ਬਰਨਾਲਾ ਜਾਂ ਹੋਰ ਜਿਹੜੇ ਕੋਈ ਮਤਲਬ ਕਿ ਇਸ ਤਰ੍ਹਾਂ ਸੁਖਜਿੰਦਰ ਸਿੰਘ ਵਗੈਰਾ, ਉਹ ਐਕਟਿੰਗ ਪ੍ਰਧਾਨ ਉਹਨਾਂ ਦੇ ਬਣੇ ਅਤੇ ਉਹ ਐਕਟਿੰਗ ਪ੍ਰਧਾਨ ਵੀ ਉਹਨਾਂ ਦੇ ਦੋ ਜਿਹੜੇ ਸੀ ਉਹ ਵੀ ਗ੍ਰਿਫਤਾਰ ਹੋ ਗਏ, ਇੱਕ ਠੇਕੇਦਾਰ ਸੀ ਅਤੇ ਇੱਕ ਮੇਰਾ ਖਿਆਲ ਕੋਈ ਹੋਰ ਸੀ, ਠੇਕੇਦਾਰ ਸੁਰਜਨ ਸਿੰਘ, ਹਾਂ, ਅਤੇ ਇੱਕ ਹੋਰ ਉਹਨਾਂ ਦਾ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਧਾਨ ਐਕਟਿੰਗ ਸੀ, ਉਹ ਵੀ ਗ੍ਰਿਫਤਾਰ ਹੋ ਗਏ। ਨਤੀਜਾ ਇਹ ਨਿਕਲਿਆ ਕਿ ਉਹਨਾਂ ਦੇ ਇੱਧਰਲੇ ਪਾਸੇ ਸ਼੍ਰੋਮਣੀ ਕਮੇਟੀ 'ਚ ਆਪਣੇ ਪ੍ਰੇਮ ਸਿੰਘ ਲਾਲਪੁਰਾ ਆ ਗਏ ਅਤੇ ਦੂਜੇ ਪਾਸੇ ਉਜਾਗਰ ਸਿੰਘ ਸੇਖਵਾਂ ਆ ਗਏ। ਇਹ ਅਕਾਲੀ ਦਲ ਦਾ ਬਾਹਰਲਾ ਢਾਂਚਾ ਸੀ ਜਿਹਨੂੰ ਅਸੀਂ ਐਕਟਿੰਗ ਢਾਂਚਾ ਕਹਿ ਲੈਂਦੇ ਹਾਂ। ਪਹਿਲੇ ਆਤਮਾ ਸਿੰਘ ਸੀ ਅਤੇ ਉਹ ਵੀ ਇਹ ਅੰਦਰ ਚਲੇ ਗਏ ਅਤੇ ਠੇਕੇਦਾਰ ਵੀ ਅੰਦਰ ਚਲੇ ਗਏ, ਮੁੜ ਕੇ ਇਹ ਦੋਨੋਂ ਜਿਹੜੇ ਸੀ ਇਹ ਆ ਗਏ। ਪਰ ਪੁਜੀਸ਼ਨ ਜਿਹੜੀ ਸੀ ਲੋਕਾਂ ਵਿੱਚ ਉਹ ਮਨਫੀ ਹੋ ਗਈ ਸੀ। ਉਹਦੇ ਦੋ ਕਾਰਨ ਸਨ, ਇੱਕ ਸੰਤ ਜਰਨੈਲ ਸਿੰਘ ਜੀ ਨੂੰ ਸ਼ਹੀਦ ਮੰਨਣ ਵਾਲੇ ਜਾਂ ਕੁਝ ਲੋਕ ਜਿਹੜੇ ਸ਼ਹੀਦ ਨਹੀਂ ਵੀ ਮੰਨਦੇ ਸਨ, ਪਰ ਅਕਾਲੀ ਦਲ ਦੇ ਦੋਨੋਂ ਹੀ ਮਤਲਬ ਕਿ ਚੀਜ਼ਾਂ ਜਿਹੜੀਆਂ ਸੀ ਉਹ ਵਿਰੋਧ ਵਿੱਚ ਸਨ। ਦੂਜਾ ਇਹ ਸੀ ਕਿ ਇੰਨਾ ਕੁਝ ਪੰਜਾਬ ਦੀ ਧਰਤੀ 'ਤੇ ਹੋ ਗਿਆ ਸੀ, ਇਹ ਉਹਦੇ ਹਾਣ ਦੇ ਨਹੀਂ ਹੋ ਪਾਏ, ਇਹ ਇੱਕ ਵੱਡੀ ਗੱਲ ਸੀ।
नॉर्मल हालातों लीडर जिहड़े उह जेलां 'च जांदे रहिंदे आ, फड़े जांदे आ, उह कुछ होर हुंदा है। पर अचानक जदों एडी वड्डी गल तों बाद अग्गा पिछा कोई करना हुंदा तां कोई बहुती वड्डी गल नहीं सी लीडरशिप वास्ते, ते जिहड़े तां मौके ते फड़े जांदे कुछ होर हुंदा, पर बाकी कर सकदे आ सज्जा खब्बा। तो क्योंकि उन्होंने उस समय अपनी धिर नूं, अपनी कौम नूं, अपने सिस्टम नूं सारे नूं मतलब तोड़ना हुंदा है। पर वो इस घटना मतलब कि जदों ये घटना नहीं सी वापरी उदों बिल्कुल नॉर्मल लेंदे सन, बाद च सोचते हैं कि हौली हौली नॉर्मल हो जू, तो जदों ये घटना बाद विच यकदम मतलब कि जोर फड़िया तो उदों इन तो गैब होने आरंभ हो गए। ये तो असी अकाली दल की सियासत। मैं अकाली दल के विश्लेषण से होर थोड़ा जिहा समा लवाउणा चाहुंदा, क्योंकि हमला तो करदी आ कांग्रेस, तो फिर लोग रवायती अकालिया तो क्यों किनारा कर लग पे? देखो कारण यह आ कि पहला संत जरनैल सिंह समझने वास्ते जरूरी है, मैं मोटे अखरें कह देव कि संत करतार सिंह वेले कोई टकराओ सरकार नाल, कोई निरंकारियां इस तरह चले, संत जरनैल सिंह जब संत बने तो उन्होंने टकराओ भी कुछ अकालिया के ना अकाली सरकार आ गई उनके नाल, निरंकारी के कतल नाल, उनके केस नाल हुक्मनामा जारी होया सी, होर इहो जे बहुत सारे मामले आए सी। 18वीं सर्व हिंद कानफ्रेंस 79 दी इलैक्शन विच वी संतां ने उहनां दा नाल टकराओ लिया, तो इह करके अकाली दल दे नाल टकराओ सन, पर एक हिस्से नाल टकराओ सी, एक हिस्सा जिहड़ा इह लगातार समर्थन करदा आ रिहा सी इहनां विचों। उह जिहड़ा समर्थन करन वाला धड़ा सी, जदों बाद विच भाई अमरीक सिंह, बाबा ठारा सिंह वगैरह वगैरह सिंह कुछ फड़े गए, उन्हां तों फड़े जाण तों बाद वह जिहड़ा नेड़ला एक अंश सी ना जिहड़ा अकाली दल दे विचला, उहने दोनों का समझौता करा के कपूरी मोर्चा समाप्त करा के तो इत्थे लैंदा, जिहदे च मसलन टौड़ा साहिब का नाँ आउंदा सी। तलवंडी आनंदपुर के मते दे उत्ते दिल्ली विच इक मोर्चा ला के बैठा सी, उह सोमवार गिरफ्तारी देना हुंदा सी ते शनिवार उहनूं रिहा कर दिंदे सन, तो वह ऐतवार उन्हें कहे उत्थे मेरा बंगला साहब जां रकाबगंज ठहरना, फिर सोमवार गिरफ्तारी दे देनी। तो उन्होंने थां ते एक्टिंग प्रधान कान सिंह निहंग सिंह हुंदा सी, ते एक ईसापुर वगैरह इदां एक वह वक्खरा ग्रुप सी, ते एक वह मतलब कि वह भी जिहड़ा सी संतां ने जदों आए इत्थे ते संत वह भी संतां ने कह के ते उहनूं मतलब कि उहनूं वापस मंगा लिया, उदां आउंदा नहीं सी, पर संतां दी उन्हें फिर चिट्ठी जदों गई तो उन्हें संतां दी चिट्ठी का बहाना बना के कहो गए लीडरशिप जिहड़ी होंदी उह इदां बहाने ही बनाउंदी आ, तो वी संतां दा हुक्म आ गया जी मैं हुण मोड़ नहीं सकदा, तो मैं मोर्चे नूं समाप्त करके उस वड्डे मोर्चे 'च सारा हर पंथ दा जिहड़ा उहदे जा रहा। उहदे आउण दा नतीजा इह निकलिया कि उहदे कोल इक दफ्तर हुंदा सी अकाली दल कोल, वह अकाली दल वास्ते पहला कमरे जी होंदे सी दो तीन, मुड़ के हौली हौली ढा के दफ्तर बन लग गया मंजी साहब के पिछे, तो कौलसर गुरद्वारे के विचाले जिथे अजकल माता गंगा निवास है इत्थे दफ्तर हुंदा सी। दफ्तर का जिहड़ा सी इंचार्ज जां चाबियां दूजे ते सिंघां दे कोल आ गईआं, सिंघां ने उत्थे कमरे कुमरे कोई बणे सी, कोई प्लस्तर होए सी, कोई फर्श माड़ा मुड़ पिया किसे च नहीं पिया, कोई काम चलदा सी। किहड़ी सन दी गल कर रहे जी? ये मैं कर रहा जी 82 दे अखीर दी, ते मतलब कि जिहड़े सितंबर वगैरह जां अगस्त कह लो, इत्थे कोई अगस्त आए सी मोर्चे विच 14 अगस्त नूं इह विच शामिल होई सी आ के 19 जुलाई तो चलदे च, ते उहदे बाद कुछ समय बाद उह आ गया, मतलब यानी कि यह मोर्चा चलता रहिंदे, बड़े रूप आए, बड़ा मतलब कि कितें वध जांदा घट जांदा, कितें गिरफ्तारियां बहुत ज़्यादा हो जांदियां, जेलां भर जांदियां, ईवन मतलब कि उन्होंने कॉलेज जिहड़े सी उस समय उन्हां नूं एक नोटिफिकेशन जारी करके जेल बना दित्ते, तारां चार छफेर लातियां वह भी भर गईयां। संत महात्मा जिहड़े सन बाबे सेवा सिंह रामपुर अवै गुरु, बाबा हरनाम सिंह जी रामपुर खेड़े वाले, बाबा सेवा सिंह तो पहलां सन, ऐसे संत महात्मा ते होर बहुत सारे वह भी जेलां चले गए संगतां लै के। सो कोई किसी कॉलेजों में ही बैठे सन, जां स्कूलों जां इहो जिहियां बिल्डिंगां जिहड़ियां सी उन्हां नूं उन्हां ने जेल का एक नाँ दे के, तो उन्हां विचों सारियां वो सब कुछ भर गया, जेलां भी भर गईयां सी। तो उस समय फिर इंदिरा गांधी ने कहा भी इन्हों रिहा कर दिओ, जबरदस्ती बाहर कढ़े, कई थाईं डांग सुट्टा होया, सट्टा फेटा लगियां, कई थाईं साड़ फूक भी हुई जिवें फिरोजपुर जेल च जां होर इस तरह करके। सो वह ये मतलब कि लड़ाई दे कदे वह धर्मी फौजियां वाहिगुरु धार्मिक बुद्धिजीवी जिहड़े सिख बुद्धिजीवी उन्हां दे नाँ दे उत्ते कॉन्फ्रेंस आ जाणी, कदे जे उन्हां ने हाँ कदे उन्हां ने सबका फौजी अफसर जिहड़े सन वह सारे नूं सद्दा दित्ता, जिन्हां दी लगभग गिनती उस समय 5000 दे करीब इत्थे वह आए
ਵੱਡੇ ਆ ਉਹਦੇ ਜਰਨਲ ਤੋਂ ਲੈ ਕੇ ਅਤੇ ਥੱਲੇ ਤੱਕ ਹਾਂਜੀ ਉਹਨਾਂ ਦੇ ਬੜੇ ਛੱਜੇ ਛੁੱਜੇ ਜਿਹੇ ਲਾਏ ਸੀ ਇੱਥੇ ਜਿਹੜੇ ਤਗਮੇ ਵਗੈਰਾ ਦੂਜੇ ਤੀਜੇ ਉਦੋਂ ਫੌਜ 'ਚ ਬਹੁਤ ਅਫਸਰ ਜਿਹੜੇ ਹੁੰਦੇ ਸੀ ਸਿੱਖ ਅਫਸਰ ਅਜੇ ਅੰਗਰੇਜ਼ ਨੂੰ ਵੀ 37 ਸਾਲ ਹੋਏ ਸੀ ਕਈ ਮਤਲਬ ਕਿ ਉਹਨਾਂ ਵੇਲੇ ਵੀ ਜਿਹੜੇ ਕੋਈ ਜਵਾਨੀ 'ਚ ਕੰਮ ਕੁੰਮ ਕਰਦੇ ਸੀ ਫੌਜ 'ਚ ਬਾਅਦ 'ਚ ਆਏ ਉਹ ਵੀ ਰਿਟਾਇਰ ਹੋਏ ਅਤੇ ਬੜੇ ਉਹਨਾਂ ਕੋਲ ਹੈਗੇ ਸਨ ਅਤੇ ਉਹ ਉਹਨਾਂ ਵੇਲੇ ਸਿੱਖਾਂ ਦੀ ਗਿਣਤੀ ਫੌਜ ਵਿੱਚ ਆਪਣੀ ਗਿਣਤੀ ਨਾਲੋਂ ਵੱਧ ਹੁੰਦੀ ਸੀ ਜੋ ਅਤੇ ਬਾਅਦ ਵਿੱਚ ਮਤਲਬ ਕਿ ਸਰਕਾਰਾਂ ਨੇ ਉਹ ਹੋਰ ਸਿਸਟਮ ਬਣਾ ਲਿਆ ਪਹਿਲਾਂ ਹੁੰਦਾ ਸੀ ਵੀ ਹੋਰ ਸਿਸਟਮ ਨਾਲ ਵੀ ਜਵਾਨ ਕਿਹੜਾ ਛਾਤੀ ਕਿਹਦੀ ਜ਼ਿਆਦਾ ਚੌੜੀ ਆ ਉਹਨਾਂ ਨੂੰ ਰੱਖਦੇ ਸਨ ਅਤੇ ਉਹ ਸਿੱਖ ਜਿਹੜੇ ਸੀ ਉਹ ਥਾਂ ਨੂੰ ਭਰ ਲੈਂਦੇ ਸਨ ਪੰਜਾਬੀ ਭਰਦੇ ਸਨ ਹਰਿਆਣੇ ਵਾਲੇ ਕੁਛ ਜਾਂ ਇੱਦਾਂ ਕਰਕੇ ਭਰ ਲੈਂਦੇ ਸੀ ਬਾਕੀਆਂ ਨੂੰ ਕੋਈ ਘੱਟ ਕੋਟਾ ਮਿਲਦਾ ਸੀ ਤੋ ਮਤਲਬ ਉਹ ਸਾਰੇ ਲੋਕ ਜਿਹੜੇ ਸੀ ਅਜੇ ਕਈ ਹੈਗੇ ਸਨ ਅਤੇ ਉਹ ਵੀ ਵਿੱਚ ਆਏ ਬਹੁਤ ਜ਼ਿਆਦਾ ਵੱਡਾ ਮਤਲਬ ਜਾਣੀ ਕਿ ਇੱਕ ਇਕੱਠ ਹੋਇਆ ਕਿਤੇ ਸਿੱਖ ਬੁੱਧੀ ਨੌਜਵਾਨਾਂ ਦੀ ਕਾਨਫਰੰਸ ਹੋਈਆਂ ਜਿਹੜੀਆਂ ਕਿ ਭਾਈ ਅਮਰੀਕ ਸਿੰਘ ਹਰਮਿੰਦਰ ਸੰਧੂ ਵਗੈਰਾ ਵਗੈਰਾ ਜਿਹੜੀ ਇਹਨਾਂ ਦੀ ਲੀਡਰਸ਼ਿਪ ਸੀ ਉਹ ਮਤਿੰਦਰਪਾਲ ਸਿੰਘ ਹੁੰਦਾ ਸੀ ਹਰਵਿੰਦਰ ਸਿੰਘ ਖਾਲਸਾ ਸੀ ਵਗੈਰਾ ਉਹ ਮਤਲਬ ਜਿਹੜੇ ਸੀ ਉਹਨਾਂ ਨੇ ਕਰਨੀਆਂ ਕਿਤੇ ਬੀਬੀਆਂ ਦੇ ਕਾਨਫਰੰਸਾਂ ਵੀ ਮਤਲਬ ਕਿ ਉਹ ਉਹਨਾਂ ਮਸਲਿਆਂ 'ਤੇ ਯਾਨੀ ਕਿ ਵੱਖ ਵੱਖ ਢੰਗ ਨਾਲ ਲੋਕਾਂ ਨੂੰ ਕਿਸੇ ਨਾਲ ਮੁਬਲੇ ਕਰਕੇ ਰੱਖਣਾ ਇਹ ਇੱਕ ਹਿੱਸਾ ਸੀ ਕਦੇ ਧਾਰਮਿਕ ਪ੍ਰੋਗਰਾਮ ਕਰ ਲੈਣੇ ਕਦੇ ਕਿਸੇ ਮਹਾਂਪੁਰਖ ਦੀ ਬਰਸੀ ਆ ਗਈ ਉਹ ਕਰ ਲਿਆ ਜਾਂ ਕਿਤੇ ਇਸ ਤਰ੍ਹਾਂ ਆ ਗਿਆ ਜਿਵੇਂ ਆਲੂਵਾਲੀਏ ਦਾ 200 ਸਾਲਾ ਅਕਾਲ ਚਲਾਣਾ ਆ ਗਿਆ 83 'ਚ ਅਤੇ ਉਹਦੇ ਨਾਂ 'ਤੇ ਇੱਕ ਬਹੁਤ ਵੱਡਾ ਇਕੱਠ ਸੀ ਜਿਹੜੀ ਉਹ ਤੋਪ ਵਾਲੀ ਫੋਟੋ ਹੈ ਉਹ ਉਦੋਂ ਦੀ ਮਸ਼ਹੂਰ ਹੈ ਜਦੋਂ ਉੱਤੋਂ ਸਮਾਪਤ ਕਰਕੇ ਵਾਪਸ ਥੱਲੇ ਨੂੰ ਉਤਰੇ ਗੁਰੂ ਰਾਮਦਾਸ ਲੰਗਰ ਦੀ ਦੂਜੀ ਸਿਰਾਂ 'ਤੇ ਉਹ ਕੀਤਾ ਸੀ ਅਤੇ ਉਹ ਮਤਲਬ ਕਿ ਉਸ ਸਮੇਂ ਉਹ ਤੋਂ ਬਾਹਰਲੇ ਪਾਸੇ ਸ਼ਿੰਗਾਰ ਕੇ ਖਿਲਾਰੀ ਸੀ ਅਤੇ ਉਹ ਦਾਨਿਸ਼ ਪੱਤਰਕਾਰ ਸੀ ਇੱਕ ਗੁਰਦਿਆਲ ਸਿੰਘ ਹੁੰਦਾ ਸੀ ਵਗੈਰਾ ਉਹਨਾਂ ਨੇ ਮਤਲਬ ਉੱਥੇ ਸੰਤਾਂ ਨੂੰ ਖਿਲਾਰ ਕੇ ਅਤੇ ਉਹ ਫੋਟੋ ਫਾਟੋ ਖਿੱਚੀ ਨਾ ਇੱਕ ਪਾਸੇ ਸੰਤ ਖੜ੍ਹੇ ਇੱਕ ਪਾਸੇ ਲੌਂਗੋਵਾਲ ਸੀ ਉਹ ਉਦੋਂ ਸਾਨੂੰ ਇਹ ਚੀਟਿੰਗ ਤਾਂ ਨਹੀਂ ਪਤਾ ਹੁੰਦਾ ਵੀ ਇਹ ਪੱਤਰਕਾਰੀ 'ਚ ਚੀਟਿੰਗ ਵੀ ਹੁੰਦੀ ਹੈ ਕੋਈ ਨਹੀਂ ਮਤਲਬ ਨਹੀਂ ਸੀ ਇੰਨਾ ਕੁਛ ਸਮਝ ਉਹ ਕਿਉਂ ਲੋਕਾਂ ਨੇ ਲੌਂਗੋਵਾਲ ਦੀ ਫੋਟੋ ਦਾ ਉੱਤੋਂ ਸਿਰ ਜਿਹਾ ਪਾਸੇ ਕਰਕੇ ਅਤੇ ਉੱਤੇ ਭਾਈ ਅਮਰੀਕ ਸਿੰਘ ਦੀ ਫੋਟੋ ਲਾਈ ਕਈਆਂ ਨੇ ਵਿਰੋਧ ਕੀਤਾ ਵੀ ਇਹ ਤੁਸੀਂ ਗਲਤ ਕੀਤਾ ਵੀ ਭਾਈ ਅਮਰੀਕ ਸਿੰਘ ਦੀ ਫੋਟੋ ਉੱਤੇ ਕੋਈ ਲਾਤੀ ਕਈਆਂ ਨੇ ਫਿਰ ਮੁੜ ਕੇ ਲੌਂਗੋਵਾਲ ਦੀ ਫੋਟੋ ਹੀ ਚੱਲਣ ਦਿੱਤੀ ਕਈਆਂ ਨੇ ਫੋਟੋ ਵੈਸੇ ਹੀ ਗੈਪ ਕਰਕੇ ਇਕੱਲੀ ਸਨ ਜਰਨੈਸ ਵਾਲੀ ਧਿਰ ਦੀ ਇੱਕ ਸਾਈਡ ਦੀ ਜਿਹੜੀ ਫੋਟੋ ਸੀ ਤੋਪ ਦੀ ਉਹ ਚੱਲਦੀ ਰਹੀ ਤੋ ਉੱਤੇ ਛੱਜਾ ਜਿਹਾ ਬੱਧਾ ਇਉਂ ਲੱਗਦਾ ਵੀ ਜਿਵੇਂ ਰਾਜੇ ਮਹਾਰਾਜਿਆਂ ਦਾ ਜਾਂ ਕੋਈ ਮਹਿਲ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਪੁੱਛਦਾ ਵੀ ਇਹ ਕੀ ਆਪਣੇ ਉੱਥੋਂ ਦਾ ਖਾਲਸਾ ਕਾਲਜ ਦੀ ਹੈ ਜਾਂ ਕਿਸੇ ਹੋਰ ਜਗ੍ਹਾ ਦੀ ਉਹ ਅਸਲ ਵਿੱਚ ਜਿਹੜੀ ਲੰਗਰ ਦੀ ਉੱਪਰੀ ਬਿਲਡਿੰਗ ਸੀ ਉਦੋਂ ਥੱਲੇ ਉੱਤਰਦੇ ਜਦੋਂ ਧਰਤੀ 'ਤੇ ਆ ਜਾਂਦਾ ਸੀ ਅਤੇ ਉੱਥੇ ਇੱਕ ਲੱਕੜ ਦਾ ਬਣਾ ਕੇ ਉਹਦੇ ਉੱਤੇ ਕੱਪੜੇ ਕੁੱਪੜੇ ਪਾ ਕੇ ਤੋਪ ਖਿਲਾਰ ਕੇ ਉਹਦੇ 'ਤੇ ਹਾਰ ਹੂਰ ਪਾਏ ਸੀ ਉੱਥੇ ਫੋਟੋ ਖਿੱਚੀ ਹੋਈ ਆ ਇੱਦਾਂ ਮਤਲਬ ਜਾਣੀ ਕਿ ਇੱਕ ਇਹ ਚੱਲਦੀ ਸੀ ਰਾਜਨੀਤਿਕ ਥੋੜ੍ਹਾ ਜਿਹਾ ਭਾਈ ਸਾਹਿਬ ਤੋਪ ਬਾਰੇ ਦੱਸ ਦਿਓ ਕੀ ਪਿਛੋਕੜ ਹੈ ਤੋਪ ਇਹਨਾਂ ਜਿਹੜੀਆਂ ਪੁਰਾਣੀਆਂ ਤੋਪਾਂ ਸਨ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਅੰਗਰੇਜ਼ਾਂ ਕੋਲ ਚਲੇ ਗਈਆਂ ਅਜੇ ਪਟਿਆਲੇ ਦੇ ਕਿਲੇ ਵਿੱਚ ਕਈ ਤੋਪਾਂ ਨੇ ਕੋਟਕਪੂਰੇ ਵੀ ਹੁੰਦੀਆਂ ਹੈਗੀਆਂ ਸੀ ਫਰੀਦਕੋਟ ਵੀ ਸਨ ਨਾਭੇ ਵੀ ਸਨ ਜੀਂਦ ਵਿੱਚ ਸਨ ਔਰ ਸੰਗਰੂਰ ਵਿੱਚ ਵੀ ਸਨ ਕਪੂਰਥਲੇ ਸਨ ਸ਼ਸ਼ਰੌਲੀ ਵੀ ਸਨ ਭਰਤਗੜ੍ਹ ਵਿੱਚ ਕਿਤੇ ਇੱਕ ਕਿਤੇ ਦੋ ਜਿੱਦਾਂ ਦੀ ਕਿਸੇ ਦੀ ਤਾਕਤ ਸੀ ਹਾਂਜੀ ਤੋ ਵੱਖ ਵੱਖ ਜਿਹੜੀਆਂ ਜਿਹੜੀਆਂ ਆਪਣੀਆਂ ਸਿੱਖ ਰਿਆਸਤਾਂ ਸਨ ਉਹਨਾਂ ਦੇ ਕੋਲ ਮਤਲਬ ਜਾਣੀ ਕਿ ਇਹੋ ਜਿਹਾ ਹੈਗਾ ਸੀ ਹਾਂਜੀ ਅਤੇ ਉਹ ਜਿਹੜੀ ਤੋਪ ਸੀ ਉਹ ਇੱਥੇ ਅਕਾਲੀ ਦੋ ਗੱਲਾਂ ਆਉਂਦੀਆਂ ਨੇ ਇੱਕ ਤਾਂ ਉਹ ਕਹਿੰਦੇ ਨੇ ਕਿ ਇਹ ਜਿਹੜਾ ਕਿਲ੍ਹਾ ਗੋਬਿੰਦਗੜ੍ਹ ਹੈ ਇੱਥੋਂ ਤੋਪ ਇੱਥੇ ਆਈ ਆ ਕੁਝ ਲੋਕ ਇਹ ਕਹਿੰਦੇ ਆ ਕਿ ਇਹ ਤੋਪ ਜਿਹੜੀ ਸੀ ਇਹ ਅਕਾਲੀ ਫੁੱਲਾਂ ਦੇ ਬੁਰਜ ਹੁੰਦੀ ਸੀ ਉੱਥੋਂ ਮੁੜ ਕੇ ਬਾਅਦ 'ਚ ਇੱਥੇ ਆ ਗਈ ਕੁਝ ਲੋਕ ਇਹ ਕਹਿੰਦੇ ਆ ਕਿ ਇੱਥੇ ਜਦੋਂ ਅੰਗਰੇਜ਼ ਇੱਕ ਵਾਰ ਮੱਥਾ ਟੇਕਣ ਵਾਸਤੇ ਆਏ ਜਾਂ ਕੁਛ ਆਏ ਉਹਨਾਂ ਨੂੰ ਸਲਾਮੀ ਦਿੱਤੀ ਸੀ ਸਲਾਮੀ ਦੇਣ ਲਈ ਇੱਕ ਤੋਪ ਜਿਹੜੀ ਸੀ ਧੂ ਕੇ ਅਤੇ ਇੱਥੇ ਲੈ ਜਾਂਦੀ ਹਾਂਜੀ ਅਤੇ ਉਹ ਸਲਾਮੀ ਜਿਹੜੀ ਸੀ ਇੱਥੇ ਬਾਹਰ ਇੱਥੇ ਕਿਤੇ ਲਾਗੇ ਬੰਨੇ ਕਿਤੇ ਉਹ ਉਹਨੂੰ ਦਿੱਤੀ ਕੋਈ ਇਹ ਵੀ ਕਹਿੰਦੇ ਜਦੋਂ ਜਾਰਜ ਪੰਚਮ ਇੱਥੇ ਆਇਆ ਅਤੇ ਉਦੋਂ ਇਹਦੇ ਖਾਲੀ ਰੌਂਦ ਜਿਹੜੇ ਸੀ ਉਹ ਚਲਾਏ ਗਏ ਇਸ ਧੋਪ ਵਿੱਚੋਂ ਇਹ ਵੱਖ ਵੱਖ ਮਤਲਬ ਕਿ ਇਹਦੇ ਪਿਛੋਕੜ ਨੇ ਪਰ ਮੇਰੇ ਕੋਲ ਜਿਹੜੀਆਂ ਮੋਟੀ ਥੋੜ੍ਹੀ ਮੈਂ ਮੇਰੇ ਕੋਲ ਇੱਦਾਂ ਦੀ ਜਾਣਕਾਰੀ ਹੈ ਇਕੱਠੀ ਹੋਈ ਕਿ ਪਰ ਪੱਕੀ ਜੇ ਮੈਂ ਕਹਾਂ ਵੀ ਇਹ ਤੋਪ ਕਿੱਥੋਂ ਆਈ ਮੈਂ ਉਹ ਹਿਸਟਰੀ ਇੱਦਾਂ ਦੀ ਨਹੀਂ ਹੈਗੀ ਕਿਉਂਕਿ ਇਹ ਤੋਪ ਐਡੇ ਵੱਡੀ ਤੋਪ ਨਹੀਂ ਹੈਗੀ ਜਿੱਡੀਆਂ ਵੱਡੀਆਂ ਤੋਪਾਂ ਮਹਾਰਾਜਾ ਰਣਜੀਤ ਸਿੰਘ ਵੇਲੇ ਦੀਆਂ ਸਨ ਉਹ ਜਿਵੇਂ ਉਹਨਾਂ ਦੇ ਵੇਲੇ ਤੋਂ ਵੀ ਪਹਿਲਾਂ ਜਿਹੜੀਆਂ ਬਣੀਆਂ ਹੋਈਆਂ ਭੰਗੀਆਂ ਦੀ ਤੋਪ ਅੱਜ ਅਸੀਂ ਲਾਹੌਰ 'ਚ ਵੇਖਦੇ ਹਾਂ ਕਾਲਜ ਦਿਆਲ ਸਿੰਘ ਦੇ ਲਾਗੇ ਚੌਂਕ 'ਚ ਖੜ੍ਹੀ ਹੋਈ ਹੋਰ ਇੱਥੇ ਕਿਲ੍ਹਾ ਗੋਬਿੰਦਗੜ੍ਹ ਦੇਖਦੇ ਹਾਂ ਜਾਂ ਪਟਿਆਲੇ ਦੇਖਦੇ ਹਾਂ ਅਤੇ ਉਹ ਬਹੁਤ ਵੱਡੀਆਂ ਤੋਪਾਂ ਨੇ ਇਹ ਤਾਂ ਇੱਕ ਛੋਟੀ ਤੋਪ ਸੀ ਧੂ ਕੇ ਲੈ ਕੇ ਆਉਣ ਵਾਲੀ ਅਤੇ ਇਹ ਅੰਗਰੇਜ਼ੀ ਤੋਪ ਲੱਗਦੀ ਹੈ ਜਿਹੜੀ ਜੋ ਜਾਪਦੀ ਹੈ ਕਿਉਂਕਿ ਇਹਦੇ ਜਿਹੜਾ ਸਪ੍ਰਿੰਗ ਪਾਇਆ ਹੋਇਆ ਉਹ ਅੰਗਰੇਜ਼ੀ ਸਿਸਟਮ ਦਾ ਹੈ ਦੂਜਾ ਹੈ ਕਿ ਜੇ ਉਹਨਾਂ ਦੀਆਂ ਤੋਪਾਂ ਹਲਕੀਆਂ ਸਨ ਸਾਡੇ ਨਾਲੋਂ
ਅਤੇ ਇਹ ਹੌਲੀ ਤੋਪ ਹੈ ਇਹ ਮਤਲਬ ਕਿਸੇ ਵੀ ਜਾਨਵਰ ਘੋੜੇ ਮਗਰ ਜਾਂ ਤਗੜੇ ਮਗਰ ਜਾਂ ਹਾਥੀ ਤਾਂ ਚਲੋ ਵੱਡੀਆਂ ਤੋਪਾਂ ਵੀ ਖਿੱਚ ਲੈਂਦੇ ਸਨ ਅਤੇ ਮਤਲਬ ਜਾਣੀ ਕਿ ਘੋੜੇ ਮਗਰ ਪਾ ਕੇ ਜਿੱਥੇ ਮਰਜ਼ੀ ਇਹਨੂੰ ਲਿਜਾਇਆ ਜਾ ਸਕਦਾ ਤੋ ਇਹ ਹੌਲੀ ਤੋਪ ਇਹ ਉਹ ਲੱਗਦੀ ਵੀ ਜਿਹੜੀਆਂ ਅੰਗਰੇਜ਼ਾਂ ਦੀਆਂ ਬਣੀਆਂ ਤੋਪਾਂ ਸੀ ਉਹਨਾਂ ਵਿੱਚੋਂ ਇੱਕ ਤੋਪ ਹੈ ਜੀ। ਚਲੋ ਆਪਾਂ ਅੱਗੇ ਗੱਲ ਹੋ ਰਹੀ ਹੈ ਕਿ ਜਦੋਂ ਤੁਸੀਂ ਦੱਸਿਆ ਕਿ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਵਿੱਚ ਪੈ ਕੇ ਅਤੇ ਅਕਾਲੀ ਦਲ ਦੇ ਦੋ ਧੜਿਆਂ ਦੀ ਏਕਤਾ ਦੇ ਰੂਪ ਦੇ ਵਿੱਚ ਜਦੋਂ ਧਰਮਯੁੱਧ ਮੋਰਚਾ ਲੱਗ ਗਿਆ ਤਾਂ ਸੰਤਾਂ ਦੇ ਮੋਰਚੇ ਜਿਹੜਾ ਲਾਇਆ ਸੀ ਭਾਈ ਅਮਰੀਕ ਸਿੰਘ ਅਤੇ ਸਾਥੀਆਂ ਦੀ ਗ੍ਰਿਫਤਾਰੀ ਬਾਰੇ ਉਹਦੀ ਸਪੋਰਟ ਕਰ ਦਿੱਤੀ ਉਹ ਮਾਹੌਲ ਇੱਕ ਸਿਖਾਵਾਂ ਵੀ ਬਣਿਆ ਦਫ਼ਤਰ ਵੀ ਜਿਹੜਾ ਸੀ ਉਹਨੂੰ ਫੈਡਰੇਸ਼ਨ ਵਾਲੇ ਸਿੰਘਾਂ ਨੇ ਵੀ ਕੁਝ ਹੱਦ ਤੱਕ ਵਰਤਿਆ ਫਿਰ ਇਸ ਤੋਂ ਅੱਗੇ ਗੱਲ ਕਿਵੇਂ ਤੁਰਦੀ ਆ ਅੱਛਾ ਇਸ ਤੋਂ ਅਗਾਂਹ ਚੱਲਦਿਆਂ ਹੋਇਆਂ ਮਤਲਬ ਯਾਨੀ ਕਿ ਉਹ ਟੌੜਾ ਸਾਹਿਬ ਦਾ ਤਾਂ ਇਹ ਸੀ ਕਿ ਉਹਨੇ ਸੰਤ ਜਰਨੈਲ ਸਿੰਘ ਵਾਲਾ ਅਤੇ ਲੌਂਗੋਵਾਲ ਵਾਲਾ ਜਿਹੜਾ ਮੋਰਚਾ ਸੀ ਨਾ ਉਹ ਇਕੱਠੇ ਕੀਤੇ ਸਨ ਗਾਂਹ ਤਲਵੰਡੀ ਨੂੰ ਸੰਤ ਜਰਨੈਲ ਸਿੰਘ ਵਿੱਚ ਲੈ ਆਏ ਕੋਈ ਹੋਰ ਆਇਆ ਕਿਸੇ ਨੂੰ ਸੰਤਾਂ ਨੇ ਮਨਾ ਲਿਆ ਹੋਰ ਨੂੰ ਆਇਆ ਤੂੰ ਵੀ ਆ ਜਾ ਤੂੰ ਵੀ ਆ ਜਾ ਤੋ ਇੱਦਾਂ ਕਰਕੇ ਗ੍ਰਿਫਤਾਰੀਆਂ ਕੁਝ ਅਕਾਲੀਆਂ ਨਾਲ ਰਲਦੇ ਗਏ ਕੋਈ ਇੱਧਰ ਦੀ ਰਲਦੇ ਗਏ ਸੰਤਾਂ ਨੇ ਇੱਕ ਮਨ 'ਚ ਸੀ ਉਹਨਾਂ ਦੇ ਵੀ ਸਿੱਖਾਂ ਨੂੰ ਮੈਂ ਪੋਲੀਟੀਕਲ ਤੌਰ 'ਤੇ ਬਹੁਤ ਸੁਚੇਤ ਕਰਨਾ ਉਹ ਪ੍ਰੋਫੈਸਰ ਡਾਕਟਰ ਹਿਸਟੋਰੀਕਲੀ ਇਹਨਾਂ ਲੋਕਾਂ ਦੇ ਨਾਲ ਉਹਨਾਂ ਦਾ ਬੜਾ ਸੰਬੰਧ ਸੀ ਪਿਆਰਾ ਜਿਵੇਂ ਹੁਣ ਗੁਰਤੇਜ ਸਿੰਘ ਵਰਗੇ ਹੋਰ ਪ੍ਰੋਫੈਸਰ ਸੁਖਦਿਆਲ ਸਿੰਘ ਵਰਗੇ ਇੱਕ ਨਹੀਂ ਆ ਪੰਨੂ ਪਤਾ ਨਹੀਂ ਕਿਹੜੇ ਕਿਹੜੇ ਸਨ ਮੈਂ ਹੁਣ ਐਵੇਂ ਨਾਂ ਲਵਾਂ ਕੋਈ ਮਹਿੰਦਰ ਪ੍ਰਿੰਸੀਪਲ ਮਹਿੰਦਰ ਸਿੰਘ ਹਰੀ ਹੁੰਦੇ ਸਨ ਮਤਲਬ ਜਾਣੀ ਕਿ ਇੱਕ ਵੱਡਾ ਚੌੜਾ ਲੰਮਾ ਚੌੜਾ ਇੱਕ ਸਿਸਟਮ ਜਿਹੜਾ ਸੀ ਉਹਨਾਂ ਦੇ ਨੇੜੇ ਆ ਗਿਆ ਪੜ੍ਹੇ ਲਿਖੇ ਵਰਗ ਦਾ ਕੋਈ ਸਾਬਕਾ ਫੌਜ ਦੇ ਜਨਰਲ ਜਿਹੜੇ ਸੀ ਉਹਨਾਂ ਦੇ ਨੇੜੇ ਆ ਗਏ ਕੁਝ ਇਹ ਆ ਗਏ ਕੁਝ ਹੋਰ ਨੌਜਵਾਨ ਜਿਹੜੇ ਸੀ ਉਹ ਆ ਗਏ ਉਹਨਾਂ ਨੇ ਮਤਲਬ ਕਿ ਇਹਨੂੰ ਇੱਕ ਸ਼ਕਲ ਇਹ ਦੇਣੀ ਆਰੰਭ ਕਰਤੀ ਕਿ ਇਹ ਇਹ ਜਥੇਬੰਦਕ ਢਾਂਚੇ ਦੇ ਰੂਪ 'ਚ ਉਹ ਸੀ ਫੈਡਰੇਸ਼ਨ ਦੇ ਰੂਪ 'ਚ ਇੱਕ ਤਾਂ ਜਿਹਦੇ ਵਿੱਚ ਉਹ ਤਕਰੀਬਨ ਵੀ ਇਹ ਕਹਿਤਾ ਵੀ ਹਰ ਸਿੱਖ ਜਿਹੜਾ ਉਹ ਸਦਾ ਹੀ ਸਿੱਖ ਦਾ ਮਤਲਬ ਹੁੰਦਾ ਸਿੱਖਿਆ ਲੈਣੀ ਅਤੇ ਸਿੱਖ ਸਾਰੀ ਜ਼ਿੰਦਗੀ ਹੀ ਵਿਦਿਆਰਥੀ ਹੁੰਦਾ ਵੀ ਉਹ ਅਖੀਰ ਤੱਕ ਸਿੱਖਿਆ ਲੈਂਦਾ ਰਹਿੰਦਾ ਆਪਣੇ ਗੁਰੂ ਤੋਂ ਵੀ ਲੈਂਦਾ ਆਪਣੇ ਉਸਤਾਦ ਤੋਂ ਵੀ ਲੈਂਦਾ ਅਤੇ ਆਪਣੇ ਇਤਿਹਾਸ ਤੋਂ ਵੀ ਲੈਂਦਾ ਅਤੇ ਇਹ ਇਹ ਗ੍ਰਹਿਣ ਕਰਨ ਦਾ ਇੱਕ ਮਤਲਬ ਇਹ ਕਹਿ ਕੇ ਉਹਨਾਂ ਨੇ ਪਿੰਡਾਂ ਵਿੱਚ ਜਿਹੜੇ ਸਿਆਣੀ ਸਿਆਣੀ ਉਮਰ ਦੇ ਬੰਦੇ ਸੀ ਉਹ ਵੀ ਫੈਡਰੇਸ਼ਨ ਦਾ ਹਿੱਸਾ ਬਣ ਗਏ ਫਿਰ ਉਹਨੂੰ ਜਥੇਬੰਦਕ ਤੌਰ 'ਤੇ ਕਾਨਫਰੰਸਾਂ ਜਿਹੜੀਆਂ ਸੀ ਉਸ ਸਮੇਂ ਸੰਤਾਂ ਦੇ ਨਾਲ ਸੁਖਜਿੰਦਰ ਸਿੰਘ ਆ ਗਿਆ ਉਹ ਆਪਣਾ ਭਰਪੂਰ ਸਿੰਘ ਬਲਵੀਰ ਆ ਗਿਆ ਉਹ ਕਾਨਫਰੰਸਾਂ ਇੱਦਾਂ ਦੇ ਮਤਲਬ ਜਾਣੀ ਕਿ ਹੋਰ ਕਿਤੇ ਜਨਰਲ ਸ਼ਬੇਕ ਸਿੰਘ ਜਾਂ ਹੋਰ ਜਿਹੜੇ ਸੀ ਉਹ ਬਾਹਰ ਅੰਦਰ ਸਟੇਜਾਂ 'ਤੇ ਕਿਤੇ ਨਾ ਕਿਤੇ ਜਾਂਦੇ ਸਨ ਅਤੇ ਸੰਤਾਂ ਨੇ ਵੀ ਆਪਣੇ ਵੱਲੋਂ ਕਿਤੇ ਮੈਨੂੰ ਭਾਈ ਰਿਛਪਾਲ ਸਿੰਘ ਭੇਜ ਦੇਣਾ ਕਿਤੇ ਉਹ ਭਾਈ ਸੁਰਜੀਤ ਸੁਰਾਗੀ ਹੁੰਦਾ ਸੀ ਜਿਹੜੇ ਮਤਲਬ ਕਥਾ ਕਰ ਲੈਂਦੇ ਜਾਂ ਬਾਹਰ ਅੰਦਰ ਵੀ ਜਾਂਦੇ ਉਹਨਾਂ 'ਤੇ ਕੇਸ ਨਹੀਂ ਹੁੰਦੇ ਸਨ ਅਤੇ ਪੰਜਾਂ ਪ੍ਰੇਮ ਚਲੇ ਜਾਂ ਉਹ ਮਤਲਬ ਬੋਲਣ ਵਾਲਿਆਂ ਨਾਲ ਕਿਤੇ ਨਾ ਕਿਸੇ ਜਗ੍ਹਾ 'ਤੇ ਉਹ ਭੇਜ ਦੇਣਾ ਫੈਡਰੇਸ਼ਨ ਵਾਲੇ ਨੌਜਵਾਨ ਹੁੰਦੇ ਸੀ ਜਿਹੜੇ ਉਹ ਉਹਨਾਂ ਨਾਲ ਹਲਕਿਆਂ ਦੇ ਹੀ ਜਾਂ ਜਿਹਨਾਂ ਦੇ ਉੱਤੇ ਇਹੋ ਜਿਹੀ ਗੱਲ ਨਹੀਂ ਸੀ ਹੁੰਦੀ ਉਹ ਚਲੇ ਜਾਂਦੇ ਸਨ ਪਰ ਭਾਈ ਅਮਰੀਕ ਸਿੰਘ ਤਾਂ ਓਵਰਹਾਲ ਦੇਖਦੇ ਸਨ ਪਰ ਫੈਡਰੇਸ਼ਨ ਨੂੰ ਉਹ ਹਰਮਿੰਦਰ ਸਿੰਘ ਸੰਧੂ ਜਿਹੜਾ ਸੀ ਇਹ ਇਹ ਮਤਲਬ ਕਿ ਇਹ ਸਾਰੇ ਸਿਸਟਮ ਨੂੰ ਇਹ ਚਲਾਉਂਦਾ ਸੀ ਇਹ ਮਤਲਬ ਜਾਂ ਦਫ਼ਤਰ ਵਿੱਚ ਕੀ ਹੋ ਰਿਹਾ ਦੂਜਾ ਕੀ ਹੋ ਰਿਹਾ ਸੱਜੇ ਕੀ ਹੋ ਰਿਹਾ ਜਥੇਬੰਦੀ ਦੇ ਢਾਂਚੇ ਉਹਨਾਂ ਦੀ ਲਿਖਤਾਂ ਉਹਨਾਂ ਦੇ ਸਰਕਲ ਉਹਨਾਂ ਦੇ ਹੋਰ ਜਿਹੜਾ ਤਹਿਸੀਲ ਪੱਧਰ 'ਤੇ ਕੀ ਆ ਸਰਕਲ ਪੱਧਰ 'ਤੇ ਕੀ ਆ ਖੁਲਾਣਾ ਕੀ ਆ ਕਿਸੇ ਦੀ ਉਹ ਜੋ ਵੀ ਸ਼ਿਕਾਇਤ ਆਈ ਉਹ ਵੀ ਇਹਨਾਂ ਕੋਲ ਆਉਣੀ ਉਹਨੂੰ ਦਰਜ ਵੀ ਕਰਨਾ ਫਿਰ ਉਹਨੂੰ ਸੱਦਣਾ ਵੀ ਉਹਨੂੰ ਪੁੱਛਣਾ ਵੀ ਤੂੰ ਕਿਉਂ ਆਈ ਕਿਵੇਂ ਆਈ ਇੱਦਾਂ ਕਰਕੇ ਹਾਂਜੀ ਤੋ ਇੱਕ ਸਿਸਟਮ ਫੈਡਰੇਸ਼ਨ ਵਾਲਾ ਜਿਹੜਾ ਸੀ ਜਥੇਬੰਦਕ ਰੂਪ ਜਿਹੜਾ ਸੀ ਉਹ ਲੈ ਰਿਹਾ ਸੀ ਅਤੇ ਤਾਂ ਹੀ ਫੈਡਰੇਸ਼ਨ ਦੇ ਉੱਤੇ ਸਰਕਾਰ ਨੇ ਮੁੜ ਕੇ ਪਾਬੰਦੀ ਲਾ ਦਿੱਤੀ ਸੀ 84 ਤੋਂ ਪਹਿਲਾਂ ਤਕਰੀਬਨ ਮੇਰਾ ਖਿਆਲ ਹੈ ਜਨਵਰੀ ਫਰਵਰੀ ਜਿਹੇ 'ਚ ਕਿਤੇ ਪਾਬੰਦੀ ਜਿਹੜੀ ਸੀ ਇਹਨਾਂ ਦਿਨਾਂ 'ਚ ਲੱਗ ਗਈ ਸੀ ਇਹਦੇ 'ਤੇ ਇਹ ਇੱਕ ਢਾਂਚਾ ਦੇ ਬਰਾਬਰ ਸੰਤਾਂ ਨੇ ਇੱਕ ਹੋਰ ਸਿਰਜਿਆ ਜਿਹਦੇ ਵਿੱਚ ਕੁਝ ਆਦਮੀ ਸਨ ਜਿਵੇਂ ਗੁਰਤੇਜ ਸਿੰਘ ਸਨ ਤੇਜਵੰਤ ਸਿੰਘ ਗਰੇਵਾਲ ਸੀ ਸੁਖਵੰਤ ਸਿੰਘ ਬਾਸਰਕੇ ਸਨ ਬਾਪੂ ਆਸਾ ਸਿੰਘ ਹੁੰਦੇ ਸਨ ਇੱਥੇ ਬਾਪੂ ਅਮਰ ਸਿੰਘ ਜੀ ਹੁੰਦੇ ਸਨ ਇੱਧਰ ਫੈਡਰੇਸ਼ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੁੰਦੇ ਸਨ ਸਰਦਾਰ ਸਿਕੰਦਰ ਸਿੰਘ ਇੱਕ ਭਾਰੇ ਜਿਹੇ ਸਰੀਰ ਦੇ ਹੁੰਦੇ ਸੀ ਹਰਗੋਬਿੰਦਪੁਰ ਸਾਹਿਬ ਲਾਗੇ ਦੇ ਆਤਮਾ ਸਿੰਘ ਹੁੰਦੇ ਸੀ ਫਿਰੋਜ਼ਪੁਰ ਦਾ ਉਹ ਗੁਰਜੀਤ ਸਿੰਘ ਦਾ ਪਰਿਵਾਰ ਦਾ ਦਰਸ਼ਨ ਸਿੰਘ ਜਿਹੜਾ ਸੀ ਉਹ ਮੈਂਬਰ ਹੁੰਦਾ ਸੀ ਮੋਗੇ ਤੋਂ ਮੈਂਬਰ ਸਾਨੂੰ ਗਿੱਲ ਗਿੱਲ ਕਹਿੰਦੇ ਹੁੰਦੇ ਸੀ ਮੈਨੂੰ ਉਹਦਾ ਨਾਂ ਨਹੀਂ ਹੁਣ ਚੇਤੇ ਆ ਰਿਹਾ ਸ਼ਾਇਦ ਅਮਰ ਸਿੰਘ ਸੀ ਕੌਣ ਸੀ ਇੱਦਾਂ ਕਰਕੇ ਸੰਤਾਂ ਦਾ ਭਰਾ ਵੀ ਉਹਨਾਂ ਵਿੱਚ ਸੀ ਉਹਨੇ ਜੇ ਕਿਤੇ ਕਿਤੇ ਸਿੱਖ ਵੀ ਆ ਜਾਂਦੇ ਸਨ ਮਤਲਬ ਜਾਣੀ ਕਿ ਉਹਦੇ ਕੋਈ ਵਕੀਲ ਕੋਈ ਹੋਰ ਚੰਡੀਗੜ੍ਹ ਦੇ ਜਾਂ ਇੱਧਰ ਉੱਧਰ ਦੇ ਇੱਕ ਉਹ ਸਿਸਟਮ ਜਿਹੜਾ ਸੀ ਉਹ ਫੈਡਰੇਸ਼ਨ ਤੋਂ ਇਲਾਵਾ ਵੀ ਸੰਤ ਇੱਕ ਜਿਹੜਾ ਸੀ ਉਹ ਇੱਕ ਕੰਮ ਕਰ ਰਿਹਾ ਸੀ ਜਿਹਨੂੰ ਉਹਨਾਂ ਨੇ ਪਹਿਲਾਂ 51 ਮੈਂਬਰੀ ਕਮੇਟੀ ਬਣਾਈ ਫਿਰ ਉਹਨਾਂ ਦੇ ਥੱਲੇ ਗਾਂ ਹੌਲੀ ਹੌਲੀ ਉਹਨਾਂ ਨਾਲ ਲੋਕ ਰਿਲੇਸ਼ਨ ਉਸ ਪੈਨਲ ਨੂੰ ਸੰਤਾਂ ਨੇ ਕੋਈ ਨਾਮ ਵੀ ਦਿੱਤਾ ਸੀ ਹਾਂ ਨਾਂ ਦਿੱਤਾ ਸੀ ਉਹ ਉਹਦਾ ਨਾਂ ਸ਼ਾਇਦ ਸੰਤਾਂ ਨੇ ਇਹ ਰੱਖਿਆ ਸੀ ਕਿ ਆਪਣਾ ਕੀ ਕਹਿੰਦੇ ਇਹਨੂੰ ਪੋਲੀਟੀਕਲ ਅਫੇਅਰ ਕਿ ਇਹੋ ਜਿਹਾ ਕੋਈ ਪੰਜਾਬ ਅੰਗਰੇਜ਼ੀ ਦਾ ਸ਼ਬਦ ਆ ਸੀ ਰਾਜਨੀਤਿਕ ਮਸਲਿਆਂ ਬਾਰੇ ਹਾਂ ਕੋਈ ਇਹੋ ਜਿਹਾ ਸੀ ਹਾਂ ਇਹੋ ਜਿਹਾ ਕੋਈ ਨਾਂ ਸੀ ਅਤੇ ਉਹ ਮਤਲਬ ਕਿ ਉਹਨਾਂ ਨੂੰ ਐਜ ਏ ਸਲਾਹਕਾਰ ਵਜੋਂ ਕਹਿ ਲਓ ਉਹ ਉਹਨਾਂ ਨੂੰ ਮਤਲਬ ਕਿ ਉਹਨਾਂ ਨੇ
ਰਾਜਸੀ ਸਲਾਹਕਾਰ, ਹਾਂ ਰਾਜਸੀ ਸਲਾਹਕਾਰ ਹੀ ਕਹਿ ਲਓ ਤੁਸੀਂ, ਅਤੇ ਉਹ ਇੱਕ ਵਰਗ ਇੱਕ ਵੱਖਰਾ ਸੀ ਜਿਹਦੇ 'ਚ ਕੋਈ ਸਾਬਕਾ ਫੌ ਅਫਸਰ ਜਿਹੜੇ ਸਨ ਜਾਂ ਕੋਈ ਸਾਬਕਾ ਆਈ ਐੱਸ ਅਫਸਰ ਆਈ ਪੀ ਐੱਸ ਅਫਸਰ, ਉਹ ਇੱਦਾਂ ਦਾ ਇੱਕ ਜਿਹੜਾ ਇੱਕ ਤਾਮ ਝਾਮ ਜਿਹੜਾ ਸੀ ਉਹ ਉਹਨੇ ਉਹ ਉਸ ਵਿੱਚ ਉਹ ਚੱਲਦਾ ਸੀ, ਪਰ ਉਹ ਇੱਕ ਉਹਨਾਂ ਤੋਂ ਵੱਖਰਾ ਸੀ ਜਿਵੇਂ ਕਿਸੇ ਮੋਟਰ ਦੇ ਗੇਅਰ ਹੁੰਦੇ ਆ। ਹਾਂ, ਉਸ ਸਾਰੀ ਕਮੇਟੀ ਦਾ ਜਿਹੜਾ ਮੁਖੀ ਬਣਾਇਆ ਸੀ ਉਹ ਤੇਜਵਿੰਦਰ ਸਿੰਘ ਗਰੇਵਾਲ ਨੂੰ ਬਣਾਇਆ ਸੀ। ਅੱਛਾ ਜੀ। ਇੱਕ ਗੁਰਮੇਲ ਸਿੰਘ ਹੁੰਦਾ ਸੀ ਫਰੀਦਕੋਟ ਦਾ, ਉਹ ਵੀ ਉਹਦਾ ਮੈਂਬਰ ਹੁੰਦਾ ਸੀ। ਇੱਕ ਗੁਰਦੀਪ ਸਿੰਘ ਗਰੇਵਾਲ ਉੱਥੋਂ ਪਟਿਆਲੇ ਤੋਂ ਹੁੰਦਾ ਸੀ, ਮਤਲਬ ਜਾਣੀ ਕਿ ਇੱਦਾਂ ਦਾ ਇੱਕ ਬਹੁਤ ਲੰਮਾ ਚੌੜਾ ਜਿਹਾ ਲੇਖਾ ਜੋਖਾ ਜਿਹਾ ਸੀ। ਅਤੇ ਉਹ ਉਹਦਾ ਤੇਜਵੰਤ ਸਿੰਘ ਜਿਹੜਾ ਸੀ ਉਹ ਉਹਨਾਂ ਦਾ ਮਤਲਬ ਕਰਤਾ ਧਰਤਾ ਜਾਂ ਮਤਲਬ ਕਹਿ ਲਓ ਜਾਂ ਉਹਨੂੰ ਮੁਖੀ ਬਣਾਇਆ ਸੀ, ਕੰਮ ਤਾਂ ਚਲੋ ਦੂਜੀ ਜਥੇਬੰਦੀ ਸਾਰੀ ਕਰਦੀ ਸੀ। ਅਤੇ ਉਹ ਇੱਕ ਵੱਖਰਾ ਇੱਕ ਸਿਸਟਮ ਜਿਹੜਾ ਸੀ ਉਹ ਚੱਲਦਾ ਸੀ। ਉਹਦੇ ਵਿੱਚ ਇੱਕ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਪ੍ਰਿੰਸੀਪਲਾਂ ਦਾ, ਪ੍ਰੋਫੈਸਰਾਂ ਦਾ ਅਤੇ ਡਾਕਟਰਾਂ ਦਾ, ਇਹ ਖਾਸ ਤੌਰ 'ਤੇ ਉਹਨਾਂ ਨੇ ਇੱਕ, ਅਤੇ ਵਕੀਲਾਂ ਦਾ ਇੱਕ ਉਹਨਾਂ ਨੇ ਇੱਕ ਵੱਖਰਾ ਜਿਹਾ ਪੜ੍ਹਿਆ ਲਿਖਿਆ ਵਰਗ ਜਿਹੜਾ ਸੀ। ਜੇ ਇਹ ਗੱਲ ਕਹਿ ਲਈਏ ਵੀ ਉਸ ਸਮੇਂ ਇਸ ਦੇਸ਼ ਵਿੱਚ ਸਭ ਤੋਂ ਵੱਧ ਕੋਈ ਪੜ੍ਹੀ ਲਿਖਿਆ ਮਤਲਬ ਕਿ ਵਰਗ ਜਾਂ ਇੱਕ ਪੜ੍ਹਿਆ ਲਿਖਿਆ ਆਦਮੀ ਉਹ ਸਿਆਸਤ ਵਾਲੇ ਵਿੱਚ ਜਾਂ ਸਿਆਸਤ ਵਾਲੇ ਪਾਸ ਨੂੰ ਆਰੰਭ ਹੋਇਆ ਸੀ, ਅਤੇ ਸੰਤ ਜਰਨੈਲ ਸਿੰਘ ਦੀ ਦੇਣ ਸੀ, ਚਾਹੇ ਉਹ ਫੈਡਰੇਸ਼ਨ ਸੀ, ਉਹ ਸਮੁੱਚੇ ਤੌਰ 'ਤੇ ਪੜ੍ਹਿਆ ਲਿਖਿਆ ਦੀ ਸੀ। ਹਾਂਜੀ, ਵਿਦਿਆਰਥੀ ਸੀ, ਅਤੇ ਇਹ ਇੱਕ ਮਤਲਬ ਕਿ ਇਹ ਵੀ ਜਿਹੜੇ ਸੀ ਪੜ੍ਹੇ ਲਿਖੇ ਲੋਕ ਸਨ। ਤੋ ਇਹ ਪੜ੍ਹੇ ਲਿਖੇ ਲੋਕ ਜਿਹੜੇ ਸੀ ਇਹਨਾਂ ਸਾਰਿਆਂ ਨੂੰ ਉਹ ਇਕੱਠਿਆਂ ਕਰਕੇ ਸੰਤ ਜਰਨੈਲ ਸਿੰਘ ਜਿਹੜੇ ਸੀ ਉਹ ਅੱਗੇ ਵਧਾ ਰਹੇ ਸਨ। ਇਹਨਾਂ ਦੇ ਸਹਿਯੋਗ ਵਿੱਚ ਵੀ ਕਈ ਆਦਮੀ ਐਸੇ ਸਨ, ਜਿਵੇਂ ਇੱਥੇ ਅਜੇ ਪਾਲ ਸਿੰਘ ਹੁੰਦਾ ਸੀ, ਇੱਕ ਧਰਮ ਸਿੰਘ ਮੋਹੀ ਹੁੰਦਾ ਸੀ, ਪੁਲਿਸ ਅਫਸਰ ਸਨ, ਇੱਕ ਗੁਰਸ਼ਰਨਜੀਤ ਸਿੰਘ ਜੇਜੀ ਹੁੰਦਾ ਸੀ, ਇੱਕ ਮਾਨ ਦੇ ਵੀ ਮਤਲਬ ਸੀ, ਇੱਕ ਜਰਨੈਲ ਸਿੰਘ ਚਾਹਲ ਸੀ, ਕਈ ਨਾਂ ਹੁਣ ਬਿਸਰ ਬੁਸਰ ਵੀ ਗਏ ਨੇ ਜਿਹੜੇ ਡਿਊਟੀਆਂ ਵੀ ਕਰਦੇ ਸੀ ਪਰ ਅੰਦਰ ਖਾਤੇ ਸੰਤਾਂ ਦੇ ਨਾਲ ਉਹ ਨੇੜਤਾ ਰੱਖਦੇ ਸੀ। ਸਿਮਰਜੀਤ ਸਿੰਘ ਮਾਨ ਵੀ ਉਹਨਾਂ ਵਿੱਚੋਂ ਸਨ। ਇੱਦਾਂ ਦਾ ਇੱਕ ਉਹ ਵਰਗ ਸੀ ਜਿਹੜਾ ਡਿਊਟੀ ਕਰਦਾ ਸੀ ਪਰ ਉਹ ਨਾਲ ਉਹ ਕਿਸੇ ਨਾ ਕਿਸੇ ਰੂਪ ਵਿੱਚ ਉਹ ਤਾਲਮੇਲ ਵਿੱਚ ਸਨ। ਇੱਕ ਉਹ ਵਰਗ ਸੀ। ਤੋ ਇਹ ਸਾਰਾ ਕੁਝ ਜਿਹੜਾ ਸੀ ਨਾ ਮਿਲ ਮਿਲਾ ਕੇ ਅਤੇ ਉਹ ਇੱਕ ਸ਼ਕਤੀ ਜਿਹੜੀ ਸੀ ਉਹ ਪੈਦਾ ਕਰ ਰਿਹਾ ਸੀ। ਸੰਤ ਜਰਨੈਲ ਸਿੰਘ ਨੂੰ ਅਸੀਂ ਮਤਲਬ ਜਦੋਂ ਕੋਈ ਨਾਪਣ ਲੱਗਦੇ ਹਾਂ, ਮਾਪਣ ਲੱਗਦੇ ਹਾਂ, ਅਤੇ ਅਸੀਂ ਉਹਦੇ ਨਾਲ ਬੜੀ ਬੇਨਿਆਈ ਕਰਦੇ ਹਾਂ ਅਤੇ ਕਰਦੇ ਵੀ ਬੜੀ ਬੇਹਜਾਈ ਨਾਲ ਆ। ਇੱਕ ਬੇਨਿਆਈ ਕਰਨੀ, ਹੋਰ ਚੀਜ਼ ਇੱਕ ਬੇਹਜਾਈ ਨਾਲ ਕਰਨੀ। ਅਸੀਂ ਉਹਨੂੰ ਇੱਕ ਸਿਰਫ ਸਿਪਾਹੀ ਦੇ ਰੂਪ 'ਚ ਪੇਸ਼ ਕਰਕੇ ਅਤੇ ਆਪਦੇ ਉਹਨੂੰ ਖੁਸ਼ ਕਰ ਲੈਂਦੇ, ਆਪਦੀਆਂ ਭਾਵਨਾਵਾਂ ਨੂੰ ਸਮਝ ਲੈਂਦੇ ਹਾਂ ਕਿ ਬਸ ਅਸੀਂ ਐਂ ਚਾਹੁੰਦੇ ਹਾਂ, ਅਤੇ ਇੱਦਾਂ ਸੀ ਉਹਦੇ ਹੱਥ 'ਚ ਇੱਕ ਗੱਲ 'ਚ ਸ੍ਰੀ ਸਾਹਿਬ ਪਾਈ ਸੀ ਅਤੇ ਹੱਥ 'ਚ ਉਹਦੇ ਉਹ ਕੋਈ ਹਥਿਆਰ ਫੜਿਆ ਸੀ ਅਤੇ ਉਹ ਬਸ ਫੜਿਆ ਸੀ ਅਤੇ ਉਹ ਥਰੜ ਥਰੜ ਕਰਕੇ ਗੋਲੀਆਂ ਚਲਾਈ ਜਾ ਰਹੇ ਸੀ ਅਤੇ ਬੰਦੇ ਮਰੀ ਜਾ ਰਹੇ ਸਨ, ਜਾਣੀ ਕਿ ਉਹਨੂੰ ਇੱਕ ਇਸ ਤਰ੍ਹਾਂ ਦਾ ਰੂਪ ਦੇਣਾ। ਪਰ ਸੰਤ ਜਰਨੈਲ ਸਿੰਘ ਦੀ ਇੱਕ ਜੇ ਅਸੀਂ ਉਹਦੇ ਜੀਵਨ ਦੀ ਮਤਲਬ ਕਿ ਗਾਥਾ ਨੂੰ ਸਮਝਣਾ ਪਵੇ ਤਾਂ ਸਾਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਉਹ ਇੱਕ ਉਸਤਾਦ ਵੀ ਸੀ, ਵਿਦਿਆਰਥੀ ਪੜ੍ਹਾਉਂਦਾ ਸੀ, ਉਹ ਇੱਕ ਪ੍ਰਚਾਰਕ ਸੀ ਕਿਉਂਕਿ ਵਿਚਰ ਕੇ ਪ੍ਰਚਾਰ ਬਹੁਤ ਕਰਦਾ ਸੀ ਲੋਕਾਂ ਵਿੱਚ, ਮਿਸ਼ਨਰੀ ਟਾਈਪ ਦੇ ਜਿਹਨੂੰ ਕਹਿ ਦਈਏ ਵੀ ਉਹ ਪ੍ਰਚਾਰਕ ਸੀ, ਉਹ ਇੱਕ ਧਾਰਮਿਕ ਸੰਤ ਸੀ ਕਿਉਂ ਇੱਕ ਧਾਰਮਿਕ ਸੰਸਥਾ ਦਾ ਉਹ ਮੁਖੀ ਸੀ। ਜੇ ਉਹਨੂੰ ਅਸੀਂ ਇਸ ਰੂਪ 'ਚ ਲਈਏ ਕਿ ਉਹ ਕਿਰਤੀ ਸੀ ਅਤੇ ਉਹ ਪਹਿਲਾਂ ਕਿਰਤ ਵੀ ਕਰਦਾ ਰਿਹਾ, ਜੇ ਉਹਨੂੰ ਆਪਾਂ ਇਸ ਰੂਪ 'ਚ ਲਈਏ ਕਿ ਉਹ ਇੱਕ ਸੇਵਾਦਾਰ ਸੀ ਅਤੇ ਸੇਵਾ ਬਹੁਤ ਕਰਦਾ ਸੀ, ਜੇ ਉਹਨੂੰ ਲਈਏ ਵੀ ਉਹ ਇੱਕ ਸਿਮਰਨ ਨਾਮ ਬਾਣੀ ਵਾਲਾ ਰੂਪ ਸੀ, ਅਭਿਆਸੀ ਸੀ, ਅਤੇ ਉਹ ਇੱਕ ਵੱਡੇ ਤਪੱਸਵੀਆਂ ਵਿੱਚ ਅਤੇ ਅਭਿਆਸੀਆਂ ਦੇ ਵਿੱਚ ਉਹਦਾ ਸਮਾਰ ਜਿਹੜਾ ਸੀ ਉਹ ਹੋ ਜਾਂਦਾ ਸੀ। ਜੇ ਉਹਨੂੰ ਕਹੀਏ ਕਿ ਉਹ ਇੱਕ ਰਾਜਨੀਤਿਕ ਵਿਸ਼ੇਸ਼ਲ ਰੱਖਦਾ ਸੀ ਆਪਣਾ, ਅਤੇ ਉਹ ਇੱਕ ਵੱਖਰੇ ਰੂਪ 'ਚ ਸੀ ਕਿ ਉਹ ਹਰ ਚੀਜ਼ ਨੂੰ ਸਮਝਦਾ ਸੀ ਕਿ ਕਿੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਅਤੇ ਉਹਨੂੰ ਮਤਲਬ ਕਿ ਹਰ ਅਕਾਲੀ ਬਾਰੇ ਕਾਂਗਰਸੀ ਜਿਹੜੇ ਲੀਡਰ ਜਾਂ ਹੋਰ ਜਿਹੜੇ ਲੀਡਰ ਸੀ ਉਹਨਾਂ ਦੀ ਮਨੋਬਿਰਤੀ ਅਤੇ ਉਹਨਾਂ ਦੇ ਕਰਮ ਵਿਹਾਰ ਬਾਰੇ ਉਹ ਲਗਭਗ ਜਾਣਕਾਰੀ ਰੱਖਦਾ ਸੀ। ਮਤਲਬ ਇਹ ਇੰਨੀ ਮਤਲਬ ਕਿ ਡੂੰਘਾਈ ਦੇ ਨਾਲ ਉਹ ਉਹਨਾਂ ਚੀਜ਼ਾਂ ਸਾਰੀਆਂ ਨੂੰ ਉਹ ਮਾਪਦਾ ਸੀ, ਅਤੇ ਕੁਛ ਵੀ ਮੂੰਹ ਨਾ ਕਹਿ ਕੇ ਜਾਣਦਿਆਂ ਹੋਇਆਂ ਵੀ ਮਤਲਬ ਕਿ ਉਹ ਸਾਰੇ ਵਰਤਾਰੇ ਨੂੰ ਉਹ ਵੇਖ ਕੇ ਜਾਣ ਕੇ ਅਣਡਿੱਠ ਵੀ ਕਰਦਾ ਸੀ, ਜਿਹਨਾਂ ਸੁਣ ਦੇਖ ਕੇ ਅਣਡਿੱਠ ਕੀਤਾ। ਇਹ ਜਿਹੜੀ ਇਹ ਸੰਤ ਜਰਨੈਲ ਸਿੰਘ ਦੀ ਇੱਕ ਹੈਗੀ ਸੀ, ਅਤੇ ਜਿੱਥੇ ਜਾ ਕੇ ਵੇਖਦੇ ਸੀ ਕਿ ਇਹ ਬਿਲਕੁਲ ਨੁਕਸਾਨ ਕਰਦਾ ਅਤੇ ਉਹਦੇ ਤੋਂ ਕਿਨਾਰਾ ਵੀ ਕਰਦੇ ਸਨ। ਹਾਂਜੀ, ਅਤੇ ਦੂਜੀ ਮੈਂ ਇੱਕ ਹੋਰ ਸਮਝਦਾ ਵੀ ਉਹ ਨਾ ਉਸ ਸਮੇਂ ਦੇ ਕਹਿੰਦੇ ਘੋਂਦੇ ਲੀਡਰ ਜਿਨ੍ਹਾਂ ਨੂੰ ਅਸੀਂ ਵੱਡੇ ਸਿਆਸਤਦਾਨ ਕਹਿ ਲੈਂਦੇ ਹਾਂ, ਉਹਨਾਂ ਨੂੰ ਵਰਤਣ ਦੀ ਕਲਾ ਜਿਹੜੀ ਸੀ ਮਤਲਬ ਕਿ ਉਹ ਵੀ ਉਹਨੂੰ ਆਉਂਦੀ ਸੀ।
ਨਹੀਂ ਤਾਂ ਵੱਡੇ ਲੋਕ ਜਿਹੜੇ ਨੇ ਉਹ ਆਮ ਤੌਰ 'ਤੇ ਵਰਤ ਜਾਂਦੇ, ਪਰ ਉਹ ਆਪ ਵਰਤਣ ਦੀ ਥਾਂ 'ਤੇ ਉਹਨਾਂ ਨੂੰ ਮਤਲਬ ਕਿ ਜਿੱਥੇ ਕਿਤੇ ਵੇਖਦਾ ਸੀ ਵੀ ਇਹ ਫਿਰਦਾ ਲਾਗੇ ਲਾਗੇ ਤਾਂ ਕਿੱਥੇ ਕੁ ਵਰਤਿਆ ਜਾ ਸਕਦਾ, ਅਤੇ ਉਹਦੀ ਉਹਨੂੰ ਉਹਦੀ ਵਰਤੋਂ ਵੀ ਉਹ ਕਰ ਲੈਂਦਾ ਸੀ ਕਿਸੇ ਢੰਗ ਨਾਲ ਕਿਸੇ ਨਾ ਕਿਸੇ ਰੂਪ ਵਿੱਚ, ਜਿੱਥੇ ਕਿਤੇ ਵੇਖਦਾ ਸੀ ਹੋਰ ਕਿਸੇ ਤੋਂ ਨਹੀਂ ਉਹ, ਤਾਂ ਉੱਥੇ ਉਹ ਉਸ ਚੀਜ਼ ਦੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਿੰਨਾ ਚਿਰ ਅਸੀਂ ਨਹੀਂ ਮਿਲਾਵਾਂਗੇ ਅਤੇ ਉਹ ਉਹਨਾਂ ਚਿਰ ਉਹਦੇ ਨਾਲ ਬੇਨਿਆਈ ਕਰਦੇ ਹਾਂ ਅਸੀਂ, ਵੇਖਣ ਨੂੰ ਉਹ ਇੱਕ ਚੋਲੇ ਵਾਲਾ ਗੋਲ ਦਸਤਾਰ ਵਾਲਾ ਉੱਪਰ ਦੀ ਕਿਰਪਾਨ ਵਾਲਾ ਗਲ 'ਚ ਪਿਸਤੌਲ ਵਾਲਾ ਅਤੇ ਇੱਕ ਮਤਲਬ ਕਿ ਬੜਾ ਸਿੱਧਾ ਸਾਦਾ ਜਿਹਾ ਉਹ ਇਨਸਾਨ ਸੀ ਦਿਸਦਾ, ਜੇ ਉਹਦੇ ਵਿੱਚ ਦੀ ਜਿਹੜੇ ਧਾਰਮਿਕ ਲੋਕ ਸਨ ਉਹ ਉਹਨੂੰ ਧਰਮ ਦਿਸਦਾ ਸੀ ਵੀ ਸੱਚ 'ਤੇ ਬੋਲ ਖੜ੍ਹਾ, ਰਾਜਨੀਤਿਕ ਲੋਕਾਂ ਨੂੰ ਉਹਦੇ 'ਚੋਂ ਰਾਜਨੀਤੀ ਦਿਸਦੀ ਸੀ, ਜਿਹੜੇ ਵਿਦਿਆਰਥ ਫੈਡਰੇਸ਼ਨਾਂ ਵਾਲੇ ਸੀ ਉਹਨਾਂ ਨੂੰ ਉਹਦੇ ਵਿੱਚੋਂ ਮਤਲਬ ਕਿ ਇੱਕ ਰਹਿਬਰ ਦਿਸਦਾ ਸੀ, ਦਿਲਾਂ ਦੀ ਧੜਕਣ ਦਿਸਦਾ ਸੀ ਵੀ ਸਾਡੇ ਦਿਲਾਂ ਦੀ ਇਹ ਧੜਕਣ ਹੈ ਅਤੇ ਸਾਡੀਆਂ, ਜਿਹੜੇ ਲੋਕ ਰਾਜਨੀਤਿਕ ਅਭਿਲਾਸ਼ਾ ਪੈਦਾ ਰੱਖਦੇ ਦਿਲਾਂ ਵਿੱਚ, ਜਿਹੜੇ ਸਾਡੇ ਪੁਰਾਣੇ ਵਿਸਰੇ ਹੋਏ ਰਾਜ ਭਾਗ ਦੀਆਂ ਕਹਾਣੀਆਂ ਸੀ ਉਹ ਉਹਦੇ ਵਿੱਚੋਂ ਉਹ ਚੀਜ਼ ਭਾਲਦੇ ਸਨ ਕਿ ਇਹਦੇ ਵਿੱਚ ਉਹ ਚੀਜ਼ ਜਿਹੜੀ ਹੈ ਹਾਂ ਖੁਸ਼ਬੂ ਦਿਸਦੀ ਸੀ, ਜਿਵੇਂ ਅਤੇ ਕੁਝ ਲੋਕ ਜਿਹੜੇ ਸੀ ਉਹ ਇਸ ਚੀਜ਼ ਨੂੰ ਮਾਪਦੇ ਸੀ ਕਿ ਇਹ ਮਤਲਬ ਕਿ ਜਿਹੜਾ ਸਿੱਖ ਰਾਜ ਦੇ ਅਤੇ ਹੁਣ ਤੱਕ ਦੇ ਦੌਰ ਵਿੱਚ ਇਹ ਵੱਡੇ ਕਰਦਾ ਵੀ ਹੁੰਦਾ, ਜਿਹਦੇ ਸਰਦਾਰ ਕਪੂਰ ਸਿੰਘ ਵਰਗੇ, ਲਾਲ ਸਿੰਘ ਵਰਗੇ, ਗਿਆਨੀ ਲਾਲ ਸਿੰਘ ਵਰਗੇ, ਜਾਂ ਮਤਲਬ ਜਿਹਨੂੰ ਆਪਾਂ ਕਹਿ ਦਈਏ ਹੋਰ ਕਈ ਐਸੇ ਜਿਹੜੇ ਮਤਲਬ ਵੱਡੇ ਕੱਦਾਂ ਵਾਲੇ ਲੋਕ ਸਨ ਉਹ ਉਹਨੂੰ ਉਸ ਨਜ਼ਰੀਏ ਤੋਂ ਦੇਖਦੇ ਸਨ ਕਿ ਇਹ ਕੁਛ ਹੋਰ ਤਰ੍ਹਾਂ ਦੀ ਚੀਜ਼ ਹੈ, ਉਹੋ ਜਿਹੀ ਚੀਜ਼ ਨਹੀਂ ਗੀ ਜਿਹੜੀ ਮਤਲਬ ਅਸੀਂ ਇਹਨੂੰ ਇੱਦਾਂ ਸਮਝ ਲਈਏ। ਰਾਜਨੀਤਿਕ ਲੋਕ ਇਹ ਸਮਝਦੇ ਸੀ ਯਾਰ ਕਿਤੇ ਦੁੱਖ ਸੁੱਖ ਪਿਆ, ਧੜਾ ਦੀ ਲੜਾਈ ਦੀ ਕਿਤੇ ਰੰਭ ਹੋ ਗਈ, ਕਿਤੇ ਲੌਂਗੋਵਾਲ ਸੋਚਦਾ ਸੀ ਕਿ ਜੇ ਮੈਨੂੰ ਮਤਲਬ ਕਿ ਦੂਜੇ ਕਿਸੇ ਲੀਡਰ ਤੋਂ ਤਾਂ ਮੇਰਾ ਇਹ ਸਾਥ ਦੇਵੇ ਮਾੜਾ ਜਿਹਾ ਤਾਂ ਮੇਰੀ ਮੈਂ ਅੱਗੇ ਲੰਘ ਸਕਦਾ, ਟੌੜਾ ਸੋਚਦਾ ਸੀ ਕਿ ਜੇ ਇਹਦਾ ਕਿਤੇ ਸਾਥ ਮਿਲ ਜਾਵੇ ਤਾਂ ਮੈਂ ਬਾਦਲ ਨੂੰ ਪਛਾੜ ਸਕਦਾ, ਤਲਵੰਡੀ ਸੋਚਦਾ ਸੀ ਕਿ ਮੈਂ ਲੌਂਗੋਵਾਲ ਨੂੰ ਪਛਾੜ ਸਕਦਾ, ਕੋਈ ਕੋਈ ਮਤਲਬ ਜਾਣੀ ਕਿ ਹਰ ਬੰਦਾ ਉਹਦੇ ਵਿੱਚੋਂ ਇੱਕ ਸ਼ਕਤੀ ਐਨਰਜੀ ਜਿਹੜੀ ਸੀ ਉਹਨੂੰ ਭਾਪਦਾ ਵੀ ਸੀ ਰਾਜਨੀਤਿਕ ਬੰਦਾ ਅਤੇ ਉਹਦੀ ਵਰਤੋਂ ਬਾਰੇ ਸੋਚਦਾ ਸੀ, ਪਰ ਸੰਤ ਜਰਨੈਲ ਸਿੰਘ ਉਸ ਤੋਂ ਚਾਰ ਕਦਮ ਅੱਗੇ ਹੋ ਕੇ ਖੜ੍ਹੇ ਦਿਸਦੇ ਸਨ ਕਿਉਂਕਿ ਉਹ ਸਾਰਿਆਂ ਨੂੰ ਇਹਨਾਂ ਨੂੰ ਮਤਲਬ ਕਿ ਆਪੋ ਆਪਦੀ ਥਾਂ ਦੇ ਉੱਤੇ ਉਹ ਰੱਖਦਿਆਂ ਹੋਇਆਂ ਵੀ ਉਹ ਇਹਨਾਂ ਤੋਂ ਅੱਗੇ ਲੰਘ ਕੇ ਅਤੇ ਇਹਨਾਂ ਦੀ ਵਰਤੋਂ ਕਰ ਜਾਂਦੇ ਸਨ, ਇਹ ਉਹਦੀ ਖੂਬੀਆਂ ਸੀ। ਭਾਈ ਸਾਹਿਬ, ਤੁਸੀਂ ਸੰਤ ਜਰਨੈਲ ਸਿੰਘ ਜੀ ਦੀਆਂ ਸਾਰੀਆਂ ਵਿਸ਼ੇਸ਼ਤਾਈਆਂ ਦੀ ਗੱਲ ਕਰ ਲਈ, ਬੇਸ਼ੱਕ ਕਿਸੇ ਬ੍ਰਹਮ ਗਿਆਨੀ ਦੀ ਸੰਤ ਰੂਪ ਦੀਆਂ ਵਿਸ਼ੇਸ਼ਤਾਈਆਂ ਆਪਾਂ ਗਿਣ ਵੀ ਨਹੀਂ ਸਕਦੇ, ਇੱਕ ਵਰਗ ਉਹ ਵੀ ਹੈ ਜਿਹੜਾ ਸੰਤਾਂ ਨੂੰ ਨਫ਼ਰਤ ਕਰਦਾ, ਉਹਨਾਂ ਬਾਰੇ। ਹਾਂ, ਇੱਕ ਇੱਕ ਜਦੋਂ ਇੱਕ ਚੀਜ਼ ਉਸਰਦੀ ਹੈ, ਹਾਂਜੀ, ਉਹ ਇੱਥੇ ਕਿ ਇੱਕ ਕੌਮ ਦਾ ਉਹ ਮਸੀਹਾ ਸੀ, ਜਿਹੜਾ ਇੱਕ ਕੌਮ ਦਾ ਮਸੀਹਾ ਹੋਊਗਾ ਦੂਜੀ ਕੌਮ ਦਾ ਮਸੀਹਾ ਨਹੀਂ ਬਣ ਸਕਦਾ, ਉਹ ਦੂਜੀ ਧਿਰ ਵਾਸਤੇ ਉਹ ਇੱਕ ਨਫ਼ਰਤ ਦਾ ਪਾਤਰ ਬਣੇਗਾ ਹੀ ਬਣੇਗਾ, ਇਹ ਇੱਕ ਮਤਲਬ ਕਿ ਕੁਦਰਤੀ ਇੱਕ ਵਰਤਾਰਾ ਹੈ, ਕੁਝ ਪਿਛੋਕੜ ਵੀ। ਹਾਂ, ਪਿਛੋਕੜ ਵੀ ਹੈ, ਵਰਤਾਰਾ ਵੀ ਹੈ, ਇਹ ਵਰਤਾਰਾ ਜਿਹੜਾ ਸੀ ਉਹ ਚੱਲਦਾ ਸੀ। ਦੂਜੀ ਗੱਲ ਹੈ ਕਿ ਦਿੱਲੀ ਦੀਆਂ ਜਿਹੜੀਆਂ ਸ਼ਕਤੀਆਂ ਸਨ ਉਹਨਾਂ ਨਾਲ ਉਹ ਕਈ ਟਕਰਾਅ ਪਹਿਲਾਂ ਲੈ ਚੁੱਕਾ ਸੀ, ਪਹਿਲਾਂ ਸੰਤ ਕਰਤਾਰ ਸਿੰਘ ਦੇ ਰੂਪ 'ਚ ਲੈ ਲਿਆ ਐਮਰਜੈਂਸੀ ਦੇ ਰੂਪ ਵਿੱਚ, ਮਤਲਬ ਕਿ ਉਦੋਂ ਬਾਅਦ ਨਿਰੰਕਾਰੀ ਦੇ ਰੂਪ 'ਚ ਲੈ ਲਿਆ, ਨਾਸੀ ਦੇ ਇਲੈਕਸ਼ਨ ਦੇ ਰੂਪ 'ਚ ਲੈ ਲਿਆ, 78 ਦੇ ਧਰਮ ਜਿਹੜਾ ਸਰਬ ਹਿੰਦ ਕਾਨਫਰੰਸ ਸੀ ਉੱਥੇ ਉਹਨੇ ਆਪਦੀ ਸ਼ਕਤੀ ਦਾ ਵਿਖਾਵਾ, ਹਿੰਦੁਸਤਾਨ ਦੀ ਵੱਡੀ ਲੀਡਰਸ਼ਿਪ ਜਿਹੜੀ ਸਟੇਜ 'ਤੇ ਬੈਠੀ ਨੂੰ ਵਿਖਾਤਾ ਕਿ ਲੋਕ ਮੇਰੇ ਨਾਲ ਨੇ। ਹਾਂਜੀ, ਮੈਂ ਹੁਣ ਜ਼ਿਆਦਾ ਵਿਆਖਿਆ ਨਹੀਂ ਕਿਸੇ ਚੀਜ਼ ਦੀ ਕਰਨਾ ਚਾਹੁੰਦਾ। ਲਾਲਾ ਜਗਤ ਨਾਰਾਇਣ ਕਾਂਡ ਵਿੱਚ ਉਹਨਾਂ ਦੀ ਗ੍ਰਿਫਤਾਰੀ ਅਤੇ ਰਿਹਾਈ, ਅਤੇ ਰਿਹਾਈ ਤੋਂ ਬਾਅਦ ਉਹਨਾਂ ਕਹਿਣਾ ਜੇ ਮੈਂ ਦੋਸ਼ੀ ਸੀ ਅਤੇ ਮੈਨੂੰ ਛੱਡਿਆ ਕਿਉਂ, ਅਤੇ ਜੇ ਮੈਂ ਨਿਰਦੋਸ਼ ਸੀ ਤਾਂ ਮੈਨੂੰ ਫੜਿਆ ਕਿਉਂ, ਤਾਂ ਉਹ ਚੰਦੋ ਕਲਾਂ ਵਿੱਚ ਬੱਸਾਂ ਦੂਜੀਆਂ ਤੀਜੀਆਂ ਇਹ ਹੋਇਆ ਅਤੇ ਉਹਨੇ ਉਹਦੀ ਪ੍ਰਵਾਹ ਨਹੀਂ ਗਿਣੀ, ਲੋਕਾਂ ਨੇ ਬੱਸਾਂ ਸੰਗਤ ਨੇ ਹੋਰ ਦੇ ਤੀਆਂ, ਯਾਨੀ ਕਿ ਉਹ ਇੱਕ ਮਤਲਬ ਕਿ ਇਸ ਤਰ੍ਹਾਂ ਦੀ ਚੀਜ਼ ਜਿਹੜੀ ਸੀ ਨਾ ਉਹ ਉਹਨੇ ਆਪਣੇ ਸਾਰੇ ਰੰਗ ਜਿਹੜੇ ਸੀ ਉਹ ਦਿਖਾ ਦਿੱਤੇ ਸੀ। ਖਾਲਸਾਈ ਜਲਾਲ, ਹਾਂ, ਖਾਲਸਾਈ ਜਾਹੋ ਜਲਾਲ ਦਾ ਉਹ ਪ੍ਰਤੀਕ ਉਹ ਨਿਬੜਿਆ ਸੀ। ਇਹ ਚੀਜ਼ਾਂ ਜਿਹੜੀਆਂ ਸੀ ਉਹਦੇ ਦੁਆਲੇ ਸੀ, ਇਹ ਚੀਜ਼ਾਂ ਦੇ ਉੱਤੇ ਹੀ 84 ਵਾਪਰੀ ਆ, ਮਤਲਬ 84 ਵਾਪਰਨ ਦਾ ਮਕਸਦ ਜਿਹੜਾ ਜਿੱਥੇ ਉਹ ਕੌਮ ਨੂੰ ਮਤਲਬ ਕਿ ਨਸ਼ ਜਿਹਨੂੰ ਕਹਿ ਦਈਏ ਤਹਿਸ਼ ਨਹਿਸ਼ ਕਰਨਾ ਜਾਂ ਉਹਦੇ ਮਨੋਬਲ ਨੂੰ ਤੋੜਨਾ, ਉਹਦੀ ਮਤਲਬ ਕਿ ਜਾਣੀ ਕਿ ਇੱਕ ਅਣਖ 'ਤੇ ਸੱਟ ਮਾਰਨੀ, ਵਧਣ ਫੁੱਲਣ ਤੋਂ ਰੋਕਣਾ, ਹਾਂਜੀ, ਅਤੇ ਉਹ ਜਿਹੜੀ ਚੀਜ਼ ਸੀ ਜਿੱਥੇ ਉਹ ਉਸ ਚੀਜ਼ ਨੂੰ ਉਹ ਸੋਚਦੇ ਸਨ, ਉੱਥੇ ਨਾਲ ਦੀ ਨਾਲ ਸੋਚਦੇ ਵੀ ਇਹਨਾਂ ਦਾ ਇੱਕ ਕੇਂਦਰ ਬਿੰਦੂ ਬਣ ਗਿਆ, ਅਤੇ ਕੇਂਦਰ ਬਿੰਦੂ ਐਸਾ ਵੀ ਉਹ ਨਾ ਤਾਂ ਧੱਕਾ ਲੈ ਪਾਸੇ ਹੁੰਦਾ ਅਤੇ ਨਾ ਉਹ ਉਹਨਾਂ ਦੇ ਦਾਇਰੇ ਵਿੱਚ ਹੀ ਆਉਂਦਾ, ਨਾ ਉਹ ਖਰੀਦਿਆ ਜਾ ਸਕਦਾ, ਨਾ ਉਹ ਡਰਾਇਆ ਜਾ ਸਕਦਾ, ਮਤਲਬ ਜਾਣੀ ਕਿ ਨਾ ਉਹਨੂੰ ਮਤਲਬ ਕਿ ਮੂਰਖ ਬਣਾਇਆ ਜਾ ਸਕਦਾ, ਵੀ ਉਹ ਜਾਣੀ ਕਿ ਇੰਨਾ ਚੇਤੰਨ ਹੈ, ਹਰ ਸਿੱਖ ਦੇ ਦਰਦ ਨੂੰ ਉਹ ਆਪਣੇ ਅੰਦਰ ਮਹਿਸੂਸ ਕਰਦਾ ਸੀ, ਹਰ ਸਿੱਖ ਦੀ ਖੁਸ਼ੀ ਨੂੰ ਆਪਣੇ ਅੰਦਰ ਮਹਿਸੂਸ ਕਰਦਾ ਸੀ, ਉਹਦੇ ਚਿਹਰੇ 'ਤੇ
ਉੱਤੋਂ ਹਾ ਇਹ ਚੀਜ਼ ਦਿਸ ਪੈਂਦੀ ਸੀ ਕਿ ਕਿਸੇ ਸਿੱਖ ਨੂੰ ਅੱਜ ਕੋਈ ਘਟਨਾ ਦੁਨੀਆ ਦੇ ਕਿਸੇ ਕਿਨਾਰੇ 'ਤੇ ਹੋਈ ਅਤੇ ਇਹਨੂੰ ਦਰਦ ਜਿਹੜਾ ਦਿਲ 'ਤੇ ਹੋ ਰਿਹਾ। ਅਤੇ ਜੇ ਕਿਤੇ ਸਿੱਖ ਨੂੰ ਕਿਸੇ ਨੂੰ ਮਾਣ ਤਾਨ ਮਿਲਣਾ, ਕੋਈ ਵੱਡੇ ਲੈਵਲ ਦਾ ਕੋਈ ਦੁਨੀਆ ਪੱਧਰ 'ਤੇ ਕੋਈ ਮਰਤਬਾ, ਕੋਈ ਧਾਰਮਿਕ, ਰਾਜਨੀਤਿਕ, ਸਮਾਜਿਕ, ਜਾਂ ਕੋਈ ਕਿਸੇ ਜੱਜ ਬਣ ਗਿਆ, ਕੋਈ ਐਮ ਪੀ ਬਣ ਗਿਆ, ਜਾਂ ਕੋਈ ਇੱਦਾਂ ਹੁੰਦਾ ਰਹਿੰਦਾ ਦੁਨੀਆ 'ਚ, ਕਿਤੇ ਮੇਅਰ ਬਣ ਗਿਆ, ਹੁਣ ਤਾਂ ਚਲੋ ਬਹੁਤ ਕੁਛ ਹੋ ਗਿਆ, ਉਦੋਂ ਇਹ ਨਵੀਆਂ ਗੱਲਾਂ ਸਨ। ਤਾਂ ਉਹ ਖੁਸ਼ੀ ਉਹਦੇ ਦਿਲ ਦੇ ਉੱਤੇ ਵਾਪਰਦੀ ਸੀ। ਇੱਕ ਵਾਰ ਇੰਗਲੈਂਡ ਦੀ ਸਰਕਾਰ ਨੇ ਇੱਕ ਫੈਸਲਾ ਕੀਤਾ ਉੱਥੋਂ ਨੇ ਕਿ ਸਿੱਖ ਇੱਕ ਕੌਮ ਹੀ ਨਹੀਂ, ਇੱਕ ਵੱਖਰੀ ਨਸਲ ਨੇ। ਅਤੇ ਸੰਤ ਜਰਨੈਲ ਸਿੰਘ ਦੀ ਵਿਆਖਿਆ ਬੜੀ ਸੁੰਦਰ ਕੀਤੀ ਸੀ। ਕਹਿੰਦੇ ਨਸਲ ਅਤੇ ਕੌਮ 'ਚ ਫਰਕ ਕੀ ਹੈ? ਕਹਿੰਦੇ ਵੀ ਕੌਮ ਉਹ ਹੈ ਜਿਵੇਂ ਮਤਲਬ ਇੱਕ ਦਰਖਤ ਅੰਬ ਦਾ ਹੈ, ਇੱਕ ਟਾਹਲੀ ਦਾ ਹੈ, ਇੱਕ ਬੋਹੜ ਦਾ ਹੈ, ਇੱਕ ਪਿੱਪਲ ਦਾ ਹੈ, ਉਹ ਇਹ ਵੱਖ ਵੱਖਰੀ ਨਸਲਾਂ ਨੇ। ਅਤੇ ਅੱਗੇ ਕੌਮ ਕੀ ਹੈ ਕਿ ਅੰਬ ਦੇ ਵਿੱਚ ਕਈ ਕਿਸਮ ਦਾ ਅੰਬ ਹੈ, ਮਤਲਬ ਇਹ ਲੰਗੜਾ ਅੰਬ ਹੈ ਜੀ, ਇਹ ਦੂਜਾ ਅੰਬ ਹੈ ਜੀ, ਇਹ ਟਪਕਾ ਹੈ, ਫਲਾਣਾ ਢੀਂਗੜਾ, ਆਪਾਂ ਜੋ ਵੇਖਦੇ ਹਾਂ ਹਾਂਜੀ, ਇਹ ਦਸੌਰੀ ਹੈ, ਇਹ ਇੱਦਾਂ ਕਰਕੇ। ਉਹ ਕਹਿੰਦੇ ਇੱਕ ਚੀਜ਼ ਦੇ ਵਿੱਚ ਗਾਂ ਸ਼ਕਲਾਂ ਨੇ, ਅਤੇ ਇੱਕ ਹੈਗੀ ਹੈ ਜਿਵੇਂ ਮਤਲਬ ਕਿ ਅੰਬ ਕੇਲੇ ਤੋਂ ਵੱਖਰਾ ਹੈ, ਅਤੇ ਇਹ ਨਾਰੀਅਲ ਤੋਂ ਵੱਖਰਾ ਹੈ, ਇਹ ਦੂਜੇ ਦਰਖਤ ਤੋਂ, ਦੂਜੇ ਫਲਾਂ ਤੋਂ ਵੱਖਰਾ ਹੈ। ਮਤਲਬ ਇਹ ਇੱਕ ਮਤਲਬ ਜਾਣੀ ਕਿ ਉਹ ਕਹਿੰਦੇ ਨਸਲ ਵੱਖਰੀ ਹੈ ਅਤੇ ਫਸਲ ਵੱਖਰੀ ਹੈ। ਇਹ ਚੀਜ਼ ਜਿਹੜੀ ਸੀ ਉਹਨੇ ਇਸ ਚੀਜ਼ ਦਾ ਨੌਜਵਾਨਾਂ ਦੇ ਵਿੱਚ ਪੂਰਾ ਪ੍ਰਸਾਰ ਕੀਤਾ, ਜਾਣੀ ਕਿ ਇਹ ਚੰਗੀ ਗੱਲ ਆ ਗਈ, ਅਤੇ ਉਹ ਉਸ ਨੂੰ ਫੜ ਕੇ ਆਪਣੀ ਕੌਮ ਦੇ ਵਿੱਚ ਉਹਨੇ ਧੁਰ ਅੰਦਰ ਤੱਕ ਧੱਸ ਦੇਣਾ ਉਸ ਚੀਜ਼, ਜਿਹੜਾ ਕਿ ਮੁਕੰਮਲ ਕੌਮ ਦੀ ਖੂਬਸੂਰਤੀ। ਹਾਂ, ਇਹ ਜਿਹੜੀ ਖੂਬਸੂਰਤੀ ਹੈ, ਔਰ ਇੱਕ ਗੱਲ ਹੁੰਦੀ ਹੈ ਵੀ ਕੌਮ ਤਕਰੀਬਨ ਉਹ ਮੰਨੀ ਜਾਂਦੀ ਹੈ, ਕੌਮ ਮੰਨਣ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੈ। ਕੌਮ ਇਹ ਨਹੀਂ ਹੁੰਦੀ ਕਿ ਮਤਲਬ ਕਿ ਇੱਕ ਸਾਧਾਂ ਦਾ ਡੇਰਾ ਬਣ ਗਿਆ ਅਤੇ ਉਹ ਕੌਮ ਬਣ ਗਈ, ਨਾ ਕੋਈ ਫਿਰਕਾ, ਹਾਂ ਨਾ ਕੋਈ ਫਿਰ, ਇੱਦਾਂ ਨਹੀਂ। ਅਸਲ 'ਚ ਕੌਮ ਦੀਆਂ ਕਈ ਖੂਬੀਆਂ ਹੁੰਦੀਆਂ ਨੇ। ਸਭ ਤੋਂ ਪਹਿਲੀ ਖੂਬੀ ਹੈ ਇਤਿਹਾਸ, ਅਸਲ 'ਚ ਉਹ ਹੁੰਦਾ ਜਿਹੜਾ ਰਾਜਨੀਤਿਕ ਹੁੰਦਾ ਹੈ, ਰਾਜਨੀਤਿਕ ਇਤਿਹਾਸ ਹੀ ਇਤਿਹਾਸ ਮੰਨਿਆ ਜਾਂਦਾ ਹੈ, ਦੂਜੀਆਂ ਚੀਜ਼ਾਂ ਉਹਦੇ ਮਗਰ ਸਹਿਯੋਗੀ ਹੁੰਦੀਆਂ ਨੇ। ਜੇ ਰਾਜਨੀਤਿਕ ਸੱਤਾ ਨਾ ਰਹੇ ਤਾਂ ਦੂਜੀਆਂ ਚੀਜ਼ਾਂ ਮਸਲੀਆਂ ਜਾਂਦੀਆਂ ਨੇ, ਜਿਵੇਂ ਮਤਲਬ ਕਿ ਅਸ਼ੋਕ ਦੀ ਗੱਲ ਅਤੇ ਉਹਨਾਂ ਦਾ ਬੌਧ ਧਰਮ ਜਿਹੜਾ ਸੀ ਮਸਲ ਦਿੱਤਾ ਬਾਅਦ 'ਚ। ਇੱਦਾਂ ਦੀਆਂ ਬਹੁਤ ਸਾਰੀਆਂ ਕੌਮਾਂ ਦੁਨੀਆਂ 'ਚ ਆਉਂਦੀਆਂ ਰਹਿੰਦੀਆਂ, ਜਾਂਦੀਆਂ ਰਹਿੰਦੀਆਂ, ਜਦੋਂ ਉਹਨਾਂ ਕੋਲ ਸੱਤਾ ਨਹੀਂ ਹੁੰਦੀ ਜਾਂ ਸੱਤਾ ਤੋਂ ਨਿਖੜਦੀਆਂ ਨੇ ਤਾਂ ਉਹ ਮਸਲ ਦਿੱਤੀਆਂ ਜਾਂਦੀਆਂ ਨੇ। ਅਤੇ ਸਾਡੇ ਵੀ ਸਿੱਖ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਵੱਡੀਆਂ ਵੱਡੀਆਂ ਹਵੇਲੀਆਂ ਅਤੇ ਵੱਡੇ ਵੱਡੇ ਕਿਲੇ ਜਿਹੜੇ ਸਰਦਾਰਾਂ ਦੇ ਬਣੇ ਸੀ, ਮਹਿਲ ਬਣੇ ਸੀ, ਅਤੇ ਉਹ ਅੰਗਰੇਜ਼ਾਂ ਨੇ ਤੋੜੇ ਅਤੇ ਉੱਥੇ ਵੀ ਬਣੇ। ਆ ਸਾਰੇ ਪੰਜਾਬ ਵਿੱਚ ਜਾਂ ਬਾਹਰ ਅੰਦਰ ਵੀ ਦੁਨੀਆਂ ਆਪਾਂ ਵੇਖਦੇ ਹਾਂ, ਥੇ ਬਣੇ ਥੇ ਇੱਦਾਂ ਹੀ ਬਣੇ ਆ ਕਿ ਉਹਨਾਂ ਦੀ ਚੀਜ਼ ਨੂੰ ਮਸਲ ਦੇਣਾ, ਕੁਚਲ ਦੇਣਾ। ਅਤੇ ਸੰਤ ਜਰਨੈਲ ਸਿੰਘ ਜਿਹੜੇ ਸੀ ਉਹ ਇਸ ਚੀਜ਼ ਨੂੰ ਸਮਝਦੇ ਸੀ ਕਿ ਇਹ ਜਿਹੜੀ ਜਿੱਥੇ ਅਸੀਂ ਅੱਜ ਬੈਠੇ ਹਾਂ ਇੱਥੇ ਅਸੀਂ ਬਚਣਾ ਕਿੱਦਾਂ ਆ, ਇੱਥੋਂ ਅਸੀਂ ਕਿਤੇ ਨਿਕਲਣਾ ਕਿੱਦਾਂ ਆ। ਤਾਂ ਉਹਨਾਂ ਦੀ ਇੱਕ ਕੋਸ਼ਿਸ਼ ਇਹ ਹੁੰਦੀ ਸੀ ਕਿ ਮੈਂ ਇੱਕ ਸਾਬਤ ਕਰ ਦੇਣਾ ਕਿ ਸਿੱਖ ਇੱਕ ਵੱਖਰੀ ਕੌਮ, ਵੱਖਰੀ ਨਸਲ ਕਹਿਣ ਨੂੰ ਨਹੀਂ, ਇਹ ਅਜਾਇਬ ਘਰਾਂ ਦੀ ਫੋਟੋ ਜਾਂ ਸ਼ਿੰਗਾਰ ਨਹੀਂ, ਇਹ ਕਿਸੇ ਮਤਲਬ ਲਾਇਬ੍ਰੇਰੀ ਦਾ ਹਿੱਸਾ ਨਹੀਂ, ਇਹ ਇੱਕ ਜਿਉਂਦਾ ਜਾਗਦਾ ਵਰਤਾਰਾ ਹੈ ਕੌਮ। ਉਹ ਵਰਤਾਰੇ ਨੂੰ ਜਦੋਂ ਦੁਨੀਆ ਦੇ ਦਿਮਾਗ 'ਤੇ, ਧਰਤੀ 'ਤੇ, ਸਮਾਜ ਵਿੱਚ ਉਹਨੂੰ ਉਲੀਕਦਾ ਸੀ, ਉਹਨੂੰ ਤੋਰਦਾ ਸੀ, ਤਾਂ ਉਸ ਸਮੇਂ ਮਤਲਬ ਕਿ ਜਿਹੜੀਆਂ ਚੀਜ਼ਾਂ ਸੀ ਵਿਰੋਧੀ ਜਿਹੜਾ ਸੀ ਉਹਨੇ ਵਿਰੋਧ ਕਰਨਾ ਸੀ, ਕਿਉਂ ਦਾ ਸਾਰਾ ਕੁਛ ਜਿਹੜਾ ਸੀ ਇਹਦੇ ਵਿੱਚ ਰੁਲਦਾ ਹੋਇਆ ਉਹਨੂੰ ਦਿਸਦਾ ਸੀ ਕਿ ਸਾਡੇ ਜਿਹੜੀਆਂ ਪਿਛਲੀਆਂ ਪ੍ਰਾਪਤੀਆਂ ਕਰ ਲਈਆਂ ਜਾਂ ਇਹਨਾਂ ਨੂੰ ਅਸੀਂ ਕਿਸੇ ਸਮੇਂ ਝੁਠਲਾ ਕੇ ਜਾਂ ਪਿਛਲਾ ਕੇ ਜਾਂ ਵਡਿਆ ਕੇ ਜਾਂ ਦਬਾ ਕੇ ਜਾਂ ਕਿਸ ਤਰ੍ਹਾਂ ਡਰਾ ਕੇ ਜਾਂ ਨਿੱਜੀ ਵਾਸਤੇ ਪਾ ਕੇ ਵੀ ਮਤਲਬ ਕਿ ਅਸੀਂ ਕਿਸੇ ਨਾ ਕਿਸੇ ਢੰਗ ਦੇ ਰੂਪ ਜਿਹੜੀਆਂ ਇਹ ਚੀਜ਼ ਦੀ ਪ੍ਰਾਪਤੀ ਕੀਤੀ ਹੈ, ਸਾਡੇ ਹੱਥੋਂ ਚੀਜ਼ ਦੀ ਪ੍ਰਾਪਤੀ ਖੋ ਰਿਹਾ ਇੱਕ ਦੇਸ਼ ਦੇ ਅੰਦਰ ਰਹਿ ਕੇ। ਉਹਨੇ ਬੜਾ ਟੁਨਕਾ ਕਹਿਣਾ ਵੀ ਦੇਸ਼ ਤੁਹਾਡੇ ਪਿਓ ਦਾ ਨਹੀਂ ਕਿਹਾ, ਸਾਡਾ ਸਾਰਿਆਂ ਦਾ, ਇੱਥੇ ਸਾਡਾ ਖੂਨ ਰਲਿਆ, ਇੱਥੇ ਅਸੀਂ ਕੁਰਬਾਨੀਆਂ ਕੀਤੀਆਂ, ਇੱਥੇ ਜੇਲ੍ਹਾਂ ਕੱਟੀਆਂ, ਇੱਥੇ ਸਭ ਕੁਝ ਕੀਤਾ। ਕੌਮ ਵੇਖੋ ਮਹਾਰਾਜਾ ਰਣਜੀਤ ਸਿੰਘ ਦੀ ਦੇਣ ਕੀ ਸਾਡੀ ਕੌਮ ਨੂੰ, ਅਸੀਂ ਮਤਲਬ ਉਹਦੇ ਨਾਲ ਵੀ ਬੇਨੀਆਂ ਬਹੁਤ ਕਰਦੇ ਹਾਂ, ਉਹਨੂੰ ਅਸੀਂ ਇੱਕ ਰਾਜੇ ਦੇ ਰੂਪ 'ਚ ਲੈ, ਰਾਜੇ ਤਾਂ ਥਾਂ ਥਾਂ ਹੁੰਦੇ ਆ, ਰਾਜੇ ਦੇ ਇੱਥੇ 20 ਰਾਜੇ ਤਾਂ ਇੱਥੇ ਮਾਲਵੇ 'ਚ ਹੀ ਬੈਠੇ ਸਨ, ਕੋਈ ਵੱਡਾ ਛੋਟਾ ਹੋਣਾ ਕੋਈ ਅਲੱਗ ਚੀਜ਼ ਹੈ। ਪਰ ਉਹਦੇ ਰਾਜ ਦੀ ਖੂਬਸੂਰਤੀ ਇਹ ਸੀ ਕਿ ਉਸ ਦੀਆਂ ਉਸ ਸਮੇਂ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਅੰਗਰੇਜ਼ ਸੀ, ਉਹਦੇ ਨਾਲ ਕਈ ਸੰਧੀਆਂ ਸੀ, 5 ਦੀ ਸੰਧੀ ਸੀ ਹੋਲਕਰ ਵਾਲੀ, ਜਸਵੰਤ ਰਾਏ ਹੋਲਕਰ ਵਾਲੀ, 9 ਦੀ ਸੰਧੀ ਮਿਟਕਾਫ ਨਾਲ ਸੀ, 31 ਦੀ ਸੰਧੀ ਰੋਪੜ ਵਾਲੀ ਸੀ, ਇਸ ਤੋਂ ਇਲਾਵਾ ਬਹੁਤ ਸਾਰੀਆਂ ਉਹਨਾਂ ਦੀਆਂ ਸੰਧੀਆਂ ਜਿਹੜੇ ਉਹਨਾਂ ਦੇ ਅਫਸਰ ਆਉਂਦੇ ਸਨ ਉਹ ਸਨ, ਕਈ ਸੰਧੀਆਂ ਇੱਥੋਂ ਜਾ ਕੇ ਉਹਨਾਂ ਅੰਗਰੇਜ਼ਾਂ ਕੋਲ ਦਿੱਲੀ ਜਾਂ ਉਹਨਾਂ ਦੇ ਕਲਕੱਤੇ ਹੁੰਦੀ ਸੀ, ਗੁਲਾਬ ਸਿੰਘ ਕਲਕੱਤਿਆ ਇੱਕ ਵੱਜਦਾ ਸੀ, ਉਹ ਰਾਜਦੂਤ ਵਜੋਂ ਉੱਥੇ ਬੈਠਾਇਆ ਹੁੰਦਾ ਸੀ ਕਲਕੱਤੇ, ਉਹਨਾਂ ਦਾ ਰਾਜਦੂਤ ਇੱਥੇ ਲਾਹੌਰ 'ਚ ਬੈਠਾ ਹੁੰਦਾ ਸੀ
ਸ਼ੇਰ ਵਾਹਿਗੁਰੂ ਹਰੀ ਸਿੰਘ ਨਲਵਾ ਜਿਹੜਾ ਸੀ ਉਹ ਕਲਕੱਤੇ ਤੱਕ ਜਾ ਕੇ ਆਇਆ, ਉਹਨੂੰ ਭੇਜਿਆ ਗਿਆ। ਉਹਨਾਂ ਦਾ ਮਤਲਬ ਕਿ ਇੱਕ ਵੱਡੀ ਸ਼ਕਤੀ ਨਾਲ ਰਾਜ ਸੀ ਸਮਝੌਤੇ ਸਨ, ਅਤੇ ਉਹ ਵੀ ਇੱਕ ਦਰਿਆ ਦੇ ਵਿਚਾਲੇ ਖੜਕੇ ਹੋਏ ਸਨ। ਉਹ ਹਾਥੀ 'ਤੇ ਚੜ੍ਹ ਕੇ ਦਰਿਆ 'ਚ ਆ ਗਏ, ਇੱਧਰ ਮਹਾਰਾਜਾ ਆ ਗਿਆ, ਅਤੇ ਹਾਥੀਆਂ ਦੇ ਉੱਤੇ ਬਹਿ ਕੇ ਦੋਨਾਂ ਨੇ ਮਤਲਬ ਦਸਤਖਤ ਕੀਤੇ। ਇਹ ਆਪਾਂ ਫੋਟੋ ਦੇ ਵਿੱਚ ਵੇਖਦੇ ਹਾਂ। ਉਹ ਕੋਈ ਸਧਾਰਨ ਗੱਲ ਨਹੀਂ ਹੈਗੀ ਵੀ ਹਾਥੀ ਦੇ ਉੱਤੇ ਖੜ੍ਹ ਕੇ ਕੀ ਕੀਤਾ। ਉਹਨੇ ਕਿਹਾ ਇਹ ਨਹੀਂ ਹੈਗਾ ਵੀ ਮੈਂ ਤੇਰੇ ਵਾਲੇ ਪਾਸੇ 'ਚ ਆ ਕੇ ਦਸਤਖਤ ਕਰਾਂਗਾ, ਤੇ ਇਹਦਾ ਮਤਲਬ ਕਿ ਮੈਂ ਤੇਰੀ ਹੱਥ ਦੇ ਅੰਦਰ ਆ ਕੇ ਨਿਉਂ ਕੇ ਕਿਸੇ ਦੇ ਹੱਥ 'ਚ ਜਾ ਜਾਂਦਾ ਜੇ ਤੂੰ ਇੱਧਰ ਨਾ। ਇੱਦਾਂ ਨਹੀਂ ਹੋਏਗਾ, ਦਰਿਆ ਸਾਡੀ ਹੱਦ ਹੈ ਜੇ, ਅਤੇ ਦਰਿਆ ਦੇ ਸੈਂਟਰ ਵਿੱਚ ਦੋ ਹਾਥੀ ਖਿਲਾਰ ਕੇ ਅਤੇ ਉੱਥੇ ਉਹ ਲਿਖਤ ਜਿਹੜੀ ਸੀ ਉਹ ਹੋਈ ਹੈ। ਕਹਿੰਦੇ ਉੱਥੇ ਛੋਟਾ ਛੋਟਾ ਪਾਣੀ ਚੱਲ ਰਿਹਾ ਸੀ ਉਦੋਂ, ਰੋਪੜ ਲੱਗੇ ਅੱਜ ਵੀ ਵੇਖਦੇ ਹਾਂ ਪਾਣੀ ਨਿੱਕਾ ਨਿੱਕਾ ਚੱਲ। ਇਹ ਕੌਮ ਦੀ ਰਾਜਸੀ ਸੂਝ ਹੈ, ਇਹ ਕੌਮ ਦੀ ਰਾਜਸੀ ਸੂਝ ਦੀਆਂ ਮਤਲਬ ਕਹਾਣੀਆਂ ਮਹਾਰਾਜਾ ਰਣਜੀਤ ਸਿੰਘ ਦੀਆਂ ਦੇਣਾ ਨੇ। ਰੂਸ ਤਾਕਤ ਸੀ, ਰੂਸ ਨਾਲ ਸਮਝੌਤਾ ਸੀ, ਚੀਨ ਦੇ ਵਿੱਚ ਜਿਹੜਾ ਉਹ ਆਪਣਾ ਸਮਝੌਤਾ ਚੀਨ ਨਾਲ ਸੀ, ਜੇ ਤਿੱਬਤ ਸੀ ਤਾਂ ਉਹ ਸਾਡਾ ਜ਼ੋਰਾਵਰ ਸਿੰਘ ਜੀ ਉਹਨੇ ਉੱਥੇ ਤੱਕ ਜਾ ਕੇ ਧਾਂਕ ਪਾ ਕੇ ਸਮਝੌਤੇ ਕੀਤੇ ਸੀ। ਜਿੱਥੋਂ ਤੱਕ ਅਫਗਾਨਿਸਤਾਨ ਸੀ ਜਿਹਦੇ ਨਾਲ ਸਾਡੀਆਂ ਜੰਗਾਂ ਬਹੁਤ ਹੋਈਆਂ, ਉੱਥੇ ਅਖੀਰਲੀ ਵਾਰ ਮਹਾਰਾਜਾ ਰਣਜੀਤ ਸਿੰਘ ਦੇ ਅੰਤਿਮ ਸਮੇਂ 'ਤੇ ਕਵਰਨੌਰ ਨਿਹਾਲ ਸਿੰਘ ਅਤੇ ਉਹਦੇ ਨਾਲ ਫੌਜ ਜਾ ਕੇ ਅਤੇ ਉਹ ਕਾਬਲ ਆਪਣਾ ਔਰ ਉੱਥੋਂ ਦੇ ਜਿਹੜੇ ਹੈਗੇ ਸੀ ਕੰਧਾਰ ਵਗੈਰਾ ਉੱਥੇ ਗਏ, ਔਰ ਉੱਥੋਂ ਉਹਨਾਂ ਨੇ ਮਤਲਬ ਕਿ ਸ਼ਕਤੀ ਦੇ ਰੂਪ ਵਿੱਚ ਇਹ ਕੀਤਾ ਕਿ ਜਿਹੜਾ ਸ਼ਾਹ ਸੁਜਾ ਜੀ ਦੇ ਤੋਂ ਕੋਹਨੂਰ ਹੀਰਾ ਲਿਆ ਸੀ ਉਹਨੂੰ ਮਿਲ ਕੇ ਅੰਗਰੇਜ਼ਾਂ ਨੇ ਉਹਨੂੰ ਉੱਥੇ ਤਖ਼ਤ 'ਤੇ ਬਿਠਾਇਆ ਅਤੇ ਬਾਦਸ਼ਾਹ ਨੂੰ ਉਤਾਰਿਆ। ਕਿਸੇ ਬਾਦਸ਼ਾਹ ਨੂੰ ਗੱਦੀ ਤੋਂ ਲਾਉਣਾ ਅਤੇ ਦੂਜੇ ਨੂੰ ਗੱਦੀ 'ਤੇ ਬਿਠਾਉਣਾ ਇਹ ਕੋਈ ਛੋਟੀ ਪ੍ਰਾਪਤੀ ਨਹੀਂ, ਬਹੁਤ ਵੱਡੀ ਗੱਲ ਹੈ। ਅੱਛਾ, ਦੂਜੀ ਗੱਲ ਕਿ ਉੱਥੋਂ ਦਰਵਾਜ਼ੇ ਦਰਬਾਰ ਸਾਹਿਬ ਦੇ ਇੱਥੋਂ ਤੱਕ ਅੰਮ੍ਰਿਤਸਰ ਤੱਕ ਰੇੜ ਕੇ ਲਿਆਉਣੇ, ਇਹ ਇੱਕ ਮਤਲਬ ਕਿ ਇਹ ਸਾਡੀ ਸ਼ਕਤੀ ਦੇ ਪ੍ਰਤੀਕ ਸੀ। ਮਤਲਬ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਹੁਣ ਦਰਵਾਜ਼ਿਆਂ ਦੀ ਰਾਜਾ ਮਹਾਰਾਜਾਂ ਵਾਸਤੇ ਇਹੋ ਜਿਹੇ ਦਰਵਾਜ਼ੇ ਤਾਂ ਹਜ਼ਾਰਾਂ ਹੀ ਬਣਾ ਦੇਣਗੇ, ਮਿਸਤਰੀ ਲਾਉਣੇ ਨੇ ਚਾਰ, ਉਹਨਾਂ ਕਿਹੜਾ ਕੋਈ ਕੋਲੋਂ ਦੇਣਾ ਹੁੰਦਾ ਕੁਛ। ਪਰ ਉਹਨਾਂ ਨੇ ਮਤਲਬ ਕਿ ਇਹ ਦੇਖਿਆ ਕਿ ਇਹ ਜੇ ਕੋਹਨੂਰ ਹੈ ਤਾਂ ਇੱਥੋਂ ਦੀ ਚੀਜ਼ ਸੀ ਵਾਪਸ, ਜੇ ਉਹ ਦਰਵਾਜ਼ੇ ਕਿਸੇ ਸਮੇਂ ਇੱਥੋਂ ਸੋਮਨਾਥ 'ਚੋਂ ਗਏ ਸੀ ਤਾਂ ਉਹ ਲਿਆ ਕੇ ਦਰਬਾਰ ਸਾਹਿਬ ਲਿਆਉਂਦੇ, ਤਾਂ ਕਿ ਸਾਡੀ ਕੌਮ ਨੂੰ ਇਹ ਹੋਵੇ ਵੀ ਅਸੀਂ ਮਤਲਬ ਕਿ ਇੱਕ ਕੌਮੀਅਤ ਹਾਂ। ਔਰ ਉਹਨਾਂ ਦੇ ਉਹਦੇ ਨਾਲ ਸਮਝੌਤੇ, ਉਹਦਾ ਸਿੰਧ ਦੇ ਨਾਲ ਸਮਝੌਤਾ, ਉਹਦਾ ਹੈਦਰਾਬਾਦ ਨਿਜ਼ਾਮ ਦੇ ਨਾਲ ਸਮਝੌਤੇ, ਉਹਨੇ ਚਾਨਣੀ ਭੇਜੀ, ਯਾਨੀ ਕਿ ਇੱਕ ਮਤਲਬ ਕਿ ਇੱਕ ਰਾਜੇ ਨੇ ਆਪਣਾ ਜਿਹੜੇ ਉੱਥੋਂ ਨੈਪੋਲੀਅਨ ਦੇ ਬੰਦੇ ਆਏ ਉਹਨਾਂ ਨਾਲ ਰੱਖ ਕੇ ਉਹ ਅੰਗਰੇਜ਼ ਨਾਲ ਲੜ ਕੇ ਆਏ, ਘੁਲ ਕੇ ਆਏ, ਅਤੇ ਉਹਨਾਂ ਬੰਦਿਆਂ ਨੂੰ ਇੱਥੇ ਆਪਣਾ ਉਹਨਾਂ ਕੋਲੋਂ ਆਪਣੀ ਫੌਜ ਨੂੰ ਸਿਖਲਾਈ ਦਿੱਤੀ। ਉਹ ਯਾਨੀ ਕਿ ਇੱਕ ਉਹਨੇ ਮਤਲਬ ਸਾਡੀ ਕੌਮ ਨੂੰ ਜਿੱਥੇ ਇੱਕ ਕੌਮੀਅਤ ਦਿੱਤੀ ਸੀ, ਕੂਟਨੀਤਿਕ ਸੰਬੰਧਾਂ ਦੀ ਗੱਲ ਵੀ ਦੱਸੀ, ਹਾਂ, ਔਰ ਕੂਟਨੀਤਿਕ ਸੰਬੰਧਾਂ ਦੀ ਗੱਲ ਵੀ ਕੀਤੀ, ਔਰ ਉਹਨਾਂ ਨੇ ਕੌਮ ਨੂੰ ਇੱਕ ਕਿਹਾ ਵੀ ਇੱਕ ਵੱਖਰੀ ਕੌਮ ਵਜੋਂ ਇਹ ਇੱਕ ਧਿਰ ਵੱਖਰੀ ਹੈ, ਸਥਾਪਿਤ ਹੈ, ਇਹਦੀਆਂ ਆਪਣੀਆਂ ਹੱਦਾਂ ਨੇ, ਆਪਣਾ ਝੰਡਾ ਹੈ, ਆਪਣੀ ਗੱਲ ਹੈ, ਆਪਣੀ ਬਾਤ ਹੈ। ਇੱਦਾਂ ਹੀ ਸਨ ਜਰਨੈਲ ਸਿੰਘ ਵਿੱਚ, ਉਹ ਖੂਬੀਆਂ ਸੀ ਕਿ ਉਹ ਆਪਣੀ ਕੌਮ ਨੂੰ ਇੱਕ ਵੱਖਰੀ ਧਿਰ ਵਜੋਂ ਸਥਾਪਿਤ ਕਰਦਾ ਸੀ। ਉਹ ਇਹ ਨਹੀਂ ਗਾ ਵੀ ਹਰੇਕ ਨੂੰ ਮਾੜਾ ਕਹਿੰਦਾ, ਇਹ ਨਫ਼ਰਤ ਕਰਦਾ ਸੀ ਨਾ, ਉਹ ਹਿੰਦੂਆਂ ਨੂੰ ਬਹੁਤ ਪਿਆਰ ਕਰਦਾ ਸੀ, ਉਹ ਮੁਸਲਮਾਨਾਂ ਨੂੰ ਪਿਆਰ ਕਰਦਾ ਸੀ। ਉਹਨੂੰ ਫਾਰੂਕ ਅਬਦੁੱਲਾ ਮਿਲਣ ਵਾਸਤੇ ਆਇਆ, ਉਹਨੂੰ ਉਹਨਾਂ ਦਾ ਜਾਮਾ ਮਸਜਿਦ ਦਾ ਮੁਖੀ ਹੈ ਉਹ ਮਿਲਣ ਵਾਸਤੇ ਆਇਆ, ਉਹਨਾਂ ਦੀ ਫੋਟੋ ਆਪਣੇ ਕੋਲ ਨੇ। ਉਹਨਾਂ ਨੂੰ ਜੇਠਮਲਾਨੀ ਮਿਲਣ ਆਉਂਦਾ, ਉਹਨਾਂ ਨੂੰ ਸੁਬਰਮਨ ਸਵਾਮੀ ਮਿਲਣ ਵਾਸਤੇ ਆ ਰਿਹਾ, ਉਹਨਾਂ ਨੂੰ ਕਦੇ ਕੋਈ ਆ ਰਿਹਾ ਸੀ, ਪਤਾ ਨਹੀਂ ਕਿਹੜੇ ਕਿਹੜੇ ਮਤਲਬ ਕਿ ਹਿੰਦੁਸਤਾਨ ਦੇ ਵੱਡੇ ਲੀਡਰ ਜਿਹੜੇ ਸੀ ਉਹ ਮਿਲਣ ਆਏ। ਉਹ ਕਾਹਦੇ ਲਈ ਮਿਲਣ ਆਏ? ਮਤਲਬ ਉਹਦੇ ਕੋਲ ਬੈਠ ਕੇ ਵੱਡੇ ਵੱਡੇ ਰਾਈਟਰ ਜਿਹੜੇ ਸਨ, ਉਹ ਖੁਸ਼ਵੰਤ ਸਿੰਘ ਵਰਗੇ ਦੂਜੇ ਤੀਜੇ ਜਿਹੜੇ ਸੀ, ਉਹ ਵੀ ਆਪਣੀਆਂ ਕਲਮਾਂ ਵੇਖਦੇ ਉਹ ਮੂੰਹ 'ਚ ਪਾ ਕੇ ਸੋਚਣ ਰਹੇ ਹੁੰਦੇ ਸੀ। ਉਹਨਾਂ ਦੀ ਫੋਟੋ ਅੱਜ ਵੀ ਆਪਣੇ ਕੋਲ ਮੌਜੂਦ ਨੇ ਵੀ ਇਹ ਮਤਲਬ ਕਿ ਇਹ ਗੱਲ ਕਿਸ ਤਰ੍ਹਾਂ ਦੀ ਕਰਦਾ ਹੈ, ਕਿੱਧਰ ਨੂੰ ਲਿਜਾ ਰਿਹਾ ਹੈ, ਹੈ ਕੀ ਹੈ, ਕਿ ਹੈ ਸਾਧ ਹੈ, ਅਤੇ ਪਰ ਇਹ ਕਿਸ ਤਰ੍ਹਾਂ ਦੀਆਂ ਪੁਜੀਸ਼ਨ ਹੈ। ਸਾਰਾ ਕਾਰ ਸੇਵਾ ਵਾਲਾ ਸੰਤ ਮਹਾਤਮਾ, ਪ੍ਰਚਾਰਕ ਸੰਤ ਮਹਾਤਮਾ, ਚਾਹੇ ਰਾੜੇ ਵਾਲੇ ਆ, ਕਲੇਰਾਂ ਵਾਲੇ ਆ, ਹਰਖੋ ਵਾਲੀਆਂ ਨੇ, ਕੋਈ ਹੋਰ ਨੇ, ਸੱਜੇ ਨੇ, ਖੱਬੇ ਨੇ, ਨਾਮਧਾਰੀ, ਵੀ ਉਹ ਇਹਦੇ ਮਗਰ ਸਾਰੀ ਇੱਕ ਲਾਈਨ ਖੜ੍ਹੀ ਹੋਈ ਹੈ, ਨੌਜਵਾਨੀਆਂ ਦੇ ਮਗਰ ਖੜ੍ਹੀ ਹੋਈ ਹੈ, ਰਾਜਨੀਤਿਕ ਲੋਕ ਇਹਦੇ ਪਿੱਛੇ ਖੜ੍ਹੇ ਹੋਏ ਨੇ, ਫੌਜੀ ਅਫਸਰ ਜਿਹੜੇ ਪਿੱਛੇ ਖੜ੍ਹੇ ਹੋਏ ਨੇ, ਜਿਹੜੇ ਵਿੱਚ ਨੌਕਰੀ ਕਰ ਰਹੇ ਆ ਉਹ ਸਮਰਥਨ ਦੇ ਰਹੇ ਆ, ਉਹਨਾਂ ਦਾ ਮਤਲਬ ਕਿ ਕਿਸੇ ਨਾ ਕਿਸੇ ਰੂਪ ਵਿੱਚ ਉਹ ਇਹਦੇ ਨਾਲ ਟੱਚ ਨੇ। ਅਣਕਿਆਸੀਆਂ ਜਿਹੜਾ ਸੰਤ ਜਰਨੈਲ ਸਿੰਘ ਜੀ, ਅਣਕਿਆਸੀਆਂ ਚੀਜ਼ਾਂ ਜਿਹੜੀਆਂ ਨੇ ਉਹ ਸੰਤ ਜਰਨੈਲ ਸਿੰਘ ਦੇ ਨਾਲ ਇਹ ਲੱਗੀਆਂ ਹੋਈਆਂ ਸਨ। ਇਹ ਜਿੰਨਾ ਚਿਰ ਅਸੀਂ ਇਹ ਸੰਤ ਜਰਨੈਲ ਸਿੰਘ ਨਾਲ ਬੜੀ ਬੇਨਿਆਈ ਜੀ ਕਰ ਜਾਂਦੇ ਹਾਂ ਕਿ ਅਸੀਂ ਉਹਨੂੰ ਵਿਖਾ ਦਿੰਦੇ ਹਾਂ, ਜਿੱਥੇ ਉਹ ਇੱਕ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਹੁੰਦਾ ਸੀ ਅਤੇ ਉਹ ਉਸਤਾਦ ਦਾ ਰੂਪ ਹੁੰਦਾ ਸੀ, ਵੀ ਆਹ ਉਸਤਾਦ ਹੈ, ਇਹ ਤਾਂ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ, ਵਿੱਦਿਆ ਦਾ ਦਾਨ ਦੇ ਰਿਹਾ। ਜਿਹੜੇ ਉਹਨਾਂ ਦੇ ਕਥਾ ਦੀਆਂ ਟੇਪਾਂ ਸਾਨੂੰ ਅੱਜ ਵੀ ਮਿਲਦੀਆਂ ਨੇ, ਕੋਈ ਬਹੁਤ ਸਾਰੀਆਂ ਸਰਕਾਰ 84 'ਚ ਲੈ ਵੀ ਗਈ, ਔਰ ਇਹਨੇ ਗੂੜ ਭੇਜਦੇ ਅਰਥ ਕਰਦੇ ਨੇ, ਉਹ ਹੈਰਾਨ ਕਰਨ ਵਾਲੇ ਨੇ ਵੀ ਇੰਨਾ ਗਿਆਨ ਹੋਏ ਜੀ ਫਾਰਸੀ ਦੇ ਜਿਹਨੂੰ ਆਹ ਕਹਿੰਦੇ ਆ, ਅਰਬੀ ਜਿਹਨੂੰ ਆਹ ਕਹਿੰਦੇ ਆ, ਇਸ ਚੀਜ਼ 'ਚ ਆਹ ਕਹਿੰਦੇ। ਇਹ ਸਾਰੀਆਂ ਚੀਜ਼ਾਂ ਜਦੋਂ ਉਹਨਾਂ ਦੀ ਅਸੀਂ ਕਥਾ ਦੇ ਵਿੱਚ ਸੁਣਦੇ ਹਾਂ ਤਾਂ ਉਸ ਸਮੇਂ ਉਹਦੇ ਵਿਦਵਤਾ ਦਾ ਇੱਕ ਵੱਡਾ ਵਿਖਾਵਾ ਜਿਹੜਾ ਸੀ
ਹੋਰ ਨਿਬੜਦਾ ਸੀ। ਮਤਲਬ ਇੱਦਾਂ ਦੀ ਸ਼ਖਸੀਅਤ ਦਾ ਤੁਰ ਜਾਣਾ ਸਾਡੀ ਕੌਮ ਵਾਸਤੇ ਵਾਕਿਆ ਹੀ ਇੱਕ ਬਹੁਤ ਵੱਡਾ ਘਾਟਾ ਸੀ। ਮੈਂ ਥੋੜ੍ਹਾ ਜਿਹਾ ਸੰਖੇਪ ਕਰਾਂ, ਅੱਜ ਦੀ ਜਿਹੜੀ ਗੱਲਬਾਤ ਅਸੀਂ ਕਰ ਰਹੇ ਹਾਂ ਕਿ ਸਿੱਖਾਂ ਦੀ ਰਾਜਨੀਤੀ ਜਿਹੜਾ ਮੋੜ 1984 ਤੋਂ ਬਾਅਦ ਆਇਆ, ਮੈਂ ਗੱਲਬਾਤ ਸਿੱਧੀ 84 ਤੋਂ ਬਾਅਦ ਹੀ ਸ਼ੁਰੂ ਕਰ ਦਿੱਤੀ ਸੀ, ਪਰ ਭਾਈ ਮੋਹਕਮ ਸਿੰਘ ਨੇ ਇਸ ਗੱਲ ਨੂੰ ਚੰਗਾ ਜਾਣਿਆ ਕਿ ਉਹਨਾਂ ਨੇ ਗੱਲ ਨੂੰ 1984 ਦੇ ਦੌਰ ਦੇ ਪਿੱਛੇ ਲੈ ਕੇ ਗਏ। ਜਦੋਂ ਪਿਛੋਕੜ ਦੇ ਵਿੱਚ ਉਹਨਾਂ ਗੱਲ ਕੀਤੀ ਤਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਦੋਂ ਸਿੱਖਾਂ ਦੀ ਰਾਜਸੀ ਪਿੰਡ 'ਚ ਸਾਹਮਣੇ ਆਏ ਤਾਂ ਉਹਨਾਂ ਦੀ ਜਿਹੜੀ ਸ਼ਖਸੀਅਤ ਦੀ ਖੂਬਸੂਰਤੀ ਆ ਉਸ ਦੀ ਵਿਆਖਿਆ ਭਾਈ ਮੋਹਕਮ ਸਿੰਘ ਨੇ ਬਹੁਤ ਸੋਹਣੇ ਰੂਪ 'ਚ ਕੀਤੀ ਆ। ਪੱਤਰਕਾਰੀ ਦੇ ਤੌਰ 'ਤੇ ਮੈਂ ਵੀ ਤਾਂ ਕਈ ਬੰਦਿਆਂ ਨੂੰ ਮਿਲਦਾ ਰਹਿੰਦਾ, ਪਰ ਇਹ ਵਿਆਖਿਆ ਹੋਰਾਂ ਨਾਲੋਂ ਹਟ ਕੇ ਅਤੇ ਖਾਸ ਮਹੱਤਵ ਰੱਖਦੀ। ਮੈਂ ਆਸ ਕਰਦਾ ਕਿ ਤੁਸੀਂ ਇਸ ਗੱਲਬਾਤ ਨੂੰ ਹੋਰਾਂ ਨਾਲੋਂ ਵਿਲੱਖਣ ਮੰਨ ਰਹੇ ਹੋਵੋਗੇ ਜਿਹੜੀ ਵਿਆਖਿਆ ਸੰਤ ਜਰਨੈਲ ਸਿੰਘ ਜੀ ਦੀ ਸ਼ਖਸੀਅਤ ਬਾਰੇ ਭਾਈ ਮੋਹਕਮ ਸਿੰਘ ਨੇ ਹੁਣ ਕੀਤੀ ਆ। ਜਦੋਂ ਅੱਜ ਦੀ ਅਜੋਕੀ ਸਿੱਖ ਰਾਜਨੀਤੀ ਦੀ ਗੱਲ ਕਰਾਂਗੇ ਤਾਂ ਸਾਨੂੰ ਪਿਛੋਕੜ ਦੇ ਵਿੱਚ 1984 ਤੋਂ ਲੈ ਕੇ ਖਾਸ ਕਰਕੇ 1992 ਜਾਂ 95 ਤੱਕ ਦੀ ਜਿਹੜੀ ਸਿਆਸਤ ਆ ਉੱਧਰ ਧਿਆਨ ਜਾਂਦਾ ਸਾਡਾ, ਪਰ ਜਦੋਂ ਮੈਂ ਗੱਲ ਸਿੱਧੀ 84 ਤੋਂ ਸ਼ੁਰੂ ਕਰ ਰਿਹਾ ਤਾਂ ਭਾਈ ਮੋਹਕਮ ਸਿੰਘ ਕਹਿੰਦੇ ਕਿ ਆਪਾਂ 84 ਤੋਂ ਪਹਿਲਾਂ ਵਾਲੀ ਗੱਲ ਜਿਹੜੀ ਆ ਉਹ ਤੋਰੀਏ। ਸੋ ਇਹ ਵੀ ਇਹਨਾਂ ਦਾ ਕਦਮ ਬੜਾ ਚੰਗਾ ਵਾ। ਸੋ ਮੈਂ ਵਿੱਚੋਂ ਰੋਕਣ ਦੀ ਕੋਸ਼ਿਸ਼ ਵੀ ਨਹੀਂ ਕੀਤੀ, ਕਿਉਂਕਿ ਜਦੋਂ ਕੋਈ ਬੁਲਾਰਾ ਆਪਣੀ ਗੱਲ ਨੂੰ ਰੱਖ ਰਿਹਾ ਹੁੰਦਾ ਤਾਂ ਵਿੱਚੋਂ ਰੋਕਣਾ ਸਹੀ ਵੀ ਨਹੀਂ ਲੱਗਦਾ, ਕਿਉਂਕਿ ਜੋ ਕੁਛ ਕਿਸੇ ਦੇ ਅੰਦਰ ਸਾਲਾਂ ਬੱਧੀ ਦਹਾਕਿਆਂ ਬੱਧੀ ਚੱਲ ਰਿਹਾ ਹੁੰਦਾ ਅਤੇ ਜਦੋਂ ਉਹਨੂੰ ਕੈਮਰੇ ਦੇ ਸਾਹਮਣੇ ਰੱਖਿਆ ਜਾਂਦਾ ਅਤੇ ਅਸੀਂ ਬੇਸ਼ੱਕ ਚੋਣਵੇਂ ਲਫਜ਼ਾਂ ਦੇ ਵਿੱਚ ਗੱਲ ਕਰਦੇ ਹਾਂ, ਸੰਖੇਪ 'ਚ ਕਰਦੇ ਹਾਂ, ਪਰ ਅੱਜ ਦੀ ਇਸ ਗੱਲਬਾਤ ਨੂੰ ਅਸੀਂ ਵਿਸਥਾਰ 'ਚ ਰੱਖਣਾ ਚਾਹੁੰਦੇ ਹਾਂ। ਸੋ ਭਾਈ ਸਾਹਿਬ, ਠੀਕ ਹੈ, ਆਪਾਂ ਸੰਜੀ ਦੀ ਗੱਲ ਕਰ ਰਹੇ ਸਾਂ, ਤੁਸੀਂ ਬਹੁਤ ਸੋਹਣੇ ਰੂਪ ਦੇ ਵਿੱਚ ਵਿਆਖਿਆ ਕੀਤੀ ਆ। ਅੱਗੇ ਹੁਣ ਗੱਲ ਤੋਰੀਏ ਕਿ ਆਪਾਂ ਗੱਲ ਸਿਆਸੀ ਤੌਰ 'ਤੇ ਉੱਥੇ ਆ ਚੁੱਕੇ ਸਾਂ ਕਿ ਜਦੋਂ 1984 ਦੇ ਆਰੰਭ ਦੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਉੱਤੇ ਪਾਬੰਦੀ ਭਾਰਤ ਸਰਕਾਰ ਨੇ ਲਾ ਦਿੱਤੀ, ਪਾਬੰਦੀ ਲਾਉਣ ਦੇ ਤੁਸੀਂ ਕਾਰਨ ਵੀ ਦੱਸ ਦਿੱਤੇ ਕਿ ਕਿਵੇਂ ਜਥੇਬੰਧਕ ਢਾਂਚਾ ਜਿਹੜਾ ਵਾ ਸ਼ਹੀਦ ਭਾਈ ਅਮਰੀਕ ਸਿੰਘ ਜਾਂ ਭਾਈ ਹਰਮਿੰਦਰ ਸਿੰਘ ਸੰਧੂ ਜਾਂ ਹੋਰ ਉਹਨਾਂ ਦੇ ਸਾਥੀਆਂ ਦੇ ਸਮੇਤ ਉਸਰ ਚੁੱਕਾ ਸੀ ਅਤੇ ਸਰਕਾਰ ਨੂੰ ਉਸ ਪ੍ਰਤੀ ਜਿਹੜਾ ਵਾ ਸਿੱਖਾਂ ਦੀ ਇੱਕ ਅਵੇਅਰਨੈਸ ਜਿਹੜੀ ਸੀ, ਇੱਕ ਜਾਗਰੂਕਤਾ, ਉਸ ਤੋਂ ਉਹ ਸਰਕਾਰ ਖੌਫਜ਼ਦਾ ਸੀ, ਉਸਨੂੰ ਰੋਕਣਾ ਚਾਹੁੰਦੀ ਸੀ। ਉਸ ਤੋਂ ਅੱਗੇ ਗੱਲ ਤੋਰੀਏ, ਜੇ ਤੁਸੀਂ ਚਾਹੋ ਤਾਂ 84 ਦੇ ਤੁਰੰਤ ਦੇ ਹਾਲਾਤ ਦੱਸ ਸਕਦੇ ਹੋ ਜਾਂ ਫਰਵਰੀ ਤੋਂ 84 ਤੱਕ ਦੇ ਹਾਲਾਤ ਵੀ ਦੱਸ ਦਿਓ ਤਾਂ ਉਹ ਵੀ ਚੰਗਾ ਰਹੂਗਾ ਸਾਡੇ ਲਈ। ਦੇਖੋ, ਬੇਨਤੀ ਹੈ ਕਿ ਜਿਹੜਾ ਫਰਵਰੀ ਤੋਂ 84 ਤੱਕ ਦੀ ਘਟਨਾਵਾਂ ਨੇ ਜੂਨ ਦੀਆਂ, ਇਹ ਆਪਣੀ ਥਾਂ ਹੀ ਇੱਕ ਰੱਖਦੀਆਂ ਨੇ ਅਤੇ ਇਹ ਪੂਰੇ ਦਾ ਪੂਰਾ ਵਿੱਚ ਇਹਦੇ ਇਹ ਇੰਨਾ ਕੁਝ ਇਹਦੇ ਵਿੱਚ ਹੈ ਕਿ ਉਹ ਇਕੱਲਾ ਇਸ ਜਗ੍ਹਾ 'ਤੇ ਸਮਾਏਗਾ। ਠੀਕ ਹੈ, ਤੁਸੀਂ ਗੱਲ ਨੂੰ ਜਾਰੀ ਰੱਖੋ। ਹਾਂ, ਮੈਂ 84 ਤੋਂ ਬਾਅਦ ਦੀ ਗੱਲ ਕਰਾਂਗਾ ਤੁਹਾਡੇ ਨਾਲ ਇਸ ਵਕਤ, ਉਹ ਫਿਰ ਕਿਤੇ ਆਪਾਂ ਜਾਂ ਜਿਵੇਂ ਤੁਹਾਨੂੰ ਸੂਤਰ ਲੱਗੇ ਕਰ ਲਾਂਗੇ ਆਪਾਂ। ਦੇਖੋ, 84 ਤੋਂ ਬਾਅਦ ਦੀ ਜਿਹੜੀ ਗੱਲ ਹੈ ਕਿ ਜਿਹੜਾ ਲੌਂਗੋਵਾਲ ਸੀ ਉਹ ਉਦੈਪੁਰ ਹੈ, ਬਾਦ ਅਟੌੜਾ ਜਿਹੜਾ ਹੈ ਉਹ ਉੱਥੇ ਜੋਧਪੁਰ ਹੈ, ਸੁਖਜਿੰਦਰ ਸਿੰਘ ਤ੍ਰਿੰਦਰਮ ਨਾਂ ਦਾ ਕੋਈ ਸ਼ਹਿਰ, ਹਾਂ ਉਹ ਸ਼ਹਿਰ 'ਚ ਆ, ਕੇਰਲਾ 'ਚ ਇੱਕ ਲੀਡਰ ਕੇਰਲਾ 'ਚ ਸੀ, ਇੱਕ ਆਸਾਮ ਵਿੱਚ ਸੀ, ਬਾਦਲ ਸੀ ਸ਼ਾਇਦ ਉੱਥੇ, ਇੱਕ ਮਤਲਬ ਇੱਦਾਂ ਕਰਕੇ ਵੱਖ ਵੱਖ ਥਾਵਾਂ 'ਤੇ, ਮਤਲਬ ਅਕਾਲੀ ਲੀਡਰਸ਼ਿਪ। ਨੰਬਰ 2, ਉਸ ਤੋਂ ਬਾਅਦ ਜਿਹੜੀ ਇੱਕ ਹੋਰ ਬਣਦੀ ਹੈ, ਜਿਹੜੀ 4-5 ਮਹੀਨੇ ਤੋਂ ਬਾਅਦ ਧਿਰ ਬਣਦੀ ਰਾਜਸੀ, ਉਹ ਧਿਰ ਦੇ ਵਿੱਚ ਜਿਹਦੇ ਵਿੱਚ ਸਰਦਾਰ ਗੁਰਤੇਜ ਸਿੰਘ ਅੰਡਰਗਰਾਊਂਡ ਚਲੇ ਜਾਂਦੇ ਨੇ, ਉਹ ਹਰਿੰਦਰ ਸਿੰਘ ਨਾਰਵੇ ਬਾਹਰ ਹੀ ਰੁਕ ਜਾਂਦੇ ਨੇ ਅਸਤੀਫਾ ਦੇ ਕੇ। ਮੈਂ ਥੋੜ੍ਹਾ ਰੁਕ ਕੇ ਪੁੱਛਣਾ ਚਾਹੁੰਦਾ ਕਿ ਸਰਦਾਰ ਗੁਰਤੇਜ ਸਿੰਘ IAS ਨੂੰ ਸਰਕਾਰ ਖਤਮ ਕਰਨਾ ਚਾਹੁੰਦੀ ਸੀ? ਦੇਖੋ, ਗੁਰਤੇਜ ਸਿੰਘ ਨੂੰ ਖਤਮ ਕਰਨਾ ਜਾਂ ਨਾ ਕਰਨਾ ਇੱਕ ਅਲੱਗ ਚੀਜ਼ ਹੈ, ਸਵਾਲ ਹੈ ਕਿ ਗੁਰਤੇਜ ਸਿੰਘ ਵਰਗੇ ਸਿਆਣੇ ਬੰਦੇ ਦਾ ਇਹਨੇ ਭਖੇ ਹੋਏ ਮਾਹੌਲ ਦੇ ਵਿੱਚ ਸਿੱਖਾਂ ਦੇ ਵਿੱਚ ਹੋਣਾ, ਇਹੋ ਜਿਹੇ ਵਿਅਕਤੀਆਂ ਦਾ, ਮੈਂ ਇੱਕ ਨਹੀਂ ਕਹਿ ਰਿਹਾ, ਦਲਬੀਰ ਸਿੰਘ ਵੀ ਇਹਨਾਂ ਵਿੱਚ ਸੀ, ਬਹੁਤ ਸਾਰੇ ਬੰਦੇ ਸਨ ਜਿਹਨਾਂ ਦਾ ਮੈਂ ਜ਼ਿਕਰ ਨਹੀਂ ਮਤਲਬ ਪੂਰਾ ਕਰਾਂਗਾ ਤਾਂ ਮੈਂ ਉਲਝ ਜਾਵਾਂਗਾ, ਮੈਂ ਉਲਝਣਾ ਨਹੀਂ ਚਾਹੁੰਦਾ ਗੱਲ 'ਚ, ਉਹਨਾਂ ਦੀ ਉਹਨਾਂ ਦੇ ਵਿਚਾਲੇ ਸ਼ਮੂਲੀਅਤ ਹੋਣ ਦੇ ਨਾਲ ਸਰਕਾਰ ਦੇ ਜਿਹੜੇ ਸਿਸਟਮ ਸੀ ਉਹ ਫੇਲ ਹੋ ਜਾਂਦੇ ਸਨ। ਕਈ ਵਾਰੀ ਇਹ ਨਹੀਂ ਹੁੰਦਾ ਵੀ ਉਹ ਬੰਦਾ ਮਤਲਬ ਉਹ ਸਰਕਾਰ ਲਈ ਖਤਰਾ ਸੀ, ਖਤਰਾ ਨਹੀਂ ਹੁੰਦਾ, ਖਤਰੇ ਦੀ ਗੱਲ ਹੋਰ ਹੈ। ਦੇਖੋ, ਲੜਾਈ ਕੀ ਹੈ, ਲੜਾਈ ਕਈ ਪੁਆਇੰਟਾਂ 'ਤੇ ਚੱਲਦੀ ਹੁੰਦੀ ਹੈ, ਲੜਾਈ ਸਰਕਾਰ ਨਾਲ ਸਾਡੀ ਚੱਲ ਰਹੀ ਸੀ ਧਾਰਮਿਕ ਤੌਰ 'ਤੇ ਵੀ ਇਹਨਾਂ ਨੂੰ ਅਸੀਂ ਮਤਲਬ ਕਿ ਮਸਲ ਕੇ, ਅਤੇ ਇੱਕ ਉਹਨਾਂ ਨੇ ਜਿਹੜਾ ਸੰਵਿਧਾਨ 'ਚ ਵੀ ਲਿਖਿਆ ਸੀ ਬੋਧੀ ਜੈਨੀ ਸਿੱਖ ਵਗੈਰਾ, ਉਹ ਹਿੰਦੂ ਕੋਡ ਬਿੱਲ 'ਚ ਸਿੱਖਾਂ ਦਾ ਨਾਂ ਪਾਇਆ ਹੋਇਆ ਸੀ, ਸਿੱਖਾਂ 'ਤੇ ਵੀ ਲਾਗੂ ਹੁੰਦੀ ਆ, ਹਾਂ ਸਿੱਖਾਂ 'ਤੇ ਹੁੰਦੀ ਆ, ਉਹਨਾਂ ਦੀ 25 ਧਾਰਾ ਦਾ ਰੌਲਾ, ਉਹਨੂੰ ਸਾੜਨਾ, ਦੂਜਾ ਤੀਜਾ ਇਹ ਕੁਛ ਚੱਲਦਾ ਸੀ, ਉਹ ਮਤਲਬ ਕਿ ਜਾਣੀ ਉਸ ਵਿੱਚ ਉਹ ਇੱਕ ਉਹ
ਉਹਨੂੰ ਮਤਲਬ ਕਿ ਉਹ ਪੂਰਾ ਥੌੜੇ ਨਾਲ ਜਾਂ ਵਦਾਨ ਨਾਲ ਵੱਡੀਆਂ ਸੱਟਾਂ ਉਹ ਮਾਰ ਚੁੱਕਾ ਸੀ। ਹਾਂਜੀ, 84 ਦੀ ਲੜਾਈ ਇਹ ਗੱਲ ਸਾਬਤ ਕਰ ਚੁੱਕੀ ਸੀ ਕਿ ਨਹੀਂ ਉਹ ਵੱਖਰੇ ਆ, ਉਹ ਵੱਖਰੇ ਆ। ਸੰਸਾਰ ਨੂੰ ਕਰਨਾ ਹੈ ਨਾ, ਆਪਣੇ ਮਨ 'ਚ ਤਾਂ ਮੈਂ ਜੋ ਮਰਜ਼ੀ ਬਹਿਲਾਈ ਜਾਵਾਂ, ਉਹ ਆਪਣੇ ਮਨ 'ਚ ਬਹਿਲਾਈ ਜਾਣ, ਉਹ ਤੁਸੀਂ ਆਪਣੇ 'ਚ ਬਹਿਲਾ, ਉਹ ਕੁਝ ਹੋਰ ਚੀਜ਼ ਹੈ। ਹਾਂਜੀ, ਉਹ ਕਹਿੰਦੇ ਆਮ ਕਹਾਵਤ ਹੈ ਨਾ, ਗੱਲ ਮਨ ਬਹਿਲਾਣੇ ਕੋ ਖਿਆਲ ਅੱਛਾ ਹੈ, ਤਾਂ ਉਹ ਜਿਹੜਾ ਗੱਲਾਂ ਅਲੱਗ ਨੇ। ਸਵਾਲ ਇਹ ਕਿ ਦੁਨੀਆ ਦੇ ਲੈਵਲ 'ਤੇ ਯਾਰ ਜੀ ਇੱਕ ਹੁੰਦੇ 'ਤੇ ਹਮਲਾ ਕਿਉਂ ਕੀਤਾ? ਇੱਕ ਹੁੰਦੇ 'ਤੇ ਇਹਨਾਂ ਦੀ ਸਮੱਸਿਆ ਕੀ ਹੈ? ਇਹਨਾਂ ਦੀ ਬੋਲੀ ਨਾਲ ਵੀ ਸਮੱਸਿਆ ਆ ਰਹੀ ਹੈ, ਇਹਨਾਂ ਦੇ ਸੂਬੇ ਨਾਲ ਵੀ ਸਮੱਸਿਆ ਆ ਰਹੀ ਹੈ, ਇਹਨਾਂ ਦੇ ਵੱਧ ਅਧਿਕਾਰਾਂ ਨਾਲ ਵੀ ਸਮੱਸਿਆ ਆ ਰਹੀ ਹੈ, ਇਹਨਾਂ ਦੀ ਪਾਣੀ ਦੀ ਵੀ ਸਮੱਸਿਆ ਹੈਗੀ ਹੈ, ਇਹਨਾਂ ਦੀ ਰਾਜਸੀ ਇਲਾਕਿਆਂ ਦੀ ਵੀ ਉਹਨਾਂ ਨਾਲ ਲੜਾਈ ਹੈਗੀ ਹੈ, ਇਹਨਾਂ ਦੀ ਰਾਜਧਾਨੀ ਦੀ ਲੜਾਈ ਉਹਨਾਂ ਦੇ ਨਾਲ ਹੈਗੀ ਹੈ। ਇਹ ਮਤਲਬ ਜਾਣੀ ਕਿ ਜਿਹੜੀ ਇਹਨਾਂ ਦੀ ਪਹਿਚਾਣ ਹੈ ਉਹਦੀ ਲੜਾਈ ਵੱਖਰੀ ਲੜੀ ਜਾ ਰਹੇ ਨੇ, ਆਪਣੀ ਕੌਮੀਅਤ ਦੀ ਵੱਖਰੀ ਲੜੀ ਜਾ ਰਹੇ ਆ। ਸੰਵਿਧਾਨ ਨੂੰ ਇਹ ਪਾੜ ਵੀ ਰਹੇ ਨੇ, 25 ਧਾਰਾ ਨੂੰ ਸਾੜ ਵੀ ਰਹੇ ਨੇ 25 ਧਾਰਾ ਨੂੰ ਵੀ। ਇਹ ਇੱਕ ਵੱਖਰੀ ਮਤਲਬ ਜਿਹੜੀ ਚੀਜ਼ ਹੈ ਨਾ, ਇਹ ਜਿਹੜੀ ਹੈ ਉਹ ਆਪਣੀ ਥਾਂ 'ਤੇ ਕੰਮ ਕਰ ਰਹੀ ਹੈ, ਸਭ ਕੁਝ ਇਕੱਠਾ ਚੱਲ ਰਿਹਾ। ਹਾਂ, ਇਕੱਠਾ ਚੱਲ ਰਿਹਾ ਨਾ, ਦੇਖੋ ਸਾਰੀ ਚੀਜ਼ ਨੂੰ ਦੇਖ ਲਓ। ਮਤਲਬ ਜਾਣੀ ਕਿ ਪਿਛਲਾ ਇੱਕ ਉਹ ਸਾਰਾ ਰਿਕਾਰਡ ਸਿਸਟਮ ਜਿਹੜਾ ਸੀ ਉਹ ਆਪਣੀ ਥਾਂ 'ਤੇ ਵੱਖਰਾ ਕੰਮ ਕਰਦਾ ਹੋਇਆ ਦਿਸਦਾ ਸੀ। ਕੌਮਾਂ ਦੇ ਲੀਡਰ ਜਿਹੜੇ ਆ ਉਹ ਹੀ ਕਾਮਯਾਬ ਹੁੰਦੇ ਆ ਜਿਹੜੇ ਇਹ ਸਾਰੀ ਚੀਜ਼ ਨੂੰ ਆਪਣੇ ਦਿਮਾਗ ਦੇ ਵਿੱਚ ਰੱਖ ਕੇ ਚੱਲਦੇ ਹੋਣ। ਜਦੋਂ ਬੰਦਾ ਇਹ ਚੀਜ਼ਾਂ ਰੱਖ ਕੇ ਨਹੀਂ ਚੱਲਦਾ ਤਾਂ ਉਦੋਂ ਉਹਨੂੰ ਮਾਰ ਪੈਂਦੀ ਆ। ਅਤੇ ਇਹੀ ਘਟਨਾਵਾਂ ਅਤੇ ਜਿਹੜੇ ਜਜ਼ਬਾਤੀ ਕੌਮਾਂ ਹੁੰਦੀਆਂ ਨੇ ਉਹਨਾਂ ਨੂੰ ਫਿਰ ਜਜ਼ਬਾਤੀ ਗੱਲ ਉਹਨਾਂ ਦੇ ਮੂੰਹ 'ਚ ਪਾਈ ਜਾਂਦੀ ਹੈ, ਅਤੇ ਜਿਹੜਾ ਉਹ ਗੱਲ ਨਹੀਂ ਕਹਿੰਦਾ ਤਾਂ ਉਹਨੂੰ ਫਿਰ ਜਿਹਨੂੰ ਕਹਿੰਦੀਆਂ ਉਹ ਪਛਾੜਨ ਦੀ ਕੋਸ਼ਿਸ਼, ਉਹਨੂੰ ਸਿੱਟਣ ਦੀ ਕੋਸ਼ਿਸ਼ ਵਿੱਚ ਵੱਡੇ ਨੁਕਸਾਨ ਸਰਕਾਰਾਂ ਕਰਾ ਦਿੰਦੀਆਂ ਨੇ, ਜਿਹਦੇ 'ਚ ਮੈਂ ਸਮਝਦਾ ਕਿ ਬਹੁਤ ਵੱਡੇ ਨੁਕਸਾਨ ਜਿਹੜੇ ਨੇ ਸਰਕਾਰਾਂ ਨੇ ਸਾਡੇ ਕਰਵਾਏ ਬਾਅਦ 'ਚ 84 ਤੋਂ। ਸੰਤਾਂ ਨੇ ਉਹਨਾਂ ਦੀ ਪੇਸ਼ ਨਹੀਂ ਜਾਣ ਦਿੱਤੀ, ਪਰ ਬਾਅਦ 'ਚ ਉਹ ਇਹਨਾਂ ਮਸਲਿਆਂ ਦੇ ਉੱਤੇ ਕਾਮਯਾਬ ਹੋਏ ਆ। ਇਹ ਗੱਲ ਤੋਂ ਮੈਂ ਕਦੇ ਵੀ ਇਨਕਾਰੀ ਨਹੀਂ ਹੋ ਸਕਦਾ, ਕੋਈ ਵੀ ਨਹੀਂ ਹੋ ਸਕਦਾ, ਤੁਸੀਂ ਵੀ ਨਹੀਂ ਹੋ ਸਕਦੇ। ਤੋ 84 ਦੇ ਵਿੱਚ ਅਕਾਲੀ ਦਲ ਦੀ ਪੁਜੀਸ਼ਨ ਇਹ ਆ, ਫੈਡਰੇਸ਼ਨ ਦੇ ਉੱਤੇ ਪਾਬੰਦੀ ਲੱਗੀ ਹੋਈ ਹੈ। ਜਿਹੜੀ ਟਕਸਾਲ ਹੈ ਉੱਥੇ ਦੀ ਪੁਜੀਸ਼ਨ ਇਹ ਹੈ ਵੀ ਇੱਕ ਪਾਸੇ ਇੱਕ ਮੰਡੀ ਹੈ, ਦਾਣਾ ਮੰਡੀ ਚੌਂਕ ਵਿੱਚ, ਉੱਥੇ ਫੌਜ ਬੈਠੀ ਹੈ। ਹਾਂ, ਇੱਕ ਨਾਲ ਉਰਲੇ ਪਾਸੇ ਨੰਗਲ ਵਾਲੇ ਪਾਸੇ ਸਕੂਲ ਸੀ, ਇੱਕ ਉੱਥੇ ਫੌਜ ਬੈਠੀ ਹੈ। ਇੱਕ ਜਿਹੜੀ ਬਾਬਾ ਬਕਾਲਾ ਮਹਿਤਾ ਚੌਂਕ ਵਾਲੇ ਪਾਸੇ ਇੱਕ ਹਸਪਤਾਲ ਹੈ ਪੁਰਾਣਾ, ਅਤੇ ਉੱਥੇ ਇੱਕ ਹੋਰ ਵੀ ਚੀਜ਼ ਸੀ, ਉੱਥੇ ਫੌਜ ਬੈਠੀ ਹੋਈ ਸੀ। ਅਤੇ ਘੇਰੇ 4 ਸਫੇਰੇ ਬੈਠੇ ਹੋਏ ਸਨ, ਆਉਣਾ ਜਾਣਾ ਬੰਦ ਸੀ, ਸਿਰਫ ਕੁਝ ਕੁ ਬਜ਼ੁਰਗ ਅਤੇ ਕੁਝ ਕੁ ਨੌਜਵਾਨ ਬੱਚੇ ਉੱਥੇ ਸੀ। ਅਤੇ ਮੱਥਾ ਟੇਕਣ ਵਾਸਤੇ ਵੀ ਪਿੰਡ ਦੇ ਬੰਦਿਆਂ ਨੂੰ ਇੱਕ ਟਾਈਮ ਸੀ ਕਿ 9 ਵਜੇ ਤੁਸੀਂ ਆਉਣਾ, ਮੱਥਾ ਟੇਕ ਕੇ ਤੁਰ ਜਾਣਾ। ਇਹ ਕਰਫਿਊ ਵਰਗੇ ਹਾਲਾਤ ਸਿਰਫ ਜੂਨ ਤੱਕ ਰਹੇ ਕਿ ਲਗਾਤਾਰ ਰਹੇ? ਬਾਅਦ 'ਚ ਬਹੁਤ ਲੰਬਾ ਸਮਾਂ ਰਹੇ ਆ। ਬਾਬਾ ਠਾਕਰ ਸਿੰਘ ਜੀ 2.5 ਸਾਲ ਦੇ ਲਗਭਗ 1.5 ਸਾਲ ਅੰਡਰਗਰਾਊਂਡ ਰਹੇ ਆ। ਅੱਛਾ ਜੀ। ਮਤਲਬ ਆਉਣਾ ਜਾਣਾ ਹਨੇਰੇ ਸਵੇਰੇ ਕਿਸੇ ਨਾ ਕਿਸੇ ਮੇਲ ਗੇਲ ਤਾਂ ਹੋਣਾ ਵੱਖਰੀ ਚੀਜ਼ ਹੈ, ਮਤਲਬ ਜਾਣੀ ਕਿ ਮਹਿਤੇ ਤੋਂ ਗਾਇਬ ਰਹਿਣਾ ਇੱਕ ਅਲੱਗ ਚੀਜ਼ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਇਹ ਆਮ ਲੋਕਾਂ ਨੂੰ ਅੱਜ ਨਹੀਂ ਸਮਝ ਲੱਗਦੀਆਂ। ਉਹ ਤਾਂ ਐਂ ਸਮਝਦੇ ਜਿਵੇਂ ਨਾਰਮਲ ਤੌਰ 'ਤੇ ਉਹ ਰਹਿ ਰਹੇ ਸਨ, ਅਤੇ ਨਾਰਮਲ ਗੱਲਾਂ ਸੀ, ਨਾਰਮਲ ਗੱਲਾਂ ਹੈ ਨਹੀਂ ਸਨ। ਇਸ ਸੰਸਥਾ ਦੇ ਉੱਤੇ ਇੰਨਾ ਦਬਾਅ ਸੀ, ਫੈਡਰੇ ਉਹਨਾਂ ਦੇ ਉੱਤੇ ਹੋਰ ਤਰ੍ਹਾਂ ਦਾ ਦਬਾਅ ਸੀ, ਬਾਬਾ ਠਾਕਰ ਸਿੰਘ ਬਜ਼ੁਰਗ ਹੋਣ ਕਰਕੇ ਹੋਰ ਤਰ੍ਹਾਂ ਦਾ ਦਬਾਅ ਸੀ। ਬਾਬਾ ਜੋਗਿੰਦਰ ਸਿੰਘ ਜਿਹੜੇ ਸੀ ਉਹਨਾਂ ਦੇ ਪਰਿਵਾਰ ਦੇ ਵਿੱਚ ਵੀ ਰੋਜ਼ ਸਵੇਰੇ ਸ਼ਾਮ ਫੌਜ ਜਾਂ ਪੁਲਿਸ ਜਿਹੜੀ ਉਹ ਛਾਪੇ ਮਾਰਦੀ ਸੀ ਵੀ ਤੁਹਾਡੇ ਕੋਲ ਕੋਈ ਆਇਆ ਤਾਂ ਨਹੀਂ, ਤੁਹਾਡੇ ਕੋਲ ਗਿਆ ਤਾਂ ਨਹੀਂ, ਕੋਈ ਤੁਹਾਡੇ ਮੁੰਡੇ ਕਿੱਥੇ ਨੇ, ਤੁਹਾਡੇ ਪੋਤੇ ਕਿੱਥੇ ਨੇ, ਫਲਾਣਾ ਕਿੱਥੇ ਆ, ਢੀਂਗੜਾ ਕਿੱਥੇ ਆ, ਕੀ ਕਰ ਰਿਹਾ ਕੀ ਨਹੀਂ, ਹਰ ਚੀਜ਼ ਦੇ ਉੱਤੇ ਨਿਗਾਹ, ਕੌਣ ਆਇਆ ਸੀ, ਕਿਵੇਂ ਆਇਆ ਸੀ, ਕੀ ਕਰਕੇ ਗਿਆ ਸੀ। ਪਹਿਲੀ ਗੱਲ ਤਾਂ ਉੱਥੇ ਲਾਗੇ ਬੰਨੇ ਉਹਨਾਂ ਨੂੰ, ਮਤਲਬ ਇੱਦਾਂ ਦਾ ਸਿਸਟਮ ਉੱਥੇ ਵੀ ਸੀ। ਇੱਦਾਂ ਹੀ ਸੰਤ ਕਰਤਾਰ ਸਿੰਘ ਜੀ ਦੇ ਪਰਿਵਾਰ ਨਾਲ? ਹਾਂ, ਬਾਪੂ ਹਰਨਾਮ ਸਿੰਘ ਹੋਰਾਂ ਨਾਲ, ਜਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਹੋਰ ਸੀ ਨਾ, ਵੀ ਉਹ ਭਾਈ ਅਮਰੀਕ ਸਿੰਘ ਸ਼ਹੀਦ ਹੋ ਗਏ, ਭਾਈ ਮਨਜੀਤ ਸਿੰਘ ਜੇਲ੍ਹ 'ਚ ਚਲੇ ਗਏ, ਉਹ ਪਰਿਵਾਰ ਦੀ ਤਾਂ ਉਹ ਉੱਥੇ ਗੱਲ ਉਹ ਮਤਲਬ ਇਹ ਇਸ ਤਰ੍ਹਾਂ ਦੀ ਹੈ ਨਹੀਂ ਸੀ ਵੀ ਉੱਥੇ ਕੋਈ ਆਵੇ ਜਾਵੇ ਬਹੁਤਾ, ਪਰ ਬਾਪੂ ਹਰਨਾਮ ਸੋਰਾਂ ਦੇ ਉਹ ਨਿਗਾਹ ਦੇ ਵਿੱਚ ਉਹ ਰੱਖਦੇ ਸਨ। ਬਾਪੂ ਹਰਨਾਮ ਸਿੰਘ ਜਿਹੜੇ ਜਿੰਦਾ ਸ਼ਹੀਦ? ਹਾਂ, ਜਿੰਦਾ ਸ਼ਹੀਦ ਬਾਪੂ ਹਰਨਾਮ ਸਿੰਘ ਜਿਹੜੇ ਸਨ ਉਹ ਸੰਤ ਕਰਤਾਰ ਸਿੰਘ ਦੇ ਤਾਏ ਦੇ ਲੜਕੇ ਸਨ, ਅਤੇ ਉਹਨਾਂ ਦੇ ਪਰਿਵਾਰ ਵਿੱਚੋਂ ਉਹ ਵੱਡੇ ਸਨ, ਅਤੇ ਸਾਰੇ ਉਹਨਾਂ ਦਾ ਸਤਿਕਾਰ ਵੀ ਕਰਦੇ ਸਨ। ਲੋਕ ਉਹਨਾਂ ਨੂੰ ਇਲਾਕੇ ਦੇ ਆਉਂਦੇ ਜਾਂਦੇ ਉਹਨੂੰ ਮਿਲਦੇ ਗਿਲਦੇ ਵੀ ਕੀ ਹਾਲ ਹੈ, ਕੀ ਪੁਜੀਸ਼ਨ ਹੈ, ਕਿੱਦਾਂ, ਇੱਦਾਂ ਦੇ ਮਾੜਾ ਮੋਟਾ ਉਹਨਾਂ ਦਾ। ਹਾਂ, ਮਤਲਬ ਉਹ ਵੀ ਮਤਲਬ ਇਸ ਚੀਜ਼ ਦੇ ਵਿੱਚ ਸਨ। ਮੈਂ ਥੋੜ੍ਹਾ ਜਿਹਾ ਵਿਸਥਾਰ ਕਰਾਂ। ਭਾਈ ਮੋਹਕਮ ਸਿੰਘ ਜਦੋਂ ਜਿੰਨਾ ਸ਼ਖਸੀਅਤ ਦਾ ਨਾਂ ਲੈ ਰਹੇ ਆ ਨਾ, ਤਾਂ ਮੈਂ ਥੋੜ੍ਹਾ ਜਿਹਾ ਉਹਨਾਂ ਬਾਰੇ ਜਾਣਨਾ ਚਾਹੁੰਦਾ, ਬੇਸ਼ੱਕ ਮੈਂ ਜਾਣਦਾ ਕਿਉਂਕਿ ਇਹ ਗੱਲਬਾਤ ਜਿਵੇਂ ਅਸੀਂ ਕੈਮਰੇ 'ਤੇ ਬੈਠੇ ਹਾਂ ਅਸੀਂ ਉੱਦਾਂ ਵੀ ਅਕਸਰ ਬੈਠੇ ਬਹਿੰਦੇ ਹਾਂ ਜਾਂ ਗੱਲਾਂ ਬਾਤਾਂ ਕਰਦੇ ਹਾਂ ਭਾਈਚਾਰਕ ਤੌਰ 'ਤੇ ਸਿੱਖ ਹੋਣ ਨਾਤੇ। ਮੈਂ ਰੋਕ ਕੇ ਸਵਾਲ ਇਸ ਕਰਕੇ ਪੁੱਛ ਲਿਆ ਕਰਦਾ ਕਿ ਸੰਬੰਧਿਤ ਸਿੱਖ ਸ਼ਖਸੀਅਤ ਬਾਰੇ ਥੋੜ੍ਹਾ ਜਿਹਾ ਵਿਸਥਾਰ ਹੋ, ਜਿਵੇਂ ਕਿ ਸਰਦਾਰ ਗੁਰਤੇਜ ਸਿੰਘ ਹੋਣਾ ਬਾਰੇ ਇਹਨਾਂ ਨੇ ਟਿੱਪਣੀ ਕਰਕੇ ਦੱਸ ਦਿੱਤਾ ਕਿ ਸਰਕਾਰ ਕਿਉਂ ਤ੍ਰਭਕਦੀ ਸੀ, ਜਿਹੜੇ ਸਰਦਾਰ ਗੁਰਤੇਜ ਸਿੰਘ IAS ਇੰਨੇ ਦਿਨ ਚੰਡੀਗੜ੍ਹ ਰਹਿ ਰਹੇ ਆ। ਇਸ ਤੋਂ ਅੱਗੇ ਜਿਹੜਾ ਨਾਮ ਬਾਪੂ ਹਰਨਾਮ ਸਿੰਘ ਜਿੰਦਾ ਸ਼ਹੀਦ ਦਾ ਆਇਆ,
ਉਹਨਾਂ ਦਾ ਨਾਮ ਜਿਹੜਾ ਜਿੰਦਾ ਸ਼ਹੀਦ ਆ ਸੰਨ 1978 ਦੇ ਵਿੱਚ ਜਦੋਂ 13 ਸਿੰਘ ਸ਼ਹੀਦ ਹੋਏ ਤਾਂ ਉਸ ਸਮੇਂ ਕੀ ਕੁਛ ਵਾਪਰਿਆ, ਉਹਨਾਂ ਦੇ ਨਾਮ ਨਾਲ ਜਿੰਦਾ ਸ਼ਹੀਦ ਕਿਉਂ ਪਿਆ, ਆਪਾਂ ਭਾਈ ਮੋਹਕਮ ਸਿੰਘ ਦੇ ਜ਼ਬਾਨੀ ਸੁਣਦੇ ਹਾਂ। ਅਸਲ ਵਿੱਚ ਜਦੋਂ ਨਿਰੰਕਾਰੀਆਂ ਨਾਲ ਟਕਰਾਓ ਹੋਇਆ 78 ਵਿੱਚ ਅਤੇ ਬਾਪੂ ਹਰਨਾਮ ਸਿੰਘ ਜੀ ਗੰਭੀਰ ਜ਼ਖਮੀ ਹੋ ਗਏ, ਸਿਰ 'ਚ ਸੱਟਾਂ ਸੀ, ਹੱਥ ਵੱਡੇ ਸਨ, ਲੱਤਾਂ ਦੇ ਉੱਤੇ ਸਨ, ਇਹ ਮਤਲਬ ਉਹਨਾਂ ਦੀ ਬਹੁਤ ਜ਼ਿਆਦਾ ਬੁਰੀ ਹਾਲਤ ਸੀ ਅਤੇ ਜਾਣੀ ਕਿ ਉਹ ਵੇਖਣ ਨੂੰ ਉਹ ਡੈਥ ਸੀ ਪਰ ਸਵਾਸ ਚੱਲਦੇ ਸਨ। ਉਹ ਕੀ ਆ ਵੀ ਜਿਹੜੇ ਉਹਨਾਂ ਸਰੀਰ ਇੱਦਾਂ ਦੇ ਸੀ ਨਾ ਉਹ ਚੱਕ ਕੇ ਉਹਨਾਂ ਨੇ ਮੁਰਦਾ ਘਰ ਦੇ ਵਿੱਚ ਪਾ ਤੇ। ਜਿਹੜੇ ਜ਼ਖਮੀ ਸੀ ਉਹ ਗੁਰੂ ਤੇਗ ਬਹਾਦਰ ਹਸਪਤਾਲ ਜਿਹੜਾ ਸੀ ਗੁਰੂ ਨਾਨਕ ਹੋਸਪਿਟਲ ਦੇ ਨਾਲ ਟੱਚ ਹੁੰਦਾ ਸੀ ਅਤੇ ਮੁਰਦਾ ਘਰ ਜਿਹੜਾ ਸੀ ਉਹ ਉੱਥੇ ਨਾ ਬਣਾਇਆ ਸੀ, ਜਿਹੜਾ ਅੱਜ ਕੱਲ੍ਹ ਹਸਪਤਾਲ ਵੱਡਾ ਹੈ ਇਹ। ਵੈਸੇ ਜਦੋਂ ਗੁਰੂ ਸਾਹਿਬ ਦਾ ਤੇਗ ਗੁਰੂ ਨਾਨਕ ਸਾਹਿਬ ਦਾ 500 ਸਾਲਾਂ ਸੀ ਉਦੋਂ ਆਰੰਭ ਹੋਇਆ ਸੀ, ਬਣਦਿਆਂ ਬਣਦਿਆਂ ਟਾਈਮ ਲੱਗਾ, ਪਰ ਉਦੋਂ ਪਹਿਲਾਂ ਇੱਕ ਅੰਗਰੇਜ਼ਾਂ ਵੇਲੇ ਦਾ ਹਸਪਤਾਲ ਚੱਲਦਾ ਸੀ। ਉਦੋਂ ਪਹਿਲਾਂ ਅੰਗਰੇਜ਼ਾਂ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਉਹ ਲਾਗੇ ਬੰਨੇ ਹੁੰਦੇ ਜਿਹੜੇ ਕੋਈ ਫੌਜੀ ਫਾਜੀ ਦੂਜੇ ਤੀਜੇ ਸੀ, ਉਹ ਜਿਹਨੂੰ ਅਸੀਂ ਪਲਾਜ਼ਾ ਵੀ ਕਹਿ ਦਿੰਦੇ ਹਾਂ ਅੱਜ ਕੱਲ੍ਹ, ਅਤੇ ਜਿੱਥੇ ਉਹ ਨਾਮ ਧਾਰੀਏ ਦਾ ਜਿਹੜਾ ਬੋਰਡ ਹੈ, ਦਰਖਤ ਹੈ ਜਿੱਥੇ ਉਹਨਾਂ ਨੂੰ ਫਾਂਸੀ ਲਾਈ ਹੈ, ਉਹ ਜਿਹੜੀ ਕੋਠੀ ਦਿਸਦੀ ਹੈ ਕਦੇ ਕਿ ਖਿਆਲ ਰੱਖਣਾ, ਧਿਆਨ ਸਿੰਘ ਡੋਗਰੇ ਦੀ ਕੋਠੀ ਸੀ। ਅੱਛਾ ਜੀ। ਅਤੇ ਉਹ ਡਿਉੜੀ ਤੋਂ, ਡਿਉੜੀ ਅੱਗੇ ਆ ਅਤੇ ਡਿਉੜੀ ਤੋਂ ਬਾਹਰ ਉਹ ਮਤਲਬ ਕਿ ਰਹਿਸ਼ ਰੱਖਦਾ ਸੀ, ਜਿਹੜਾ ਆਉਂਦਾ ਜਾਂਦਾ ਸੀ ਉਹ ਮੁੱਖ ਵਜ਼ੀਰ ਤੱਕ ਹੀ ਗੱਲ ਕਰਦਾ ਸੀ, ਅੰਦਰ ਜਾਣ ਲਈ ਆਗਿਆ ਲੈ ਕੇ ਹੀ ਕੋਈ ਜਾ ਸਕਦਾ ਸੀ, ਮਤਲਬ ਕਿ ਉਹਦੇ ਅੰਦਰ ਮਤਲਬ ਕਿ ਹਰੇਕ ਨੂੰ ਪ੍ਰਵੇਸ਼ ਕਰਨ ਦੀ ਆਗਿਆ ਨਹੀਂ ਸੀ, ਉੱਥੋਂ ਤੱਕ ਸੀ। ਇਹਦੇ ਲਾਗੇ ਹਰੀ ਸਿੰਘ ਨਲਵੇ ਦਾ ਇੱਕ ਰਹਿ ਸੀ, ਇੱਕ ਕਿਸੇ ਦੀ ਰਹਿ ਸੀ, ਕਿਸੇ ਦੇ ਕੁਛ ਸੀ, ਇੱਥੇ ਮਜੀਠੀਆ ਹਾਊਸ ਹੁੰਦਾ ਸੀ, ਉੱਥੇ ਮਜੀਠੀਏ ਬੈਠਦੇ ਸੀ, ਇੱਕ ਨਸ਼ਹਿਰਾ ਹਾਊਸ ਸੀ ਜਿਹੜਾ ਉਹ ਰੂੜ ਸਿੰਘ ਦੇ ਵਡੇਰਿਆਂ ਦਾ ਸੀ, ਉਹਨਾਂ ਦਾ ਵੱਖਰਾ ਸੀ, ਰਣਜੀਤ ਸਿੰਘ ਮਾਂ ਦੇ ਨਾਨਾ ਆ ਉਹਨਾਂ ਦੇ ਨਾਨੇ ਦਾ, ਔਰ ਇੱਦਾਂ ਹੀ ਅਟਾਰੀ ਵਾਲਿਆਂ ਦਾ ਇੱਥੇ ਹੁੰਦਾ ਸੀ, ਰਾਜਾ ਸੰਸੀ ਵਾਲਿਆਂ ਦੇ ਵੱਖਰੇ ਹੁੰਦੇ, ਇਹ ਵੱਖਰੇ ਵੱਖਰੀਆਂ ਇੱਦਾਂ ਦੇ ਜਿਹੜੇ ਸਰਦਾਰ ਘਰਾਣੇ ਸੀ ਉਹਨਾਂ ਦੇ ਵੱਖਰੇ ਵੱਖਰੇ ਇੱਥੇ ਬਣੇ ਹੋਏ ਸੀ ਥਾਣੇ, ਪਰ ਹੌਲੀ ਹੌਲੀ ਉਹ ਗਾਇਬ ਹੋ ਗਏ ਅਤੇ ਕੁਝ ਹੋ ਰਿਹਾ। ਇੱਕ ਤੁਸੀਂ ਕਦੇ ਦੇਖਿਆ ਹੋਊਗਾ ਬੱਸ ਅੱਡੇ ਵਾਲਾ ਜਿਹੜਾ ਚੌਂਕ ਹੈ ਵਿਸ਼ਕਰਮਾ ਚੌਂਕ, ਉਹਦੇ ਵਿੱਚ ਗੁੱਠ ਵਿੱਚ ਅੱਜ ਵੀ ਇੱਕ ਕੋਠੀ ਹੈ। ਜਦੋਂ ਮਹਾਰਾਜਾ ਖੜਕ ਸਿੰਘ, ਸ਼ੇਰ ਸਿੰਘ ਵਗੈਰਾ ਆਏ ਅਤੇ ਉਹ ਮਹਾਰਾਣੀ ਜਿੰਦਾ ਦੀ ਰਿਹਾਇਸ਼ ਜਦੋਂ ਅੰਮ੍ਰਿਤਸਰ ਆਉਂਦੇ ਸੀ ਤਾਂ ਉਹਦੇ 'ਚ ਹੁੰਦੀ ਸੀ। ਮਹਾਰਾਣੀ ਸਦਾ ਕੌਰ ਜਾਂ ਸ਼ੇਰ ਸਿੰਘ ਦੇ ਜਿਹੜੀ ਰਹਿਸ਼ ਸੀ ਜਿੱਥੇ ਆਪਣਾ ਕੁਤਵਾਲੀ ਹੈ ਇਹਦੇ ਥੱਲੇ ਇੱਥੇ ਹੁੰਦੀ ਸੀ, ਅਤੇ ਮਹਾਰਾਣੀ ਸਦਾ ਕੌਰ ਚੜ੍ਹਾਈ ਵੀ ਇੱਥੇ ਕੀਤੀ ਆ ਆਪਣੇ ਕੁਤਵਾਲੀ ਵਾਲੀ ਥਾਂ 'ਤੇ। ਇਹ ਮਤਲਬ ਜਾਣੀ ਕਿ ਇੱਕ ਵੱਖਰੀਆਂ ਵੱਖਰੀਆਂ ਚੀਜ਼ਾਂ ਜਿਹੜੀਆਂ ਸੀ, ਹਾਂ ਮਤਲਬ ਇਹ ਸਾਰੀਆਂ ਚੀਜ਼ਾਂ ਦਾ ਇੱਕ ਸੀ ਜਿਹਨੂੰ ਕਿ ਸ਼੍ਰੋਮਣੀ ਕਮੇਟੀ ਨੇ ਉਹਨੂੰ ਬੜੀ ਗੰਭੀਰਤਾ ਦੇ ਨਾਲ ਵਿਦਵਾਨਾਂ ਕੋਲ ਖੋਜ ਕਰਾਉਣੀ ਚਾਹੀਦੀ ਸੀ, ਪਰ ਬਦਕਿਸਮਤੀ ਹੈ ਕਿ ਉਹਨਾਂ ਨੇ ਇਹ ਕੰਮ ਕੀਤਾ ਨਹੀਂ, ਉਹਨਾਂ ਚੀਜ਼ਾਂ ਨੂੰ ਉਹਨਾਂ ਨੇ ਭੁਲਾ ਦਿੱਤਾ, ਜਾਣੀ ਕਿ ਉਹ ਉਹਨਾਂ ਚੀਜ਼ਾਂ ਦੇ ਵੱਲ ਸੋਚਦੇ ਹੀ ਨਹੀਂ ਗੇ। ਆਪਾਂ ਗੱਲ ਕਰ ਰਹੇ ਸਾਂ ਬਾਪੂ ਹਰਨਾਮ ਸਿੰਘ ਹੋਣਾ ਦਾ ਸਰੀਰ ਜਿਹੜਾ, ਹਰਨਾਮ ਸਿੰਘ ਜੀ ਉਹ ਮੁਰਦੇ ਘਰ ਦੇ ਵਿੱਚ ਪਿਆ ਸੀ। ਅਗਲੇ ਦਿਨ ਭਾਈ ਅਮਰੀਕ ਸਿੰਘ ਫੈਡਰੇਸ਼ਨ ਨੌਜਵਾਨਾਂ ਨੂੰ ਲੈ ਕੇ ਇੱਥੋਂ ਦਰਬਾਰ ਸਾਹਿਬ, ਉਹ 5 ਨੰਬਰ ਹਾਲ ਹੁੰਦਾ ਜਿੱਥੇ ਸੰਤ ਸੀ, ਅਤੇ ਇਹ ਗਏ ਰਸਤੇ ਟੌੜਾ ਆ ਰਿਹਾ ਸੀ, ਚਲੋ ਟੌੜੇ ਨੂੰ ਨਾਲ ਭਾਲਿਆ, ਉੱਥੇ ਚਲੇ ਗਏ। ਉੱਥੇ ਜਾ ਕੇ ਟੌੜਾ ਦਾ ਕੱਦ ਵੀ ਵੱਡਾ ਸੀ ਅਤੇ ਨਾਲੇ ਉਦੋਂ ਸਰਕਾਰ ਕਾਲੀ ਸੀ, ਉਹਨੇ ਜਾ ਕੇ ਕਿਹਾ ਖੋਲ੍ਹੋ ਦਰਵਾਜ਼ਾ, ਸਰੀਰ ਲੱਦਣੇ ਆ, ਲਿਜਾਣੇ ਆ ਉੱਥੇ ਦਰਬਾਰ ਸਾਹਿਬ ਲੈ ਕੇ ਜਾਣੇ ਆ ਜੇ ਉਹ, ਤਾਂ ਉਹਨਾਂ ਨੇ ਦਰਵਾਜ਼ਾ ਤਾਂ ਖੋਲ੍ਹਣਾ ਸੀ ਡਾਕਟਰ ਨੇ ਜਾਂ ਪੁਲਿਸ ਵਾਲਿਆਂ ਨੇ, ਅਤੇ ਉਹ ਉੱਥੇ ਤੂੰ ਤੂੰ ਮੈਂ ਵੀ ਹੋਈ, ਉਹ ਰੋਕਣਾ ਚਾਹੁੰਦੇ ਸੀ। ਪਹਿਲਾਂ ਤਾਂ ਫਿਰ ਟੌੜਾ ਉਹਨਾਂ ਦੇ ਨਾਲ ਗਰਮਾ ਗਰਮੀ ਕੀਤੀ, ਟੌੜੇ ਨੇ ਉਹਨਾਂ ਨੂੰ ਮੰਦਾ ਚੰਗਾ ਗਲ ਦੁੱਪੜੇ ਵੀ ਕੀਤਾ ਅਫਸਰਾਂ ਨੂੰ, ਪੁਲਿਸ ਅਫਸਰਾਂ ਨੂੰ, ਪਰ ਉਹ ਅਫਸਰ ਜਿਹੜਾ SSP DC ਜਿਹੜਾ ਸੀ ਉਹ ਬੋਲੇ ਨਹੀਂ ਕੁਛ, ਮੈਂ ਉੱਥੋਂ ਮੱਖੀ ਵੇਖਿਆ। ਟੌੜਾ ਉਹਨਾਂ ਨੂੰ ਬਹੁਤ ਜਾਣੀ ਕਿ ਜ਼ਿਆਦਾ ਮਤਲਬ ਕੌੜਾ ਬੋਲਦਾ ਸੀ, ਜਿਹੜਾ ਕਿ ਇੱਕ ਜ਼ਿੰਮੇਵਾਰ ਉਹਦੇ 'ਤੇ ਬੈਠਾ ਇਹੋ ਜਿਹੀਆਂ ਮੰਦਾ ਭਾਸ਼ਾ ਨਹੀਂ ਵਰਤਦਾ, ਪਰ ਉਹਨਾਂ ਨੇ ਮੰਦੀ ਭਾਸ਼ਾ ਵਰਤੀ। ਪਰ ਉਸ ਵੇਲੇ ਇੱਕ ਹਾਲਾਤ ਵੀ ਸਨ, ਹਾਲਾਤ ਵੀ ਸਨ, ਜਾਂ ਨੌਜਵਾਨਾਂ ਨੂੰ ਠੰਡੇ ਕਰਨ ਲਈ ਵੀ ਕਹਿ ਲਓ, ਜਾਂ ਵੈਸੇ ਹੀ ਮਤਲਬ ਕਿ ਕਿਸੇ ਬੰਦਾ ਕਈ ਵਾਰੀ ਜੇ ਜਵਾਬ 'ਚ ਆ ਜਾਂਦਾ, ਇੱਕ ਲੌਸ ਵੀ ਵੱਡਾ ਕੌਮ ਦਾ ਹੋ ਚੁੱਕਾ, ਹਾਂ ਹੋ ਚੁੱਕਾ ਸੀ, ਜਾਂ ਉਹ ਆਪਣੇ ਨੂੰ ਜ਼ਿੰਮੇਵਾਰ ਵੀ ਸਮਝਦਾ ਸੀ, ਇਸ ਘਟਨਾ ਤੋਂ ਬਾਹਰ ਉਹ ਬਾਹਰੋਂ ਆ ਹੀ ਰਿਹਾ ਸੀ ਅਤੇ ਰਸਤੇ 'ਚੋਂ ਹੀ ਫੈਡਰੇਸ਼ਨ ਵਾਲਿਆਂ ਨੂੰ ਆਪਣੇ ਨਾਲ ਆਲਬਜ਼ਾਰ 'ਚ ਵਾਪਸ ਲੈ ਲਿਆ ਅਤੇ ਇੱਥੇ ਲੈ ਆਏ। ਉਹ ਫਿਰ CRP ਵਾਲੇ ਵੀ ਇਹ ਸਿਵਲ ਤਾਂ ਹੈਗੇ ਸਾਡਾ, ਉਹ ਬੋਲੇ ਤਾਂ ਅਮਰੀਕ ਸਿੰਘ ਉਹਨਾਂ ਨੂੰ ਪੈ ਗਿਆ, ਕਹਿੰਦਾ ਤੁਹਾਡੇ ਕੋਲ ਜ਼ਿਆਦੀਆਂ ਰਫਲਾਂ ਨਹੀਂ, ਸਾਡੇ ਕੋਲ ਵੇਖੀਆਂ ਆ ਜਾਓਗੇ, ਫਿਰ ਵੇਖ ਹੀ ਲੈਂਦੇ ਪਹਿਲਾਂ ਤੁਹਾਡੇ ਨਾਲ ਨਿਪਟ ਲੈਂਦੇ ਹਾਂ, ਅਤੇ ਉਹ ਫਿਰ ਪੁਲਿਸ ਵਾਲਿਆਂ ਨੇ ਕਹਿੰਦੇ ਪਿੱਛੇ ਹਟ ਜਾਓ, ਪਿੱਛੇ ਹਟ ਜਾਓ, ਅਸੀਂ ਆਪੇ ਸੰਭਾਲਾਂਗੇ। ਉਹ ਸਰੀਰ ਲਿਆ ਕੇ ਆ ਰਹੇ ਸੀ, ਜਦੋਂ ਸਰੀਰ ਲੱਦ ਰਹੇ ਸੀ ਉਹਨਾਂ 'ਚੋਂ ਇੱਕ ਸਰੀਰ ਬਾਪੂ ਹਰਨਾਮ ਸਿੰਘ ਦਾ ਜਦੋਂ ਚੱਕਣ ਲੱਗੇ ਤਾਂ ਬਾਪੂ ਨੇ ਹੌਲੀ ਜਿਹੀ ਬੋਲਿਆ ਪਾਣੀ ਪਾਣੀ, ਜਦੋਂ ਪਾਣੀ ਪਾਣੀ ਕੀਤਾ ਤਾਂ ਉਸ ਸਮੇਂ ਨਾ ਮਤਲਬ ਇਹ ਵੀ ਬੰਦਾ ਇੱਥੇ ਵਿੱਚ ਪਿਆ, ਟੌੜੇ ਨੇ ਉਹਨੂੰ ਉਸ ਸਮੇਂ ਡਾਕਟਰ ਨੂੰ ਮਤਲਬ ਕਿ ਜਿਵੇਂ ਕਹਿੰਦੀ ਨਾ ਇੱਕ ਧੱਕਾ ਮਾਰ ਕੇ ਮਤਲਬ ਕਿ ਐਂ ਸਿੱਟਿਆ ਮਲਪਰਾਂ ਨੂੰ, ਕੁੱਤੇ ਉਹ ਰਾਮ ਜਾ ਦਿਓ ਫਲਾਣਾ ਟੀਂਗੜਾ, ਉਹ ਬੋਲਿਆ ਇੱਦਾਂ ਦਾ, ਇਹ ਤੁਸੀਂ ਇੱਕ ਜਿਉਂਦੇ ਜਾਗਦੇ ਬੰਦੇ ਨੂੰ ਮੁਰਦਾ ਘਰ 'ਚ ਰਾਤ ਪਾ ਸਾਰੀ ਗਰਮੀ 'ਚ ਪਾ ਛੱਡਿਆ ਮੁਰਦਾ ਘਰ ਵਿੱਚ,
ਅਤੇ ਉਹਦੇ ਮੂੰਹ 'ਚ ਪਾਣੀ ਪਾਇਆ, ਦਬਾ ਦਬ ਉਹ ਰੇੜੀ ਰੂੜੀ ਜੀ ਆਈ ਅਤੇ ਉਹ ਜਿਹਦੇ ਉੱਤੇ ਲੰਮਾ ਪਾ ਕੇ ਭਜਾ ਕੇ ਅਤੇ ਹਸਪਤਾਲ ਲੈ ਗਏ, ਉੱਥੇ ਉਹਨੇ ਆਕਸੀਜਨ ਲਾਈ ਜਾਂ ਜੋ ਡਾਕਟਰੀ ਇਲਾਜ ਸੀ ਉਹ ਕੀਤਾ, ਉਹ ਠੀਕ ਰਹੇ ਅਤੇ ਉਹ ਫਿਰ 84 ਤੋਂ ਬਾਅਦ ਤੱਕ ਜਿਉਂਦੇ ਰਹੇ ਅਤੇ ਉਹਨਾਂ ਦੀ ਪੁਜੀਸ਼ਨ ਲੰਬਾ ਸਮਾਂ ਹਸਪਤਾਲ 'ਚ ਰਹਿਣ ਕਰਕੇ ਫਿਰ ਸੰਤ ਜਰਨੈਲ ਸਿੰਘ ਨੂੰ ਜਿੰਦਾ ਸ਼ਹੀਦ ਕਹਿਣ ਲੱਗ ਗਏ ਕਿ ਰਾਤ ਮੁਰਦਾ ਘਰ 'ਚ ਵੀ ਰਹਿ ਆਇਆ। ਹਾਂਜੀ, ਅਤੇ ਜੇ ਕੋਈ ਪਾਣੀ ਨਾ ਜਾਂ ਸਹੀ ਟਾਈਮ 'ਤੇ ਭਾਈ ਅਮਰੀਕ ਸਿੰਘ ਹਰੀ ਨਾ ਪਹੁੰਚਦੇ ਸਰੀਰ ਲੈਣ ਲਈ ਫੈਡਰੇਸ਼ਨ ਵਾਲੇ ਅਤੇ ਟਕਸਾਲ ਵਾਲੇ ਸਿੰਘਾਂ ਨੂੰ ਨਾਲ ਲੈ ਕੇ, ਅਤੇ ਹੋ ਸਕਦਾ ਕੁਛ ਸਮੇਂ ਬਾਅਦ ਹਾਂ 14ਵੇਂ ਸ਼ਹੀਦ ਵੀ ਹੁੰਦੇ, ਅਤੇ ਉਹ ਫਿਰ ਉਹਨੂੰ ਫਿਰ ਜਿੰਦਾ ਸ਼ਹੀਦ ਦਾ ਖਿਤਾਬ ਜਿਹੜਾ ਸੀ ਸੰਤਾਂ ਨੇ ਦਿੱਤਾ ਸੀ, ਇਸ ਲਈ ਉਹਨੂੰ ਜਿੰਦਾ ਸ਼ਹੀਦ ਕਹਿੰਦੇ ਸਨ। ਉਹਨਾਂ ਦਾ ਜ਼ਿਕਰ ਮੈਂ ਕੀਤਾ, ਤੁਸੀਂ ਦੱਸ ਰਹੇ ਸੀ ਕਿ ਦਮਦਮੀ ਟਕਸਾਲ ਦਾ ਚੁਫੇਰਾ ਫੌਜ ਨੇ ਛਾਉਣੀ ਵਾਂਗ ਬਣਾ ਕੇ ਰੱਖਿਆ ਅਤੇ ਬਾਬਾ ਠਾਕਰ ਸਿੰਘ 1.5 ਸਾਲ ਦੇ ਕਰੀਬ ਮੁੱਖ ਅਸਥਾਨ ਹੈੱਡਕੁਆਰਟਰ ਦਮਦਮੀ ਟਕਸਾਲ ਨਹੀਂ ਉਸ ਤਰੀਕੇ ਪਹੁੰਚ ਸਕੇ, ਆਸੇ ਪਾਸੇ ਰਹੇ। ਹਾਂਜੀ ਬਿਲਕੁਲ, ਉਹ ਗਾਇਬ ਹੋ ਗਏ ਜਿਹੜੇ ਉੱਥੇ ਸਿੰਘ ਸੀ, ਧਰਮ ਸਿੰਘ, ਦਲੀਪ ਸਿੰਘ, ਉਹ ਵੀ ਜੈਬ ਸਿੰਘ, ਉਹ ਵੀ ਉੱਥੋਂ ਨਿਕਲ ਗਏ। ਜਿਹੜੇ ਨੌਜਵਾਨ ਸੀ ਉਹ ਵੀ ਸਾਰੇ ਉੱਥੋਂ ਭੱਜ ਪੁੱਜ ਗਏ, ਸੱਜੇ ਖੱਬੇ ਦੀ ਹੋ ਗਏ। ਉੱਥੇ ਕੋਈ ਸਮਾਨ ਸਮੂਨ ਸੀ ਥੋੜ੍ਹਾ ਬਾਲਾ, ਉਹ ਜਿਹੜਾ ਸੀ ਉਹ ਪਹਿਲਾਂ ਇਕੱਠਾ ਕੀਤਾ। ਉੱਥੇ ਮੇਜਰ ਜਗਜੀਤ ਸਿੰਘ ਜਿਹੜਾ ਸੀ ਉਹ ਧੀਰੇ ਪਿੰਡ ਦਾ ਸੀ ਅਤੇ ਉਹ ਉਹਦੀ ਕੋਈ ਮਤਲਬ ਕਿ ਗੁਰਸਿੱਖ ਪਰਿਵਾਰ ਦੇ ਨਾਲ ਉਹਦਾ ਸੀ ਸੰਬੰਧ ਜਾਂ ਜਿੱਦਾਂ ਇੱਕ ਸਤਿਕਾਰ ਹੁੰਦਾ। ਉਹ ਹਥਿਆਰਾਂ ਵਾਲੇ ਨਿਸ਼ਾਨ ਲੈ ਕੇ ਹਥਿਆਰ ਜੇ ਚਲੇ ਗਿਆ, ਕਹਿੰਦਾ ਜੀ ਮੈਂ ਤਾਂ ਲੈ ਆਇਆ। ਇਹਨਾਂ ਨੂੰ ਉਹ ਕਹਿ ਗਿਆ ਵੀ ਜਿਹੜਾ ਬਾਕੀ ਦਾ ਸਮਾਨ ਹੈ ਨਾ ਉਹੋ ਜਿਹਾ ਦੂਜਾ, ਇਹਨੂੰ ਤੁਸੀਂ ਇੱਥੋਂ ਗਾਇਬ ਕਰ ਦਿਓ, ਵੀ ਮੈਂ ਇਹ ਕੋਈ ਟਾਈਮ 'ਤੇ ਫੌਜ ਨੂੰ ਸੱਜਾ ਖੱਬਾ ਕਰਾਂਗਾ। ਇਹਨਾਂ ਨੇ ਕੀ ਕੀਤਾ ਵੀ ਪਹਿਲਾਂ ਉੱਥੇ ਅੰਦਰ ਹੀ ਇੱਕ ਵੱਡਾ ਹਰਾ ਸਰੋਵਰ ਵਾਸਤੇ ਥਾਂ ਪੱਟੀ ਸੀ ਵੀ ਸਰੋਵਰ ਬਣਾਉਣਾ। ਜਦੋਂ ਸਰੋਵਰ ਬਣਾਉਣਾ ਤਾਂ ਉਹ ਪੰਜ ਪਿਆਰਿਆਂ ਤੋਂ ਦਾ ਟੱਪ ਲਵਾਇਆ ਸੀ, ਬਾਬਾ ਬਿਸ਼ਨ ਸਿੰਘ, ਬਾਬਾ ਸੋਹਣ ਸਿੰਘ, ਇੱਕ ਕਾਰਸੇ ਵਾਲੇ ਮਹਾਂਪੁਰਖ ਹੁੰਦੇ ਸੀ ਇੱਥੇ, ਉਹ ਵੀ ਉਹਨਾਂ ਦਾ ਨਾਮ ਵੀ ਬਿਸ਼ਨ ਸਿੰਘ ਸੀ। ਬਿਸ਼ਨ ਸਿੰਘ ਮੈਂ ਬਾਬਾ ਕਾਲਾ ਸਾਹਿਬ ਵਾਲਿਆਂ ਦਾ ਜ਼ਿਕਰ ਕੀਤਾ ਅਤੇ ਇੱਦਾਂ ਕਰੇ ਹੋਰ ਬਾਬਾ ਸਰਿਆਲੀ ਵਾਲੇ ਅਤੇ ਇੱਕ ਸੰਤ ਕਰਤਾਰ ਸਿੰਘ ਹਰੀ, ਤੋ ਇਹਨਾਂ ਨੇ ਉਹ ਟੱਪ ਲਾਇਆ ਸੀ 4-5 ਮਹਾਂਪੁਰਖਾਂ ਨੇ ਜਾਂ ਇੱਦਾਂ ਰਲ ਕੇ ਵੀ ਇੱਥੇ ਸਰੋਵਰ ਬਣਾ ਲਈਏ। ਇੱਕ ਸਧਾਰਨ ਜਿਹਾ ਬੰਦਾ ਆਇਆ, ਮੈਂ ਇਹ ਘਟਨਾ ਦਾ ਜ਼ਿਕਰ ਕਰਨਾ ਚਾਹੁੰਦਾ, ਸਧਾਰਨ ਜਿਹਾ ਬੰਦਾ ਆਇਆ, ਉਹਦੇ ਕੱਪੜੇ ਵੀ ਇੱਦਾਂ ਸਿੱਧੇ ਸਾਧੇ ਸੀ ਅਤੇ ਕੋਈ ਖੇਤੀ ਵਾਲਾ ਸਿੱਖ ਸੀ ਅਤੇ ਹੈ ਸਿਆਣੀ ਉਮਰ ਦਾ ਸੀ। ਸੰਤ ਕਰਤਾਰ ਸਿੰਘ ਕੋਲ ਆ ਕੇ ਨਾ ਅਤੇ ਉਹ ਖੜ੍ਹਾ ਹੋ ਗਿਆ ਅਤੇ ਉਹਨਾਂ ਜਿਵੇਂ ਬੜਾ ਸਵਾਲੀ ਅੱਖਾਂ ਦੇ ਨਾਲ ਥੋੜ੍ਹਾ ਪਾਣੀ ਉਹਦੀ ਅੱਖਾਂ 'ਚ ਆਇਆ ਮਾੜਾ ਜਿਹਾ। ਸੰਤ ਕਹਿੰਦੇ ਕਿ ਸੰਤਾਂ ਉੱਠ ਕੇ ਉਹਨੂੰ ਗਲਵਕੜੀ ਲਿਆ, ਕਹਿੰਦੇ ਕੀ ਗੱਲ? ਕਹਿੰਦੇ ਜੀ ਮੈਂ ਗੱਲ ਕਹਿਣ ਆਇਆ, ਮੈਨੂੰ ਮੋੜਿਓ ਨਾ। ਸੰਤਾਂ ਕਹਿੰਦੇ ਦੱਸ ਕੀ ਹੈ? ਉਹ ਕਹਿਣ ਲੱਗਾ ਜੀ ਜਿਹੜੇ ਸਰੋਵਰ ਹੈ ਨਾ, ਇਹ ਅੱਜ ਅਸੀਂ ਬਣਾਉਣ ਤਾਂ ਲੱਗ ਗਏ ਹਰ ਥਾਂ 'ਤੇ, ਇਹ ਸਿਰਫ ਗੁਰੂ ਸਾਹਿਬਾਨਾਂ ਦੇ ਸਥਾਨ 'ਤੇ ਹੋਣੇ ਚਾਹੀਦੇ ਆ, ਕਿਸੇ ਸਿੱਖ ਦੇ ਸਥਾਨ 'ਤੇ ਨਹੀਂ ਹੋਣੇ ਚਾਹੀਦੇ, ਜਿੱਡਾ ਮਰਜ਼ੀ ਕੋਈ ਹੋਵੇ, ਵੀ ਆਪਾਂ ਬਾਬਾ ਬੁੱਢਾ ਸਾਹਿਬ ਨੂੰ ਇਹਦੇ 'ਚੋਂ ਛੱਡ ਸਕਦੇ ਹਾਂ, ਨਹੀਂ ਤਾਂ ਬਾਕੀ ਸਭ ਸਿੱਖ ਜਿਹੜੇ ਨੇ ਉਹਨਾਂ ਦੇ ਸਥਾਨਾਂ 'ਤੇ ਸਰੋਵਰ ਨਹੀਂ ਚਾਹੀਦਾ। ਸੰਤਾਂ ਨੇ ਨਾ ਮਤਲਬ ਗੰਭੀਰ ਹੋ ਗਏ, ਸੰਤਾਂ ਕਿਹਾ ਵੀ ਤੂੰ ਤਾਂ ਮੇਰੀਆਂ ਅੱਖਾਂ ਖੋਲਤੀਆਂ ਨੇ, ਅਤੇ ਸੰਤਾਂ ਨੇ ਉਹ ਪੱਟਿਆ ਹੋਇਆ ਸਰੋਵਰ ਉਹ ਛੱਡ ਦਿੱਤਾ। ਉਹਦੇ ਬਾਰੇ ਫਿਰ ਅਖੰਡ ਪਾਠ ਸਾਹਿਬ ਕਰਕੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਹੀ ਅਰਦਾਸ ਕੀਤੀ ਸੀ, ਦੇਗ ਲਾਈ ਅਤੇ ਚਲੋ ਲੰਗਰ ਪਾਣੀ 'ਚ ਸੇਵਾ ਪਾਤੀ ਸੰਤਾਂ ਨੇ ਜੋ ਵੀ ਸੇਵਾ ਕਰਕੇ ਵੀ ਮਾਫੀ, ਅਤੇ ਉਹਨੂੰ ਛੱਡ ਦਿੱਤਾ। ਉਹਦੇ 'ਚ ਮੁੜ ਕੇ ਹੌਲੀ ਹੌਲੀ ਜਿਵੇਂ ਜਿਵੇਂ ਸਮਾਂ ਆਇਆ ਪਾਣੀ ਛੱਡ ਦਿੱਤਾ, ਉਹ ਪਾਣੀ ਜਿਹਦੇ ਵਿੱਚ ਰੱਖ ਦਿੱਤੇ ਹਥਿਆਰ, ਉੱਥੋਂ ਚੱਕ ਕੇ ਫਿਰ ਮੁੜ ਕੇ ਮਹਿੰਦਰ ਸਿੰਘ ਕਲਸੀ ਸੀ ਇੱਕ ਚਰਨ ਸਿੰਘ ਨੰਬਰਦਾਰ ਵਗੈਰਾ ਸੀ, ਉੱਥੋਂ ਚੱਕੇ ਅਤੇ ਮੇਰਾ ਕਿਸੇ ਦੇ ਘਰ ਪਹੁੰਚਾ ਦਿੱਤੇ। ਇਹ ਅਸਲਾ ਦੋਨਵੀਂ ਟਕਸਾਲ ਦਾ ਅਸਲਾ ਸੀ? ਨਹੀਂ ਜੀ, ਇਹ ਅਸਲਾ ਨਹੀਂ ਸੀ, ਪਤਾ ਨਹੀਂ ਕਿੱਦਾਂ ਆਇਆ ਇੱਦਾਂ ਹੀ ਉਸ ਸਮੇਂ। ਇਹ ਉੱਥੋਂ ਮੁੜ ਕੇ ਬਾਅਦ ਵਿੱਚ ਕੋਹੇ ਫੌਜ ਨੇ ਫੜ ਲਿਆ, ਉਹਦੇ 'ਚ ਉਹਨਾਂ ਨੇ ਕੁੱਟ ਕੱਟ ਬੜੀ ਪਈ ਸਿੰਘਾਂ ਨੂੰ, ਉੱਥੇ ਲਾਗੇ ਬੰਨੇ ਹਾਲਾਤ ਜਾਣੀ ਕਿ ਬੜੇ ਨਾਜ਼ੁਕ ਹੋ ਗਏ। ਅਸਲੇ ਦੀ ਵਾਹਵਾ ਗਿਣਤੀ ਸੀ ਭਈ? ਮੈਂ ਤਾਂ ਉੱਥੇ ਹੈ ਨਹੀਂ ਸੀ, ਪਰ ਮੈਨੂੰ ਇਹ ਜਾਣਕਾਰੀ ਹੈ ਵੀ ਜਿਹੜਾ ਨਿਸ਼ਾਨੀ ਇਤਿਹਾਸ ਸੀ ਉਹ ਜਮ੍ਹਾਂ ਕਰਾ ਕੇ ਉਦੋਂ ਉਹਨੇ ਵਿਖਾਤਾ ਵੀ ਮਿਲ ਗਿਆ। ਇਹਨਾਂ ਨੂੰ ਉਹਨਾਂ ਕਿਹਾ ਵੀ ਇਹਨੂੰ ਚੱਕ ਕੇ ਅਤੇ ਦੂਰ ਲੈ ਜਾਓ, ਉੱਥੇ ਦੂਰ ਲਿਜਾਣ ਦੀ ਥਾਂ ਜਿਵੇਂ ਕਹਿੰਦੇ ਨਾ ਮਤਲਬ ਕਾਹਲੀ ਦੇ ਅੱਗੇ ਟੋਏ ਹੁੰਦੇ ਆ, ਅਤੇ ਉਹ ਉਹਦੇ ਵਿੱਚ ਹੀ ਰੱਖ ਦਿੱਤਾ ਪਾਣੀ 'ਚ, ਪਾਣੀ 'ਚ ਹੀ। ਉੱਥੋਂ ਥੋੜ੍ਹੇ ਚਿਰ ਬਾਅਦ ਉਹਨੂੰ ਉਹ ਕਹਿੰਦਾ ਤੁਹਾਡਾ ਬੇੜਾ ਕਿ ਤੁਸੀਂ ਫਿਰ ਡੇਰੇ ਦੇ ਅੰਦਰ ਹੀ ਰੱਖ ਲਿਆ, ਇਹਨੂੰ ਬਾਹਰ ਕੱਢੋ ਇੱਥੋਂ। ਉਹ ਉੱਥੋਂ ਕੱਢ ਕੇ ਕਿਤੇ ਹੋਰ ਲੈ ਗਿਆ, ਉਹਨੇ ਚਿਰ ਨੂੰ ਫੌਜ ਨੂੰ ਸ਼ੱਕ ਪੈ ਗਿਆ ਅਤੇ ਉਹਨਾਂ ਨੇ ਮੇਜਰ ਵੀ ਗ੍ਰਿਫਤਾਰ ਕਰ ਲਿਆ ਅਤੇ ਉਹ ਸਮਾਨ ਵੀ ਜਿਹੜਾ ਸੀ ਉਹ ਵੀ ਉਹਨਾਂ ਨੇ ਫੜ ਫੁੜ ਲਿਆ। ਮਤਲਬ ਉਸ ਕਾਰਨ ਦਮਦਮੀ ਟਕਸਾਲ ਦੇ ਸਿੰਘਾਂ ਦੇ ਉੱਤੇ ਘੋਰ ਤਸ਼ੱਦਦ ਹੋਇਆ? ਆ ਉੱਥੋਂ ਵਾਲੇ ਬੰਦੇ ਜਿਹੜੇ ਇਹ ਭੱਜ ਹੀ ਗਏ ਸਾਰੇ, ਛੱਡ ਛੁੱਟ ਕੇ ਪਿੰਡ ਵਾਲਿਆਂ ਦੇ ਤਸ਼ੱਦਦ ਹੋ ਗਿਆ, ਅਤੇ ਉੱਥੇ ਰਹਿ ਗਏ ਇੱਕ ਬਜ਼ੁਰਗ ਥੋੜ੍ਹੇ ਜਿਹੇ ਅਤੇ ਛੋਟੇ ਬਿਲਕੁਲ ਛੋਟੇ ਜਿਹੜੇ 10-10 ਸਾਲ ਦੇ ਵਿਦਿਆਰਥੀ ਸੀ, ਕੋਈ 5-7-10 ਉਹ ਰਹਿ ਗਏ, ਬਾਕੀ ਜਿਹੜਾ ਸਾਰਾ ਕੁਛ ਉੱਥੋਂ ਗਾਇਬ ਹੋ ਗਿਆ। ਇਲਾਕੇ ਵਾਲੇ ਅਤੇ ਮਹੀਤੇ ਵਾਲਿਆਂ ਨੇ ਬਹੁਤ ਸਹਿਯੋਗ ਸਾਥ ਦਿੱਤਾ, ਉਹਨਾਂ ਲੋਕਾਂ ਦੀ ਦੇਣ ਨਹੀਂ ਦਿੱਤੀ ਜਾ ਸਕਦੀ, ਇਹੋ ਜਿਹੇ ਬੰਦੇ ਹਰ ਥਾਂ ਨਹੀਂ ਹੁੰਦੇ। ਸੋ ਇਹ ਘਟਨਾਵਾਂ ਜਿਹੜੀ ਸੀ 84 ਤੋਂ ਬਾਅਦ ਇੱਦਾਂ ਦੀ ਵਾਪਰੀ ਇੱਕ। ਇਹਦੇ ਦਰਮਿਆਨ ਸਾਰਾ ਕੁਝ ਤਹਿਸ਼ ਨਹਿਸ਼ ਸੀ, ਨਾ ਇਹ ਪਤਾ ਸੀ ਕਿ ਸ਼ਹੀਦ ਕਿੰਨੇ ਹੋਏ ਆ, ਨਾ ਇਹ ਪਤਾ ਸੀ ਕਿ ਜਿੰਦਾ ਕਿਹੜੇ ਆ,
ਨਾ ਇਹ ਪਤਾ ਸੀ ਕਿ ਫੜੇ ਕਿਹੜੇ ਗਏ ਆ, ਨਾ ਇਹ ਪਤਾ ਸੀ ਕਿ ਪਾਰ ਕੌਣ ਲੰਘ ਗਿਆ। ਰੌਲਾ ਹੈਗਾ ਸੀ ਵੀ ਪਾਰ ਚਲੇ ਗਏ ਕਈ, ਉਦੋਂ ਇੱਦਾਂ ਤਾਰਾਂ ਤੂਰਾਂ 'ਚ ਉਸ ਵੇਲੇ ਤੁਸੀਂ ਕਿੱਥੇ ਸੋ? ਅੱਛਾ, ਮੈਂ ਆਪਣੀ ਵੀ ਗੱਲ ਦੱਸਦਾ, ਇਹ ਮਤਲਬ ਤਾਰਾਂ ਦੇ ਨਹੀਂ ਸੀ ਹੁੰਦੀਆਂ ਅਤੇ ਖੁੱਲ੍ਹਾ ਜਿਹਾ ਹੁੰਦਾ ਸੀ, ਵੇਖ ਕੇ ਸੱਜਾ ਖੱਬਾ ਹਨੇਰਾ ਸਵੇਰਾ ਕਰਕੇ, ਅਤੇ ਉਹ ਵੀ ਨਿਕਲ ਨਿਕਲ ਗਏ, ਉਦੋਂ ਸਲਵਾਰ ਸੂਟ ਜਿਹਾ ਸੜਕ ਇੱਥੇ ਹੁੰਦਾ ਸੀ, ਅਤੇ ਕੁਝ ਬੰਦੇ ਇੱਦਾਂ ਨਿਕਲ ਨਿਕਲ ਗਏ ਪਾਕਿਸਤਾਨ ਦੇ ਵਿੱਚ ਵੀ, ਇਹ ਵੀ ਇੱਕ ਸਾਰਾ ਸੀ। ਕੁਝ ਇੰਡੀਆ ਦੇ ਵਿੱਚ ਸੱਜੇ ਖੱਬੇ ਨੂੰ ਇੱਧਰ ਉੱਧਰ ਨਿਕਲ ਗਏ, ਕੋਈ ਆਪਣੀ ਰਿਸ਼ਤੇਦਾਰੀਆਂ 'ਚ ਦੂਰ ਦਰੇਡੇ ਨਿਕਲ ਗਏ, ਜਿੱਥੇ ਵੀ ਕਿਸੇ ਨੂੰ ਥਾਂ ਮਿਲੀ। ਸਿੰਘ ਖਿੰਡ ਪੁੰਡ ਗਏ, ਖਿੰਡ ਪੁੰਡ ਗਏ ਕੁਛ, ਅਤੇ ਇਹ ਜਿਹੜੇ ਖਿੰਡੇ ਪੁੰਡੇ ਸੀ ਇਹਨਾਂ ਨੂੰ ਇਕੱਠਿਆਂ ਕਰਨ ਦੀ ਇੱਕ ਸਮੱਸਿਆ ਸੀ ਮੇਰੀ। ਜਿਹੜੀ ਤੁਸੀਂ ਸਵਾਲ ਕੀਤਾ, ਮੈਂ ਸੰਤਾਂ ਨੇ 31 ਤਰੀਕ ਨੂੰ ਕੁਝ ਸਿੰਘਾਂ ਨੂੰ ਕਿਹਾ ਵੀ ਅਸੀਂ ਸਰੂਪ ਵੀ ਦਿੱਤੇ, ਹੋਰ ਵੀ ਦਿੱਤਾ ਵੀ 31 ਮਈ 1984, ਹਾਂ 31 ਮਈ 1984 ਰਾਤ ਨੂੰ। ਅਤੇ ਹੁਣ ਮੇਰੇ ਨਾਲ ਦੇ ਕਈ ਸਾਥੀ ਕਹਿੰਦੇ ਨਹੀਂ 1 ਤਰੀਕ ਸੀ ਰਾਤ ਦੀ, ਪਰ ਮੇਰੇ ਜੋ ਮੇਰੇ ਦਿਮਾਗ 'ਚ ਹੈ ਵੀ ਉਹ 1 ਤਰੀਕ ਦੀ ਲੜਾਈ ਗੋਲੀ ਤੋਂ ਇੱਕ ਰਾਤ ਪਹਿਲਾਂ ਦੀ ਗੱਲ ਹੈ, ਪਰ ਕਈ ਇੱਕ ਹੀ ਕਹੀ ਜਾਂਦੇ ਆ। ਚਲੋ 1 ਅਤੇ 31 'ਚ ਕੋਈ ਬਹੁਤਾ ਫਰਕ ਵੀ ਨਹੀਂ ਗਾ। ਉਹ ਸਰੋਪੋ ਜਿਹੜੇ ਦਿੱਤੇ ਸੀ ਉਦੋਂ ਕਹਿਤਾ ਵੀ ਤੁਸੀਂ ਮਤਲਬ ਜਾਣਾ ਚਾਹੁੰਦੇ ਚਲੇ ਜਾਓ, ਫਲਾਣਾ ਕਰੋ, ਜੋ ਕੁਛ ਵੀ, ਤੁਸੀਂ ਮੇਰਾ ਬੜਾ ਸਾਥ ਦਿੱਤਾ, ਜੇ ਉਹ ਜੋ ਕੁਛ ਹੋਇਆ, ਲੰਮੇ ਚੌੜੇ ਲੇਖੇ ਨੇ ਉਹ ਕਰਨ ਵਾਲਾ। ਉਦੋਂ ਸੰਤਾਂ ਨੇ ਕੁਝ ਬੰਦਿਆਂ ਦੀਆਂ ਡਿਊਟੀਆਂ ਲਾਈਆਂ, ਮਨਵੀਰ ਸਿੰਘ ਧੰਨਾ ਸਿਰ ਨੂੰ ਉੱਥੇ ਤੋਰ ਦਿੱਤਾ, ਇਹ ਬੰਬੇ ਚਲੇ ਗਏ, ਮਾਨੋ ਚੱਲ ਨੂੰ ਬਾਹਰ ਤੋਰ ਦਿੱਤਾ, ਉਹ ਵੀ ਨਿਕਲ ਗਏ। ਮੇਰੀ ਵੀ ਡਿਊਟੀ, ਉਹਨਾਂ ਨੇ ਇੱਕ ਚਿੱਠੀ ਦਿੱਤੀ ਸੀ ਕਿ ਇਹ ਬਾਬਾ ਜੀ ਤੱਕ ਪਹੁੰਚਾਉਣੀ ਹੈ। ਮਾਨੋ ਚੱਲ ਬਾਰੇ ਪੁੱਛਣਾ ਚਾਹੁੰਦਾ, ਇਹ ਪਤਾ ਕਿੱਥੇ ਭੇਜਿਆ ਜਾਂ ਕਿੱਥੇ ਚਲੇ ਗਏ? ਨਹੀਂ ਨਹੀਂ ਪਤਾ ਆਪਾਂ ਨੂੰ, ਮਤਲਬ ਉੱਥੋਂ ਤੋਰ ਦਿੱਤੇ ਅਗਾਂਹ, ਇਹੋ ਜਿਹੇ ਹਾਲਾਤਾਂ 'ਚ ਕੌਣ ਕਿੱਥੇ ਰਹਿੰਦਾ? ਇਹ ਥੋੜ੍ਹਾ ਵੀ ਫਲਾਣੀ ਥਾਂ 'ਤੇ ਭੇਜਿਆ ਅਤੇ ਉੱਥੇ ਰੁਕੂਗਾ, ਉਸ ਤੋਂ ਬੰਬੇ ਨਾ ਭੇਜੇ ਹੁਣ, ਕਿਤੇ ਹੋਰ ਭੇਜੇ ਹੁਣ, ਅਤੇ ਉਹਨੇ ਵੇਖਿਆ ਵੀ ਇੱਥੇ ਸੇਫ ਨਹੀਂ ਹੈਗੇ ਅਤੇ ਗਾਂਹ ਨਿਕਲ ਗਏ ਹੁਣ। ਮੈਂ ਇਸ ਕਰਕੇ ਪੁੱਛਿਆ ਕਿਉਂਕਿ ਉਹ ਬਹੁਤ ਵੱਡੇ ਜਰਨੈਲ ਹੋਇਆ ਕੌਮ ਦੇ, ਅਤੇ ਇੱਕ ਦਿਲਚਸਪੀ ਵਜੋਂ ਸਵਾਲ ਹੁੰਦਾ ਕਿ ਬਾਬਾ ਜੀ ਉਸ ਵੇਲੇ, ਦੇਖੋ ਬਾਬਾ ਮਾਨੋ ਚੱਲ ਬਹੁਤ ਵੱਡੇ ਜਰਨੈਲ ਸੀ, ਭਾਈ ਮਨਵੀਰ ਸਿੰਘ ਕਮਾਂਡੋ ਫੋਰਸ ਦੇ ਮੁਖੀ ਬਹੁਤ ਵੱਡੇ ਜਰਨੈਲ ਸਨ, ਇੱਦਾਂ ਦੀ ਇੱਕ ਮਤਲਬ ਕਿ ਕਾਫੀ ਬੰਦਿਆਂ ਦੀ ਫਰਿਸ਼ਤ ਹੈ ਜਿਹੜੀ ਉੱਥੋਂ ਬਾਹਰ ਕੱਢੀ ਉਹਨਾਂ ਨੇ, ਉਹ ਇਹ ਗੱਲ ਨੂੰ ਸਮਝਦੇ ਸੀ। ਉੱਥੇ ਕਸ਼ਮਕਸ਼ ਵੀ ਸੀ, ਕੁਝ ਸੰਤਾਂ ਨੇ ਮਤਲਬ ਮਰੀਕ ਸਿੰਘ ਕਹਿ ਰਹੇ ਤੂੰ ਨਿਕਲ ਜਾ, ਮਰੀਕ ਸਿੰਘ ਕਹਿੰਦੇ ਸੀ ਮੈਂ ਨਹੀਂ ਨਿਕਲਣਾ, ਤੁਸੀਂ ਨਿਕਲ ਜਾਓ। ਰਛਪਾਲ ਸਿੰਘ ਜਿਹੜਾ ਸੀ ਉਹ ਸੰਤਾਂ ਦੇ ਨਾਲ ਮਤਲਬ ਕਿ ਜਿਹਨੂੰ ਕਹਿ ਦਈਏ ਵੀ ਉਹ ਬਹੁਤ ਦਾਅਵੇ ਨਾਲ ਲੜਾਈ ਲੜ ਲੈਂਦਾ ਸੀ, ਉਹ ਕਹਿੰਦਾ ਵੀ ਐਡੀ ਵੱਡੀ ਲੜਾਈ ਛੇੜ ਕੇ ਕੌਮ ਦੀ, ਹੁਣ ਤੂੰ ਅੜ ਗਿਆ ਵੀ ਮੈਂ ਸ਼ਹੀਦੀ ਦੇਣੀ ਹੈ, ਪਿੱਛੇ ਕੀ ਹੈ ਕੀ ਤੇਰੇ ਕੋਲ, ਇਹਨੂੰ ਸਾਂਭੂ ਕੌਣ ਕਿਵੇਂ ਹੋ? ਸੰਤ ਕਹਿੰਦੇ ਉਹ ਕਲਗੀਆਂ ਵਾਲਾ ਆਪੇ ਸਾਂਭੂਗਾ, ਮੈਂ ਸ਼ਹਾਦਤ ਦੇਣੀ ਆ। ਮੇਰੇ ਤਾਂ ਅੱਗੇ ਇਹਨਾਂ ਨੇ ਕਿਹਾ ਵੀ 78 'ਚ ਸ਼ਹੀਦ ਨਹੀਂ ਹੋਇਆ, ਤਾਂ ਮੈਂ ਹੁਣ ਇਹ ਮੌਕਾ ਹੱਥੋਂ ਨਹੀਂ ਜਾਣ ਦੇਣਾ। ਯਾਨੀ ਕਿ ਰਛਪਾਲ ਸਿੰਘ ਦੇ ਬਾਰੇ ਇਹ ਪਤਾ ਲੱਗਾ ਵੀ ਉਹਨੇ ਮਤਲਬ ਕਿ ਗਰਮ ਹੋ ਕੇ ਵੀ ਸੰਤਾਂ ਨੂੰ ਕਹੀਆਂ ਗੱਲਾਂ, ਅਤੇ ਸੰਤਾਂ ਕਿਹਾ ਨਹੀਂ ਮੈਂ ਰਛਪਾਲ ਸਿੰਘ ਮੈਂ ਨਹੀਂ ਇੱਦਾਂ ਕਰ ਸਕਦਾ, ਜੇ ਮੈਂ ਚਲੇ ਗਿਆ ਤਾਂ ਮੈਂ ਜਰਨੈਲ ਸਿੰਘ ਰਹਿ ਜਾਵਾਂਗਾ ਰੋਡੇ ਪਿੰਡ ਵਾਲਾ, ਫਿਰ ਆ ਭਿੰਡਰਾਲਾ ਜਰਨੈਲ ਸੁਣੀ ਮੈਂ ਰਹਿਣਾ ਤੁਹਾਡੇ ਕੋਲ, ਅਤੇ ਮੈਂ ਹੁਣ ਜੇ ਮੌਕਾ ਆਇਆ ਤਾਂ ਮੈਂ ਇੱਥੇ ਲੜਾਂਗਾ। ਸੋ ਇਹ ਸਥਿਤੀਆਂ ਅਲੱਗ ਅਲੱਗ ਹੁੰਦੀਆਂ ਨੇ, ਮਤਲਬ ਇਹ ਵੱਖਰੀਆਂ ਵੱਖਰੀਆਂ ਇੱਕ ਗੱਲਾਂ ਮੌਕੇ ਦੇ ਉੱਤੇ ਜਰਨੈਲਾਂ ਨੇ ਫੈਸਲੇ ਲੈਣੇ ਹੁੰਦੇ ਆ। ਕਿੱਥੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਕਹਿ ਰਹੇ ਸੀ ਸਵੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਹੀਦੀ ਦੇਣਗੇ ਇੱਥੇ ਲੜਾਈ 'ਚ, ਹਾਂਜੀ 8 ਪੋਹ ਨੂੰ, ਅਤੇ ਰਾਤ ਨੂੰ 5 ਪਹਿਰੇ ਕਹਿੰਦੇ ਨੇ ਮਹਾਰਾਜ ਤੁਹਾਡਾ ਬਾਹਰ ਜਾਣਾ ਜ਼ਰੂਰੀ ਹੋ, ਤਾੜੀ ਮਾਰ ਕੇ ਨਿਕਲ ਗਏ। ਸੋ ਇਹ ਨਿਕਲਣਾ ਨਾ ਨਿਕਲਣਾ, ਲੜਾਈਆਂ 'ਚ ਸੱਜੇ ਖੱਬੇ ਹੋਣਾ, ਇਹ ਇੱਕ ਵੱਡੀਆਂ ਅਤੇ ਹੋਰ ਕਿਸਮ ਦੀਆਂ ਗੱਲਾਂ ਹੁੰਦੀਆਂ ਨੇ, ਅਤੇ ਸਾਡੀ ਹਿਸਟਰੀ ਭਰੀ ਪਈ ਇਹਨਾਂ ਚੀਜ਼ਾਂ ਨਾਲ। ਰਣਨੀਤਿਕ ਫੈਸਲੇ ਹੁੰਦੇ, ਇਹ ਰਣਨੀਤਿਕ ਫੈਸਲੇ ਮੌਕੇ ਮੁਤਾਬਕ ਲਏ ਜਾਂਦੇ ਆ, ਮੌਕਾ ਦੱਸਦਾ ਵੀ ਕੀ ਕਰਨਾ। ਇਹ ਗੁਰੂ ਸਾਹਿਬ ਨੇ ਸਾਨੂੰ ਸਾਰੀਆਂ ਸਿੱਖਿਆ ਦਿੱਤੀਆਂ ਹੋਈਆਂ ਨੇ, ਹੋਰ ਉਹ ਵੈਸੇ ਵੀ ਜਾ ਸਕਦੇ ਸਨ, ਉਹ ਕਲਗੀਆਂ ਵਾਲਾ ਤਾਂ ਮਾਲਕ ਸੀ, ਉਹ ਕੋਈ ਮਨੁੱਖ ਤਾਂ ਹੈ ਨਹੀਂ ਸੀ, ਕੋਈ ਉਹ ਤਾਂ ਕੁਛ ਵੀ ਵਰਤਾਰਾ ਕਰ ਸਕਦਾ ਸੀ, ਪਰ ਗੱਲ ਅਸਲ ਵਿੱਚ ਉਹਨਾਂ ਨੇ ਮਨੁੱਖੀ ਜਾਮੇ ਵਿੱਚ ਇੱਕ ਸਿੱਖਿਆ ਅਤੇ ਇੱਕ ਲੈਣ ਰਸਤਾ ਪਾਇਆ ਕਿ ਆਹ ਰਸਤੇ ਕਿਤੇ ਸਿੱਖ ਨੂੰ ਅਪਣਾਉਣੇ ਪੈ ਸਕਦੇ ਆ, ਨਿਕਲ ਜਾਣ ਵਾਲਾ ਵੀ, ਲੜਨ ਵਾਲਾ ਵੀ, ਹੋਰ ਮਸਲਿਆਂ ਦਾ ਵੀ, ਔਰ ਜਫਰਨਾਮਾ ਉਹ ਭੇਜਣਾ, ਬੜੀ ਲੰਬੀ ਗੱਲ ਹੈ, ਕਿਸੇ ਦਸਵੇਂ ਪਾਤਸ਼ਾਹ ਦੀ ਗੱਲ ਵੱਖਰੀ ਕਰਾਂਗੇ ਆਪਾਂ। ਸੋ ਕਹਿਣ ਤੋਂ ਮੁਰਾਦ ਹੈ ਕਿ ਇੱਦਾਂ ਹੀ 84 ਤੋਂ ਬਾਅਦ ਮੇਰੀ ਡਿਊਟੀ ਲੱਗੀ ਸੀ, ਪਰ ਮੈਂ ਉਹ ਨਿਕਲ ਨਹੀਂ ਪਾਇਆ, 1 ਤਰੀਕ ਦੀ ਗੋਲੀ ਚੱਲ ਗਈ, ਸੰਤ ਮੈਨੂੰ ਉੱਤੋਂ ਜਦੋਂ ਉਤਰੇ ਆ ਉਦੋਂ ਗਰਮ ਵੀ ਹੋਏ, ਤੈਨੂੰ ਕਿਹਾ ਬਾਹਰ ਜਾਣ ਲਈ ਤੂੰ ਇੱਥੇ ਹੀ ਆ, ਅਤੇ ਮੈਂ ਡਰਦਾ ਮੁੜ ਕੇ ਸੰਤਾਂ ਤੋਂ ਪਿਛਾਂ ਨੂੰ ਹਟਿਆ, ਸੰਤਾਂ ਫਿਰ ਲਾ ਕੇ ਤੂੰ ਖੜ ਗਿਆ ਇੱਥੇ, ਤੈਨੂੰ ਕਿਹਾ ਚਲ ਗਿਆ ਉਹਨੇ ਫਲਾਣਾ, ਚੱਲ ਜਾ ਨਿਕਲ ਜਾ ਜੋ ਮਰਜ਼ੀ ਕਰ, ਉਹ ਗੋਲੀ ਚੱਲਦੀ ਸੀ, ਨਿਕਲਣਾ ਕਿੱਥੇ ਜਾਣਾ ਸੀ, ਉਹ ਨਿਕਲ ਅਗਲੇ ਦਿਨ ਸ਼ਹੀਦੀ ਦਿਹਾੜਾ ਆ ਗਿਆ, ਬਾਹਰ ਦੇ ਹਾਲਾਤ ਇਹੋ ਜਿਹੇ ਬਣ ਗਏ ਅਤੇ ਉਹ ਵਿੱਚੇ ਫਸ ਗਏ, ਅਤੇ ਮੈਨੂੰ ਹੁਣ ਚੱਲ ਜਾਂਦੇ ਸਵੇਰੇ ਚੱਲ ਜਾਂਗੇ ਰਾਤ ਚੱਲ ਜਾਂਗੇ, ਹਾਂਜੀ ਇੱਦਾਂ ਕਰਕੇ ਮਤਲਬ ਮਨ ਦੇ ਵਿੱਚ ਸੀ, ਅਤੇ ਉਹ 4 ਨੂੰ ਤੜਕੇ ਹਨੇਰੇ ਹਨੇਰੇ ਨਿਕਲਾਂਗੇ ਜਦੋਂ ਸੰਗਤ ਸਵੇਰ ਦੀ ਸੇਵਾ ਕਰਕੇ ਨਿਕਲਦੀ ਹੈ, ਇਹ ਨਹੀਂ ਪਤਾ ਵੀ 4 ਨੂੰ ਸਵੇਰੇ ਤੜਕੇ ਗੋਲੀ ਆਰੰਭ ਹੋ ਜਾਣੀ ਆ।
मैं उत्थे मन बना लिया भी उन्हां सिंघां ने सवेरे जाना ना जदों जिहड़े अंदर सेवा वाले ते उन्हां दे विच ही वड़ के चल जाणा सेवा वालिआं दे नाल सेवादार बन के ते उह लड़ाई रंभ हो गई भाई दलवीर सिंह नाल अहीं हुंदे सां 48 नंबर कमरा उत्थों बुरज दो जिहड़े सी उहदे कोल पहिलां ही हुंदिआं कोल सी उन्हां नाल खड़ के जदों उन्हां नूं पता लगा चिट्ठी बारे उह कहिंदे वी इह चिट्ठी पहुँचाओ जरूर उदों फिर मेरे नाल उन्हां ने दो सिंघां दी ड्यूटी भी लाई ते असीं मतलब उत्थों निकले 5 तरीक शाम नूं चिट्ठी दा गल जिक्र कीता की सी चिट्ठी असल च चिट्ठी संत जरनैल सिंह ने भाई रिशपाल सिंह ने लिखी सी ते संतां दे सिर्फ दस्तखत सी उत्ते पर रिशपाल सिंह कुछ जो भी लिखदा सी उह संतां दे आर्डर तों बगैर नहीं सी कोई किस दे नाम लिखी सी बाबा ठाकर सिंह दे नाम ते मेन अखर मैं जिहड़ी कुछ गल्लां ऐसियां ने जिहड़ियां अज तक भी नहीं गईआं मैनूं बाबा ठाकर सिंह ने मना वी करता सी पर मेन गल इह सी कि मैं शहादत दे जाऊँगा स्पष्ट सी तुसीं मैनूं बनाया सी हो सकता भी तुहाडों तुहाडे म कहे मुताबक मैं पूरी तरह ना चल पाया हुआ जां कुछ होवे ते मैनूं तुसीं माफ़ी दिया जे ये तुसीं इदां करके ते कुछ गल्लां ऐसियां भी हैं जिहड़ियां मैं तुहानूं दस नहीं सकदा उह बाबा ठाकर सिंह ने मैनूं मना भी कीता सी वी तूं ये गल्लां दा जिक्र नहीं करना किते पर क्योंकि उदों 84 चुक्की सी मैं बाद च मिलिया उहनां नूं ਉਹ ਜਿੱਦਣ ਮਿਲੇ ਉਦਣ ਮੈਂ ਮਨਵੀਰ ਸਿੰਘ ਅਤੇ ਦਲੀਪ ਸਿੰਘ ਰੋਡੇ ਤਿੰਨੇ ਮਿਲੇ ਸਾਂ ਇਕੱਠੇ ਅਤੇ ਬਲਪੁਰੀਆਂ ਖੇਤਾਂ ਤੋਂ ਬਾਹਰ ਇੱਕ ਘਰ ਸੀ ਚੜ੍ਹਦੇ ਵਾਲੇ ਪਾਸੇ ਪਿੰਡ ਬਲਪੁਰੀਆਂ ਦੇ ਉੱਥੇ ਬਾਬਾ ਜੀ ਇੱਕ ਟੁੱਟੀ ਜਿਹੀ ਮੰਜੀ 'ਤੇ ਬਾਹਰ ਬੈਠੇ ਸੀ ਮੋਟਰ 'ਤੇ ਪਿੰਡ ਗਏ ਉੱਥੋਂ ਫਿਰ ਪਤਾ ਲੱਗਾ ਉਹਨਾਂ ਟਰੈਕਟਰ 'ਤੇ ਤਿੰਨੇ ਫੋੜ 'ਤੇ ਗਏ ਉੱਥੇ ਜਾ ਕੇ ਬਾਬਾ ਜੀ ਮਿਲੇ ਉੱਥੇ ਬਾਬਾ ਜੀ ਨੇ ਜਲਪਣੀ ਛਕਾਇਆ ਉਹਨਾਂ ਦੇ ਕੋਲ ਸਰੂਪ ਸਿੰਘ ਅਤੇ ਇੱਕ ਹਰਚਰਨ ਸਿੰਘ ਗੁਰਚਰਨ ਸਿੰਘ ਡਾਕਟਰ ਕਹਿੰਦੇ ਸੀ ਇਹਨੂੰ ਉਹ ਦੋ ਜਣੇ ਉੱਥੇ ਸਨ ਅਤੇ ਉਦੋਂ ਮੈਂ ਉਹਨਾਂ ਨੂੰ ਚਿੱਠੀ ਦਿੱਤੀ ਅਤੇ ਉਹਨਾਂ ਕਿਹਾ ਵੀ ਇਹ ਚਿੱਠੀ ਦਾ ਜ਼ਿਕਰ ਤੁਸੀਂ ਨਹੀਂ ਕਰਨਾ ਕਿਉਂ ਉਦੋਂ ਸਮਾਂ ਅਸਲ 'ਚ ਹੋਰ ਤਰ੍ਹਾਂ ਦਾ ਤਬਦੀਲ ਹੋ ਗਿਆ ਸੀ ਹਾਲਾਤ ਚੇਂਜ ਹੋ ਗਏ ਸੀ ਸਾਰਾ ਅਤੇ ਉਹ ਚਿੱਠੀ ਜਿਹੜੀ ਸੀ ਉਹ ਉਹਦੇ ਮਤਲਬ ਪੂਰੀਆਂ ਗੱਲਾਂ ਤਾਂ ਮੈਂ ਦੱਸ ਨਹੀਂ ਸਕਦਾ ਮੈਂ ਨਹੀਂ ਦੱਸੀਆਂ ਵੀ ਨਹੀਂ ਕਦੇ ਬਾਬਾ ਜੀ ਦੇ ਮੈਂ ਉਹ ਗੱਲ ਨੂੰ ਪੱਲੇ ਵੀ ਬੰਨਿਆ ਕਿਉਂ ਬਾਬਾ ਜੀ ਬਹੁਤ ਬੜੇ ਗੂੜੇ ਹੋਏ ਅਤੇ ਬਾਹਰੋਂ ਵੇਖਣ ਵਾਲੇ ਨੂੰ ਹੋਰ ਦੇਖਦਾ ਸੀ ਪਰ ਉਹ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਿਵਾਰ ਨਾ ਹੀ ਕਿਸੇ ਨਾ ਕਈ ਬਾਹਰ ਸੱਚੇ ਨਾ ਉਹ ਮਤਲਬ ਉਸ ਅਵਸਥਾ ਦਾ ਨੂੰ ਮਤਲਬ ਕਿ ਗੁਰੂ ਦੀ ਅਵਸਥਾ ਨੂੰ ਮਤਲਬ ਜਾ ਰਿਹਾ ਸਿੱਖ ਜਾਂ ਉੱਥੇ ਪਹੁੰਚੀ ਹੋਈਆਂ ਸ਼ਖਸੀਅਤਾਂ ਵਰਗਾ ਸਿੱਖ ਸੀ ਉਹਦੀਆਂ ਕਈ ਵਾਰੀ ਅਸੀਂ ਕਈ ਇਹੋ ਜਿਹੀ ਭਾਸ਼ਾ ਸ਼ਬਦ ਵਰਤ ਦਿੰਦੇ ਨੇ ਲੋਕ ਜਿਨ੍ਹਾਂ ਨੂੰ ਉਹ ਗੱਲ ਦਾ ਜਾਣਕਾਰੀ ਨਹੀਂ ਵੀ ਉਹ ਕੀ ਚੀਜ਼ ਸੀ ਜਿਹੜਾ ਸੰਤ ਜਰਨੈਲ ਸਿੰਘ ਨੂੰ ਸੰਤ ਬਣਾਉਣ ਦੀ ਸਮਰੱਥਾ ਰੱਖਦਾ ਜਿਹੜਾ ਇੰਨਿਆਂ ਦੇ ਵਿੱਚੋਂ ਇੱਕ ਦੀ ਪਰਖ ਕਰਨੀ ਜਾਣਦਾ ਵੀ ਕਿਹੜੇ ਦੀ ਲੋੜ ਹੈ ਅੱਜ ਉਹਨੂੰ ਅਸੀਂ ਇੱਕ ਸਧਾਰਨ ਜਿਹਾ ਮਨੁੱਖ ਸਮਝ ਕੇ ਕਈ ਬੰਦੇ ਨਾ ਫਾਲਤੂ ਦੀਆਂ ਗੱਲਾਂ ਕਰਦੇ ਆ ਅਤੇ ਇਹ ਮੈਂ ਕਹਿੰਦਾ ਵੀ ਇਹ ਬਹੁਤ ਗਲਤ ਹੈ ਔਰ ਉਹਨਾਂ ਨੂੰ ਉਹ ਬਹੁਤ ਕੁਝ ਸਮਝਦੇ ਸਨ ਉਹਨਾਂ ਨੇ ਇੰਨੇ ਭਖੀ ਹੋਈ ਲੜਾਈ ਤੋਂ ਬਾਅਦ ਵੀ ਇਦੋਂ ਜਦੋਂ ਦੂਬ ਦੂ ਗੁੱਥਮ ਗੁੱਥਾ ਕੌਮ ਹੋ ਰਹੀ ਸੀ ਅਤੇ ਉਹਨਾਂ ਇੱਕ ਡੇਰੇ ਨੂੰ ਫਿਰ ਇੱਕ ਮਤਲਬ ਕਿ ਸੰਗਤ ਦੇ ਰੂਪ ਵਿੱਚ ਵਰਤਾ ਕੇ ਇੱਕ ਪੜ੍ਹਾਈ ਦੇ ਰੂਪ ਵਰਤਾ ਕੇ ਅਕਾਲ ਤਖਤ ਦੀ ਸੇਵਾ ਦੇ ਰੂਪ ਵਿੱਚ ਲਿਆ ਕੇ ਉਹਨੂੰ ਇੱਕ ਉਹਦੀ ਮਤਲਬ ਪੁਨਰ ਸੁਰਜੀਤੀ ਕਰ ਜਾਣੀ ਇਹ ਉਹ ਐਸੀ ਸ਼ਖਸੀਅਤ ਦੇ ਹੀ ਵਸਦਾ ਰੋਗ ਸੀ ਨਹੀਂ ਤਾਂ ਕੋਈ ਬੰਦਾ ਘੰਟੇ ਦੋ ਘੰਟੇ 'ਚ ਜਜ਼ਬਾਤੀ ਹੋ ਕੇ ਅਤੇ ਉਹ ਵੱਡੇ ਨੁਕਸਾਨ ਕਰਾ ਜਾਂਦਾ ਹੈ ਇਹ ਉਹਦੀਆਂ ਗੱਲਾਂ ਉਹਦੇ ਨਾਲ ਸੀ ਕਮਾਈ ਵਾਲੀ ਰੂਹ ਸੀ ਨਾਮ ਬਾਣੀ ਵਾਲੀ ਰੂਹ ਸੀ ਲੱਗਦਾ ਕਿ ਆਪਾਂ ਨੂੰ ਗੱਲ ਨੂੰ ਇੱਥੇ ਸੰਖੇਪ ਕਰਨਾ ਚਾਹੀਦਾ ਸੰਕੋਚਣਾ ਚਾਹੀਦਾ ਮੈਂ ਆਖਰੀ ਹਿੱਸਾ ਕੁਝ ਸਾਂਝਾ ਕਰ ਲਵਾਂ ਸੰਗਤ ਨਾਲ ਭਾਈ ਮੁਕਮ ਸਿੰਘ ਹੁਣਾਂ ਨੇ 1984 ਦੇ ਦੌਰਾਨ ਦੇ ਹਾਲਾਤ ਦੱਸੇ ਆ ਕੁਝ ਗੱਲਾਂ 84 ਤੋਂ ਬਾਅਦ ਦੀਆਂ ਹੋਈਆਂ ਕੁਛ ਉਸ ਤੋਂ ਪਹਿਲਾਂ ਦੀਆਂ ਹੋਈਆਂ ਜਦੋਂ ਅਸੀਂ ਕਿਸੇ ਗੱਲ ਨੂੰ ਮਿੱਥ ਕੇ ਚੱਲਦੇ ਹਾਂ ਕਿ 1984 ਤੋਂ ਬਾਅਦ ਵਾਲੇ ਹਾਲਾਤਾਂ ਦੇ ਬਾਰੇ ਗੱਲ ਕਰਨੀ ਆ ਤਾਂ ਜ਼ਰੂਰੀ ਆ ਕਿ ਲੜੀ ਇਸ ਤਰ੍ਹਾਂ ਚੱਲਦੀ ਆ ਕਿ ਤੁਹਾਨੂੰ ਪਛਾਣ ਹੀ ਜਾਣਾ ਪੈਂਦਾ ਕਈ ਵਾਰੀ ਅੱਗੇ ਆਉਣਾ ਪੈਂਦਾ ਇਹੋ ਕੁਛ ਅੱਜ ਦੀ ਗੱਲਬਾਤ 'ਚ ਹੋ ਰਿਹਾ ਬੈਠੇ ਤਾਂ ਅਸੀਂ ਦੋ ਸਿੱਖ ਇੰਝ ਹੀ ਸਾਂ ਕਿ 1984 ਤੋਂ ਲੈ ਕੇ ਅਸੀਂ ਟੋਟਲ 92 ਤੱਕ ਦੀਆਂ ਗੱਲਾਂ ਆਉਣ ਵਾਲੇ ਸਮੇਂ ਤੱਕ 95 ਤੱਕ ਦੀਆਂ ਕਰਾਂਗੇ ਕਿ ਸਿੱਖ ਸਿਆਸਤ ਵਿੱਚ ਕੀ ਹਲਚਲ ਹੋਈ ਪਰ ਕੁੱਲ ਮਿਲਾ ਕੇ ਸਿੱਖਾਂ ਦੇ ਹਾਲਾਤ ਜਿਹੜੇ ਨੇ ਇਹ ਉਸ ਵੇਲੇ ਦੀਆਂ ਗੱਲਾਂ ਇੰਨੀਆਂ ਗੁੰਝਲਦਾਰ ਨੇ ਜਿਵੇਂ ਕਹਿ ਲਓ ਇੱਕ ਮੰਜਾ ਹੁੰਦਾ ਉਹਦਾ ਵਾਣ ਆਪਸ ਦੇ ਵਿੱਚ ਕਹਿ ਲਓ ਵਾਣ ਵਾਂਗ ਗੱਲਾਂ ਨੇ ਆਪਸ ਦੇ ਵਿੱਚ ਰਲੀਆਂ ਹੋਈਆਂ ਇਕੱਲੀ ਇਕੱਲੀ ਤੰਦ ਨੂੰ ਛੇੜਨਾ ਉਹਦੇ ਅੱਗੇ ਵਿਆਖਿਆ ਕਰਨੀ ਇਹ ਇੱਕ ਇੱਕ ਗੱਲ ਨੂੰ ਮੈਂ ਚੁੱਕ ਰਿਹਾ ਇਸ ਤੋਂ ਅੱਗੇ ਜਿਹੜੀਆਂ ਹੋਰ ਗੱਲਾਂ ਅਗਲੀ ਗੱਲਬਾਤ ਵਿੱਚ ਆਉਣਗੀਆਂ ਉਹਦੇ ਵਿੱਚ ਖਾਸ ਤੌਰ 'ਤੇ 1984 ਤੋਂ ਬਾਅਦ ਸਿੰਘਾਂ ਦਾ ਰੀਆਰਗਨਾਈਜ਼ ਹੋਣਾ ਮੁੜ ਇਕੱਠੇ ਹੋਣਾ ਜਿਹਦੇ ਵਿੱਚੋਂ ਮਿੱਥੇ ਇੱਕ ਬਹੁਤ ਵੱਡਾ ਇਕੱਠ 1985 ਦੇ ਵਿੱਚ ਹੋਇਆ ਫਿਰ ਅਗਲੀ ਗੱਲ 1986 ਦੇ ਵਿੱਚ ਸਰਬੱਤ ਖਾਲਸਾ ਹੋਇਆ ਫਿਰ ਦਮਦਮੀ ਟਕਸਾਲ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਇਕੱਠਿਆਂ ਚੱਲਣਾ ਜਦਕਿ ਆਖਰ ਤੱਕ ਜਦੋਂ ਤੱਕ
ਇਹ ਮੌਜੂਦਾ ਜਿਹੜੀ ਲਹਿਰ ਆ ਖਿੰਡ ਪੁੰਡ ਤੱਕ ਨਹੀਂ ਗਈ, ਉਦੋਂ ਤੱਕ ਜਿਹੜੀ ਆ ਦੋਵੇਂ ਜਥੇਬੰਦੀਆਂ ਇਕੱਠੀਆਂ ਚੱਲਦੀਆਂ ਰਹੀਆਂ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਗੱਲਾਂ ਬਾਤਾਂ ਕਰਨੀਆਂ। ਭਾਈ ਸਾਹਿਬ, ਕੋਈ ਸੰਖੇਪ ਦੇ ਵਿੱਚ ਗੱਲ ਰਹਿ ਗਈ ਹੋਵੇ ਤਾਂ ਆਪਾਂ ਅੱਜ ਦੀ ਗੱਲਬਾਤ ਨੂੰ ਹੁਣ ਨੂੰ ਮੁਕਾਉਂਦੇ ਇਸ ਗੱਲ ਨੂੰ। ਦੇਖੋ ਜਿਹੜੀ ਇਹ ਗੱਲ ਹੈ ਨਾ, ਹੁਣ ਆਪਾਂ 84 ਤੋਂ ਬਾਅਦ ਦੀ ਗੱਲ 'ਤੇ ਹੀ ਆ ਚੁੱਕੇ ਹਾਂ ਲਗਭਗ। ਇਹ ਵੀ ਗੱਲਾਂ ਹੁਣ ਜਿਵੇਂ ਤੁਸੀਂ ਕਹਿ ਤਾ ਵੀ ਤੁਸੀਂ ਕਿੱਥੇ ਸੀ, ਹੁਣ ਮੈਨੂੰ ਵਿਆਖਿਆ ਕਰਨ ਲੱਗਿਆਂ ਤਾਂ 5 ਮਿੰਟ ਲੱਗਣਗੇ। ਇੱਦਾਂ ਕਰਕੇ ਆਈਆਂ ਨੇ ਗੱਲਾਂ, ਫਿਰ ਸਵਾਲ ਪਿਛਲਾ ਕਰੋਗੇ ਤਾਂ ਜਵਾਬ ਵੀ ਪਿਛਲਾ ਹੀ ਦੇਣਾ ਪੈਂਦਾ। ਤੋ ਇਸ ਕਰਕੇ ਕੁਛ ਹੋਇਆ। ਬੇਨਤੀ ਹੈ ਕਿ ਇੱਥੇ ਆ ਕੇ ਇੱਕ ਸ਼ਕਤੀ ਬਾਬਾ ਜੋਗਿੰਦਰ ਸਿੰਘ ਨਾਲ ਇਕੱਠੀ ਹੋਣ ਲੱਗ ਗਈ। ਜਿਵੇਂ ਜਿਵੇਂ ਜਿੱਥੇ ਜਿੱਥੇ ਫੌਜ ਦੀ ਨਿਗਾਹ ਹੈ ਨਾ, ਪੁਲਿਸ ਦੀ ਨਿਗਾਹ, ਸਰਕਾਰ ਦੀ ਨਿਗਾਹ ਜਿਹੜੀ ਮੈਂ ਦੱਸ ਕੇ ਹਟਿਆ, ਉੱਥੋਂ ਉੱਥੋਂ ਹੀ ਸ਼ਕਤੀ ਪੈਦਾ ਹੋ ਰਹੀ ਹੈ। ਇੱਕ ਸ਼ਕਤੀ ਬਾਬਾ ਜੋਗਿੰਦਰ ਸਿੰਘ ਦੇ ਦੁਆਲੇ ਪੈਦਾ ਹੋਣ ਲੱਗ ਗਈ, ਇੱਕ ਸ਼ਕਤੀ ਬਾਬਾ ਠਾਕਰ ਸਿੰਘ ਜਾਂ ਟਕਸਾਲ ਦੇ ਦੁਆਲੇ ਪੈਦਾ ਹੋਣ ਲੱਗ ਗਈ, ਇੱਕ ਸ਼ਕਤੀ ਜਿਹੜੀ ਸੀ ਉਹ ਖਾੜਕੂ ਸਫਾਂ 'ਚ ਵਿਚਰਨ ਵਾਲੇ ਬੰਦੇ ਜਿਹੜੇ ਸੀ ਉਹਨਾਂ ਵਿੱਚ ਪੈਦਾ ਹੋਣ ਲੱਗ ਗਈ, ਇੱਕ ਸ਼ਕਤੀ ਫੈਡਰੇਸ਼ਨ ਦੀ ਪੈਦਾ ਹੋਣ ਲੱਗ ਗਈ। ਪਹਿਲਾਂ ਇਹਨਾਂ ਨੇ ਕਲਕੱਤੇ ਜਾ ਕੇ ਇੱਕ ਜਥੇਬੰਦੀ ਬਣਾਈ ਫੈਡਰੇਸ਼ਨ ਦੀ, ਨਾਂ ਪਾ ਕੇ 5-4, ਫਿਰ ਉਹਦਾ ਹੋਰ ਵਿਸਤਾਰ ਕੀਤਾ, ਫਿਰ ਉਹਦਾ ਕਨਵੀਨਰ ਲਾਇਆ, ਫਿਰ ਹੋਰ ਲਾਇਆ, ਫਿਰ ਉਹਨੂੰ ਇੱਕ ਵੱਖਰੇ ਰੂਪ 'ਚ ਫਿਰ ਤਲਵੰਡੀ ਦਫ਼ਤਰ 'ਚ ਆ ਗਏ। ਜਿੱਥੇ ਜਿੱਥੇ ਫੌਜ ਦਾ, ਪੁਲਿਸ ਦਾ, ਸਰਕਾਰ ਦੀ ਨਿਗਾਹ ਸੀ ਉੱਥੇ ਉੱਥੇ ਇੱਕ ਸ਼ਕਤੀ ਪੈਦਾ ਹੋ ਰਹੀ ਸੀ। ਇਹ ਇਹ ਮਤਲਬ ਕਿ ਸਾਨੂੰ ਸਮਝਣ ਦੀ ਲੋੜ ਹੈ। ਤੁਸੀਂ ਜੋਧਪੁਰ ਦਾ ਜ਼ਿਕਰ, ਜੇਲ੍ਹਾਂ ਦਾ ਵੀ ਜ਼ਿਕਰ ਕੀਤਾ, ਸਿੰਘਾਂ ਦਾ ਵੀ ਜ਼ਿਕਰ ਕੀਤਾ, ਇੱਕ ਬੜੀ ਮਤਲਬ ਜਿਹੜੀ ਗੱਲ ਦਾ ਤੁਸੀਂ ਸਵਾਲ ਪੁੱਛਣਾ ਚਾਹੁੰਦੇ, ਸਵਾਲ ਛੋਟਾ ਹੈ ਅਤੇ ਉਹਦਾ ਉੱਤਰ ਬਹੁਤ ਵੱਡਾ ਹੈ। ਸਵਾਲ ਇੱਕ ਸਤਰ ਦਾ ਹੋ ਸਕਦਾ, ਵਿਆਖਿਆ 20-30 ਸਤਰਾਂ ਦੀ ਹੋ ਸਕਦੀ। ਹਾਂ, ਵਿਆਖਿਆ ਵੱਡੀ ਹੋਏਗੀ। ਸਾਨੂੰ ਪਤਾ ਕਰਨਾ ਪਏਗਾ ਕਿ ਅਸੀਂ ਜਾਣਕਾਰੀ ਕਿੱਦਾਂ ਪ੍ਰਾਪਤ ਕੀਤੀ ਕਿ ਕਿਹੜੀ ਕਿਹੜੀ ਜੇਲ੍ਹ 'ਚ ਸਿੰਘ ਨੇ ਅਤੇ ਕਿੰਨੇ ਆ, ਧਰਮੀ ਫੌਜੀ ਕਿੰਨੇ ਨੇ ਅਤੇ ਕਿੱਥੇ ਨੇ, ਜਿਹੜੇ ਕਿ ਸਾਡੇ ਵਿੱਚੋਂ ਨਹੀਂ ਸੀ, ਬਾਹਰੋਂ ਆ ਕੇ ਉਹ ਕੌਮ ਦੀ ਲੜਾਈ ਸ਼ਾਮਿਲ ਹੋ ਗਏ, ਹੋਰ ਲੀਡਰ ਜਿਹੜੇ ਕੋਈ ਸੱਜੇ ਖੱਬੇ ਫੜੇ ਗਏ ਉਹ ਕਿੱਥੇ ਨੇ ਅਤੇ ਕਿਵੇਂ ਆ, ਕਿਸ ਸਥਿਤੀ 'ਚ ਨੇ, ਜਿਹੜੇ ਉੱਧਰ ਗਏ ਹੋਏ ਨੇ ਉਹ ਕਿਵੇਂ ਨੇ, ਉਹਨਾਂ ਦੀ ਕੌਣ ਪਤਾ ਕਰੇਗਾ, ਕਿੱਦਾਂ ਰੂਪ ਆਏਗਾ, ਕਿ ਕੋਈ ਬੰਦੇ ਫੜੇ ਜਾਣ ਉਹਦੇ ਚੱਕ ਜੇਲ੍ਹ 'ਚ ਭੇਜ ਦਿੰਦੇ ਸੈਫਲਾਬਾਦ 'ਚ, ਕੁਝ ਬੰਦੇ ਐਸੇ ਜਿਹੜੇ ਸੱਜੇ ਖੱਬੇ ਦੀ ਉਹ ਪਰਿਕਰਮਾ ਕਰਕੇ ਜਾਂ ਕਿਸੇ ਸਮਗਲਿੰਗ ਦੇ ਉਦੋਂ ਚੱਲਦਾ ਹੁੰਦਾ ਸੀ ਸਾਰਾ ਕੁਝ, ਉਹਨਾਂ ਦੇ ਰਾਹੀਂ ਕਿੱਥੇ ਯਾਰ ਕੋਈ ਪਤਾ ਜਾਣਕਾਰੀ ਹੋਵੇ ਉਹਨਾਂ ਨੇ ਦੱਸਿਆ ਵੀ ਇੱਦਾਂ ਬੰਦੇ ਹੈਗੇ ਆ, ਕੁਛ ਇੱਦਾਂ ਦੀ ਪੁਜੀਸ਼ਨ। ਭਾਈ ਜਸਵੀਰ ਸਿੰਘ ਰੋਡੇ ਜਿਹੜੇ ਸੀ ਇਹ ਸੰਤ ਜਰਨੈਲ ਸਿੰਘ ਜਦੋਂ ਸੰਤ ਬਣੇ ਆ, 2-3 ਮਹੀਨੇ ਬਾਅਦ ਇਹ ਚਲੇ ਗਏ ਸੀ ਡੁਬਈ। ਉੱਥੋਂ 1-2 ਵਾਰੀ ਇਹ ਆਏ, ਇੱਕ ਵਾਰੀ ਇਹਨਾਂ ਦਾ ਵਿਆਹ ਜਦੋਂ ਹੋਇਆ ਉਦੋਂ ਆਏ, ਇੱਕ ਵਾਰੀ ਇਹਨਾਂ ਦੇ ਬੇਟਾ ਜਨਮ ਲਿਆ ਸੀ, 6 ਸਾਲ ਕੁ ਦਾ ਹੈਗਾ ਸੀ ਉਦੋਂ ਕੁਛ ਐਂ, ਜੇ ਉਦੋਂ ਪਹਿਲਾਂ ਇਹ ਆਏ 1-2 ਵਾਰੀ, 3 ਵਾਰੀ ਇਹਨਾਂ ਦਾ ਗੇੜਾ ਇੱਥੇ ਲੱਗਿਆ ਜਿਵੇਂ ਆਮ ਬਾਹਰਲਾ ਬੰਦਾ ਇੱਥੇ ਆਉਂਦਾ ਜਾਂਦਾ। ਤਾਂ ਉਹ ਬਾਹਰ ਡੁਬਈ 'ਚ ਹੀ, ਡੁਬਈ ਤੋਂ ਇੰਗਲੈਂਡ ਗਏ, ਇੰਗਲੈਂਡ ਤੋਂ ਨਨਕਾਣਾ ਸਾਹਿਬ ਆਏ, ਨਨਕਾਣਾ ਸਾਹਿਬ ਤੋਂ ਰਸਤੇ 'ਚ ਕਿਸੇ ਅੱਡੇ ਦੇ ਉੱਤੇ ਸਟੇਸ਼ਨ 'ਤੇ, ਜਹਾਜ਼ ਦੇ ਸਟੇਸ਼ਨ 'ਤੇ, ਪਹਿਲਾਂ ਏਅਰਪੋਰਟ 'ਤੇ ਕਿਸੇ 'ਤੇ ਉਹ ਫੜੇ ਗਏ, ਮਨੀਲਾ ਹੀ ਸ਼ਾਇਦ, ਮੇਰਾ ਖਿਆਲ ਨਵੇਂ ਭੁੱਲਾ ਨਾ, ਮਾਂ ਮੈਨੂੰ ਚੰਗੀ ਤਰ੍ਹਾਂ ਚੇਤਾ ਨਹੀਂ, ਉਹ ਉੱਥੋਂ ਫੜੇ ਗਏ। ਮਾਨ ਜਿਹੜਾ ਸੀ ਉਹਨੇ ਮਤਲਬ ਕਿ ਉਹ ਇੱਥੋਂ ਬੰਬੇ ਤੋਂ ਲੈ ਕੇ ਕਲਕੱਤੇ, ਅਤੇ ਕਲਕੱਤੇ ਤੋਂ ਮੁੜ ਕੇ ਉਹ ਨੇਪਾਲ ਤੱਕ ਜਦੋਂ ਆਇਆ ਅਤੇ ਉਹ ਉੱਥੇ ਫੜਿਆ ਗਿਆ। ਇੱਦਾਂ ਕੁਛ ਬੰਦੇ ਜਿਹੜੇ ਸੀ ਉਹ ਸੱਜੇ ਖੱਬੇ ਗ੍ਰਿਫਤਾਰੀਆਂ ਵੀ ਹੋ ਗਈਆਂ ਇੱਦਾਂ ਕਰਕੇ। ਵੀ ਇਹ ਸਾਰੀ ਲੈਣ ਨੂੰ ਇਕੱਠਿਆਂ ਕਰਨਾ, ਪਤਾ ਕਰਨਾ ਕੌਣ ਹੈਗੇ ਆ, ਇੱਕ ਫਿਰ ਇਹ ਪਤਾ ਕਰਨਾ ਵੀ ਅੰਡਰਗਰਾਊਂਡ ਕਿਹੜੇ ਚਲੇ ਗਏ ਆ, ਸੱਜੇ ਖੱਬੇ ਜਿਹੜੇ ਬਾਹਰ ਨੇ ਫੜੇ ਵੀ ਨਹੀਂ ਗਏ ਅਤੇ ਬਾਹਰ, ਉਹ ਕਿਹੜੇ ਆ, ਉਹ ਉੱਧਰ ਕਿਹੜੇ ਚਲੇ ਗਏ ਆ, ਉਹਨਾਂ ਦੀ ਜਾਣਕਾਰੀ ਇਕੱਠੀ ਕਰਨੀ ਕਿਸੇ ਰਸਤੇ ਰਾਹੀਂ ਜਾਂ ਕਿਸੇ ਬੰਦਿਆਂ ਰਾਹੀਂ ਲੱਭ ਕੇ ਕੋਈ ਬੰਦਾ ਵੀ ਕੋਈ ਲੱਭੋ, ਉਹ ਸਾਡੇ ਕੋਲ ਕੋਈ ਰਸਤਾ ਨਹੀਂ ਸੀ ਹੈਗਾ, ਔਰ ਕਿਉਂਕਿ ਉੱਦਾਂ ਜਿਹੜਾ ਆਮ ਸਧਾਰਨ ਜਾਂਦਾ ਸੀ ਉਹ ਤਾਂ ਫੜਿਆ ਜਾਂਦਾ ਸੀ ਉੱਥੇ। ਉਸ ਇੱਕ ਸਮਗਲਰ ਵਾਲਿਆਂ ਦਾ ਇੱਕ ਰਸਤਾ ਸੀ ਜਿਹੜਾ ਉਹ ਅਪਣਾਇਆ ਕੁਝ ਬੰਦਿਆਂ ਨੇ, ਜਿਹਦੇ ਵਿੱਚ ਮੈਂ ਕੋਈ ਜੇ ਕੋਈ ਗਲਤ ਲੈਣਾ ਵੀ ਨਾ ਲੈ ਬਗੈਰ ਗੱਲ ਵੀ ਨਹੀਂ ਚੱਲਦੀ। ਹੁਣ ਗੁਰਨਾਮ ਸਿੰਘ ਬੰਡਾਲਾ ਸੀ ਕਿਤੇ ਬਾਰਡਰ ਦੇ ਉੱਤੇ, ਪਿੰਡ ਸੀ, ਆਉਣ ਜਾਣ ਸੀ, ਇੱਦਾਂ ਦੇ 1-2-4 ਬੰਦੇ ਹੋਰ ਵੀ ਹੈਗੇ ਸਨ, ਉਹਨਾਂ ਦੇ ਰਾਹੀਂ ਇਹ ਪਤਾ ਮਿਲ ਆਇਆ ਉਹਨਾਂ ਨੇ ਗਾਂ ਉੱਥੋਂ ਦੇ ਕਿਸੇ ਨਾਲ। ਇੱਦਾਂ ਹੀ ਉਸ ਸਮੇਂ ਲਾਚੀਆਂ ਚਲੇ ਗਈਆਂ ਅਤੇ ਚਾਂਦੀ ਆ ਗਈ ਅਤੇ ਫਲਾਣਾ ਚਲੇ ਗਿਆ ਅਤੇ ਇੱਧਰੋਂ ਉੱਧਰੋਂ ਇੱਧਰ ਇੱਧਰ ਚੱਲਦਾ ਰਹਿੰਦਾ ਸੀ ਮਾੜਾ ਮੋਟਾ। ਉਹ ਮਤਲਬ ਉਹਨਾਂ ਨੇ ਕਿਸੇ ਨਾ ਕਿਸੇ ਰੂਪ ਰਾਹੀਂ ਉਹਨਾਂ ਨੇ ਉਹ ਉੱਧਰੋਂ ਸਾਨੂੰ ਜਾਣਕਾਰੀ ਮਿਲੀ। ਪਹਿਲਾਂ ਜੈਬਸੋਂ ਭੇਜਿਆ ਪਤਾ ਕਰ ਲਈ, ਉਹ ਉੱਥੇ ਫੜਿਆ ਗਿਆ। ਜਿਹੜਾ ਤੁਸੀਂ ਪਤਾ ਕਰਨਾ ਚਾਹੁੰਦੇ ਸੀ ਟਕਸਾਲ ਵੱਲੋਂ ਕਿ ਪਾਕਿਸਤਾਨ 'ਚ ਕੌਣ ਕੌਣ ਸਿੰਘ ਚਲੇ ਗਿਆ, ਉਸ ਦਾ ਮੁੱਖ ਮੰਤਵ ਕੀ ਸਿੱਖ ਹਥਿਆਰਬੰਦ ਮੂਵਮੈਂਟ ਨੂੰ ਦੋਹਰੇ ਤੋਰਨ ਦਾ ਵੱਲ ਸੀ ਜਾਂ ਕੀ ਸੀ? ਦੇਖੋ, ਪਹਿਲਾਂ ਇਹ ਜ਼ਰੂਰੀ ਨਹੀਂ ਹੁੰਦਾ ਵੀ ਅੱਜ ਜਿਹੜੀ ਅਸੀਂ ਕੰਮ ਕਰ ਰਹੇ ਹਾਂ ਵੀ ਉਹ ਕੱਲ੍ਹ ਜਿੱਦਣ ਆਰੰਭ ਹੋਈ ਉਦੋਂ ਹੋ ਰਹੀ। ਉਸ ਦਿਨ ਸਾਡੇ ਸਾਹਮਣੇ ਇਹ ਸੀ ਕਿ ਐਡੀ ਵੱਡੀ ਥਾਂ ਤੋਂ ਆ ਕੇ ਇਹ ਕੁਛ ਹੋ ਗਿਆ। ਹੁਣ ਜਿਹੜੇ ਬੰਦੇ ਬਚ ਕੇ ਨੇ ਬਾਹਰ ਨੇ, ਨਾ ਤਾਂ ਜੇਲ੍ਹ 'ਚ ਨੇ, ਨਾ ਉੱਧਰ ਨੇ, ਨਾ ਉਹ ਸ਼ਹੀਦ ਹੋਏ ਆ, ਉਹਨਾਂ ਦੇ ਸਿਰ 'ਤੇ ਇੱਕ ਵੱਡੀ ਜ਼ਿੰਮੇਵਾਰੀ ਆ ਪਈ ਆ। ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਂਭਣਾ ਕਿੱਦਾਂ ਆ, ਉਹਨਾਂ ਦੇ ਪਰਿਵਾਰਾਂ ਨੂੰ ਕੀ ਦੱਸਣਾ ਹੈ, ਉਹ ਉਹਨਾਂ ਦੇ ਪਰਿਵਾਰਾਂ ਨੂੰ ਧਰਵਾਸ ਕਿੱਦਾਂ ਦੇਣੀ ਆ, ਇਹ ਇੱਕ ਵੱਖਰੀ ਚੀਜ਼ ਸੀ। ਇੱਕ ਉਹਨਾਂ ਦੇ ਸਿਰ 'ਤੇ ਮੋਢਿਆਂ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਪਈ। ਉਹ ਜ਼ਿੰਮੇਵਾਰੀ 'ਚੋਂ ਮੁੜ ਕੇ ਅੱਗੇ ਜਾ ਕੇ ਉਹ ਵੱਖਰੇ ਰੂਪ ਲੈ ਗਈ, ਮਤਲਬ ਰਾਜਨੀਤਿਕ ਰੂਪ ਇੱਕ ਲੈ ਗਈ, ਇੱਕ ਖਾੜਕੂ ਰੂਪ ਲੈ ਗਈ,
एक संगती रूप लैगी जी कथा कीर्तन दूजी लैंड जी रूप लैगी एक नौजवानियों की जी फैडरेशन दे ही वो एक वक्रा रूप लैगी उन्हां सारियां दे विचों कुछ बंदे जज्बाती सी जी वो खाड़कू किस्म का रूप लै गए ये मतलब कि वक्रियां वक्रियां असी मतलब कि कई बार एक धिर की गल तो कर रहे हैं दूजिया धिरों असी इउं करके सिट दें ये फोक है फोक नहीं हुंदा असल च वो जी चीज़ हुंदी है ना उन्दे तो बगैर तो फौज एक दिन भी नहीं चल पाती जे हिंदुस्तान बाकी फौज के नाल ना हो तो मेरे ख्याल पहले महीने तनखा ना मिले तो अगले महीने वो घर चल जाएगा छपाई तो लैके जरनैलों तक वो एक सारा सिस्टम हुंदा जिन्हें सिस्टम चला ये सारिया गल्लां जिहड़ियां ने वो हैगियां ने उन्हां विच कई सलाहकार भी आउंदे आ कई कुछ आउंदे आ मैं तुहाडे नाल घटनावां दा कईआं दा जिक्र इदां दा करांगा अगे जाके भाई साहब जदों तकरीबन मैनूं लगदा गल साडी 84 तों बाद वाले 85 दे पीरियड तक 1985 दी सन तक पहुँच चुकी आ मैं सुनण वाली संगत नूं कह दिआं कि असीं इत्थे इस गल नूं संकोचदे आ अगले भागां दे विच आउण वाले सालां बारे जां इस सालां दौरान जिहड़ियां वड्डियां घटनावां होईआं कि सिख फिर किवें जुड़दे आ अते एक बहुत वड्डी जदों अणख नूं सट वजी होवे सिखां दा केंद्रीय स्थान श्री अकाल तख्त साहब श्री दरबार साहब दे उत्ते अणगिणत गोलियां वजियां होण हज़ारां सिखां दी शहादत होई होवे कौम दे रहिबर अते उहनां दे साथी आम संगत जिहड़ी दर्शन करन आई सी उहनां नूं बुरी तरहां शहीद कर दित्ता गया होवे जिहड़े जूझ के शहीद होए वह बड़े माण नाल शहीद होए ते जिहड़े दूसरे सिख सन उहनां नूं बहुत बुरी तरहां जलील भी भारतीय फोर्सां वल्लों कीता गया एक वड्डे सदमे चों सिख लंघ रहे सन उस सदमे का जिहड़ा रूप आ वह किवें प्रकाश के रूप अगे सामने आना आता कि सिख अपने भविख की जिहड़ी जदोजहद आ उस दे नक्शे घड़न लग पे सन सो ये जिहड़ी अगे की गलबात आ वो मैं अगले भाग विच करांगा सो मैं धन्नवादी हाँ भाई मुकम सिंह हुणा दा कि यह बड़ी बेबाकी दे नाल ते बड़े विस्तार दे नाल जो जो मैं सवाल पूछ रहा उतों कोई आनाकानी ना करते हुए मैनू मुकम्मल उत्तर दे रहे आ भाई साहब इतने आप गलबात फतेह वाल वधाइए जी वाहगुरू जी का खालसा वाहगुरू जी की फतेह।